ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਆਪ ਜੀ ਦਾ ਬਹੁਤ ਧੰਨਵਾਦ ਆਪ ਜੀ ਇੱਥੇ ਪਹੁੰਚੇ ਹਨ ਸੋ ਅੱਜ ਬਹੁਤ ਹੀ ਇੰਟਰਸਟਿੰਗ ਟਾਪਿਕ ਸੈਮੀਨਾਰ ਹੋਏਗਾ ਖਾਲਸਾ ਰਾਜ ਸਾਡੇ ਪਾਸ ਸਾਡੇ ਸਿੱਖਪੰਥ ਦੇ ਮਹਾਨ ਵਿਦਵਾਨ ਹਿਸਟੋਰੀਅਨ ਡਾਕਟਰ ਸੁਪਰੀਤ ਸਿੰਘ ਡੋਕੀ ਜੋ ਆਪ ਜੀ ਨੇ ਦੇਖਿਆ ਹੈ YouTube ਤੇ ਬਹੁਤ ਹੀ ਖੋਜ ਭਰਪੂਰ ਇਹਨਾਂ ਦਾ ਲੈਕਚਰ ਹੁੰਦਾ ਹੈ ਤੇ ਸਾਡੀ ਖੁਸ਼ਕਿਸਮਤੀ ਹੈ ਕਿ ਡਾਕਟਰ ਸਾਹਿਬ ਇੱਥੇ ਮਲੇਸ਼ੀਆ ਪਹੁੰਚੇ ਆ ਇਹਨਾਂ ਨੇ ਸਾਡੇ ਸਦਾ ਪੱਤਰ ਤੇ ਇਹਨਾਂ ਨੇ ਪ੍ਰਵਾਨ ਕਰਕੇ ਇੱਥੇ ਪਹੁੰਚੇ ਹਨ ਸੋ ਮੈਂ ਬੇਨਤੀ ਕਰਾਂਗੇ ਕਰਾਂਗਾ ਕਿ ਡਾਕਟਰ ਸਾਹਿਬ ਸਟੇਜ ਤੇ ਆ ਕੇ ਜੋ ਵਿਚਾਰ ਹਨ ਉਹ ਪੇਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਖਸ਼ਿਸ਼ ਤੇ صدਕਾ ਇਸ ਸੈਮੀਨਾਰ ਉਹਦੇ ਵਿੱਚ ਸ਼ਿਰਕਤ ਕਰ ਰਹੇ ਮੌਜੂਦ ਸਾਹਰਿਓਂ ਆਉ ਸਭ ਤੋਂ ਪਹਿਲਾਂ ਗੁਰਦੇ ਪਾਸ਼ਾ ਦੀ ਬਖਸ਼ਿਸ਼ ਮੁਕੱਦਸ ਫਤਿਹ ਬਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਬੰਧਕ ਸਾਹਿਬਾਨ ਦੇ ਵੱਲੋਂ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਬਜੈਕਟ ਦਿੱਤਾ ਗਿਆ ਹੈ ਉਹ ਹੈ ਖਾਲਸਾ ਰਾਜ ਕਿਉਂਕਿ ਸਾਡੇ ਅਵਚੇਤਨ ਮਨ ਦੇ ਵਿੱਚ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਇਹ ਗੱਲ ਹੈ ਕਿਉਂਕਿ ਅਸੀਂ ਰੋਜ਼ ਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ 'ਚ ਖੜੇ ਹੋ ਕੇ ਅਰਦਾਸ ਦੇ ਉਪਰੰਤ ਕਹਿੰਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਅੱਜ ਜਦੋਂ ਰਾਜ ਦੀ ਗੱਲ ਆਉਂਦੀ ਹੈ ਤੇ ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਜਾਂ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਜਿਹੜੀ एंपਾਇਰਸ ਨੇ ਜਿਹੜੇ ਰਾਜ ਸੀ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਸਟੇਟ ਹੁਡ ਮੰਨਿਆ ਉਹਦੇ ਬਾਰੇ ਇੱਕ ਚਰਚਾ ਚੱਲੀ ਸੀ ਰਾਜ ਕਿਹਸਾ ਹੋਵੇ ਤੇ ਕਿਸ ਰਾਜ ਨੂੰ ਮਨੁੱਖਤਾ ਦੇ ਵਾਸਤੇ ਸਭ ਤੋਂ ਵਧੀਆ ਰਾਜ ਕਿਹਾ ਜਾ ਸਕਦਾ ਜੋ ਆਪ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ VOTING ਤੋਂ ਬਾਅਦ ਜਵਾਬ ਆਇਆ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਰ ਸਾਡੇ ਮਨ ਚੋਂ ਰਾਜ ਸੱਤਾ ਨੂੰ ਕੱਢਿਆ ਜਾਵੇ ਸਟੇਟ ਹੁਡ ਨੂੰ ਕੱਢਿਆ ਜਾਵੇ ਦੇਦੇ ਪ੍ਰਤੀ ਸਰਜਿਆ ਕੀ ਗਿਆ ፕሮਪਾਗੈਂਡਾ ਕੀ ਕੀਤਾ ਗਿਆ ਰਣਜੀਤ ਸਿੰਘ ਨਸ਼ਈ ਸੀ ਰਣਜੀਤ ਸਿੰਘ ਜਨਾਨੀ ਬਾਜ ਸੀ ਵੋਮਨਾਈਜ਼ਰ ਨਸ਼ੇ ਕਰਦਾ ਸੀ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਇਹ ਸਾਰੇ ਦੋਸ਼ ਰਣਜੀਤ ਸਿੰਘ ਦੇ ਉੱਪਰ ਲਾਏ ਗਏ ਕਿਉਂ ਕਰਤਾਰਕੁਸ਼ੀ ਕੌਣ ਕਰ ਰਿਹਾ ਰਣਜੀਤ ਸਿੰਘ ਦੀ ਕਰਤਾਰਕੁਸ਼ੀ ਕਰ ਰਹੇ ਨੇ ਉਸ ਵੇਲੇ ਦੇ ਬ੍ਰਿਟਿਸ਼ ਸਕਾਲਰ ਕਰਨਗੇ ਉਹਦਾ ਇੱਕ ਕਾਰਨ ਹੈ ਕਿ ਜਦੋਂ ਸਾਰੀ ਦੁਨੀਆ ਨੂੰ ਜਿੱਤ ਚੁੱਕੇ ਨੇ ਤਾਂ ਇੱਕ ਰਾਜ ਅਜੇ ਵੀ ਉਹਨਾਂ ਦੇ ਅੱਗੇ ਖੜਾਇਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੂਸਰੀ ਕਿਰਦਾਰਕੁਸ਼ੀ ਕੌਣ ਕਰਨਗੇ ਇਸਲਾਮੀ ਸਕਾਲਰ ਉਹ ਕਰਨਗੇ ਕਿਉਂਕਿ ਉਹਨਾਂ ਨੇ ਪੰਜਾਬ ਦੀ ਉਹ ਸੱਤਾ ਦੇ ਉੱਪਰ ਲੰਬਾ ਸਮਾਂ ਰਾਜ ਕੀਤਾ ਤੇ ਇੱਕ ਥੋੜੀ ਜਿਹੀ ਘੱਟ ਗਿਣਤੀ ਕੌਮ ਉੱਠ ਕੇ ਉਹਨਾਂ ਦੇ ਉੱਪਰ ਰਾਜ ਕਰ ਰਹੀ ਹੈ ਉਹ ਕਿਉਂ ਨਹੀਂ ਕਿਰਦਾਰਕੁਸ਼ੀ ਕਰਨਗੇ ਤੀਸਰਾ ਗੈਰ ਸਿੱਖ Hindu ਸਕਾਲਰ ਕਿਉਂ ਨਹੀਂ ਕਿਰਦਾਰਕੁਸ਼ੀ ਕਰੇਗਾ ਇੱਕ ਤੇ ਉਹ ਅੰਗਰੇਜ਼ਾਂ ਦਾ ਸਟੇਟ ਸਟੋਰੀਨ ਬਣਿਆ ਹੋਇਆ ਦੂਸਰੀ ਗੱਲ ਉਹ ਗੱਲ ਇੱਕ ਮਹਿਸੂਸ ਕਰ ਰਿਹਾ ਜਿਹੜੀ ਗੱਲ ਤੁਹਾਨੂੰ ਹੁਣ ਮਹਾਤਮਾ ਗਾਂਧੀ ਦੇ ਪੁੱਤਰੇ ਰਾਜਮੋਨ ਗਾਂਧੀ ਦੀ ਲਿਖੀ ਕਿਤਾਬ ਦਾ ਜਿਹੜਾ ਪ੍ਰੀਫੇਸ ਹੈ ਨਾ ਉਹਦੇ ਚੋਂ ਸਮਝਣੀ ਪਵੇਗੀ ਉਹ ਕਹਿੰਦਾ ਮੈਂ ਹੈਰਾਨ ਹਾਂ ਇਹ ਮਾਨਸਿਕਤਾ ਹੈ ਇਹਨੂੰ ਸਮਝਿਓ ਕਹਿੰਦਾ ਮੈਂ ਹੈਰਾਨ ਹਾਂ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਹਿੰਦੂ ਤੇ ਮੁਸਲਮਾਨ ਕੀ ਕਰ ਰਹੇ ਸੀ ਜਦੋਂ 12% ਸਿੱਖ ਰਾਜ ਕਰ ਰਹੇ ਸੀ ਉਸ ਮਾਨਸਿਕਤਾ ਨੂੰ ਸਮਝੋ ਸੋ ਜਦੋਂ ਰਣਜੀਤ ਸਿੰਘ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਤੇ ਕਰਨ ਵਾਲੇ ਕੌਣ ਨੇ ਸਿੱਖ ਸਟੋਰੀਨ ਕਿਉਂ ਨਹੀਂ ਕਰਦੇ ਗਿਆਨੀ ਗਿਆਨ ਸਿੰਘ ਕਿਉਂ ਨਹੀਂ ਕਹਿੰਦੇ ਕਿ ਰਣਜੀਤ ਸਿੰਘ ਬੁਰਾ ਹੈ ਸਰਦਾਰ ਸਹੁਣ ਸਿੰਘ ਸੀਤਲ ਕਿਉਂ ਨਹੀਂ ਕਹਿੰਦੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਕਿਉਂ ਨਹੀਂ ਕਹਿੰਦੇ ਗਿਆਨੀ ਲਾਲ ਸਿੰਘ ਕਿਉਂ ਨਹੀਂ ਕਹਿੰਦੇ ਜਾਂ ਫਿਰ ਉਸ ਸਮੇਂ ਦੇ ਜਿਹੜੇ ਸਿੱਖ ਹਿਸਟੋਰੀਅਨ ਨੇ ਉਹ ਕਿਉਂ ਨਹੀਂ ਕਹਿੰਦੇ ਕਿ ਰਣਜੀਤ ਸਿੰਘ ਬੁਰਾ ਹੈ ਜਿਹੜੇ ਕਹਿ ਰਹੇ ਨੇ ਅਸੀਂ ਉਹਨਾਂ ਤੇ ਵਿਸ਼ਵਾਸ ਕੀਤਾ ਸੋ ਉਹ ਜਿਹੜਾ ਰਾਜ ਹੈ ਉਹ ਹੋਂਦ ਦੇ ਵਿੱਚ ਕਿਵੇਂ ਆਇਆ ਉਹਦੇ ਪਿਛੋਕੜ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਮੈਂ ਰਾਤੀ ਲੈਕਚਰ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਦੁਨੀਆਂ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸਿਰ ਕੇਵਲ ਸਿੱਖਾਂ ਦਾ ਨਹੀਂ ਦੁਨੀਆਂ ਦਾ ਕਿਉਂ ਗਿਣਿਆ ਜਾਂਦਾ ਹੈ ਕਿਉਂਕਿ ਦੁਨੀਆਂ ਦਾ ਪਹਿਲਾ ਬਾਦਸ਼ਾਹ ਹੈ ਜਿਹੜਾ ਬਾਦਸ਼ਾਹ ਬਣਿਆ ਤਖਤ ਤੇ ਨਹੀਂ ਬੈਠਾ ਦੁਨੀਆਂ ਦਾ ਪਹਿਲਾ ਬਾਦਸ਼ਾਹ ਹੈ ਜਿਹੜਾ ਬਾਦਸ਼ਾਹ ਬਣਿਆ ਗਲਗੀ ਨਹੀਂ ਲਗਾਈ ਦੁਨੀਆ ਦਾ ਪਹਿਲਾ ਬਾਦਸ਼ਾਹ ਹੈ ਬਾਦਸ਼ਾਹ ਬਣਿਆ ਸਿੱਕਾ ਆਪਣੇ ਨਾਮ ਤੇ ਜਾਰੀ ਨਹੀਂ ਕੀਤਾ ਉਸਨੇ ਲਿਖਿਆ ਸਿੱਕਾ ਜਦਬਰ ਹਰ ਦੋ ਆਲਮ ਨੇ ਤੇਗ ਨਾਨਕ ਵਾਬ ਅਸਤ ਇਹ ਸਿੱਕਾ ਮੇਰੇ ਕਰਕੇ ਨਹੀਂ ਹੈ ਗੁਰਨਾਨਕ ਦੀ ਕਿਰਪਾ ਕਰਕੇ ਪਹਿਲਾ ਬਾਦਸ਼ਾਹ ਜਿਸ ਨੇ ਆਪਣੀ ਮੋਹਰ ਦੇ ਉੱਪਰ ਆਪਣਾ ਨਾਮ ਨਹੀਂ ਲਿਖਾਇਆ ਉਸਨੇ ਮੋਹਰ ਦੇ ਉੱਪਰ ਲਿਖਾਇਆ ਦੇਗੋ ਤੇਗੋ ਫਤਹਿ ਨੁਸਰਤ ਬੇਦਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਕਿ ਇਹ ਜਿਹੜਾ ਰਾਜ ਹੈ ਜਿਹਦੇ ਵਿੱਚ ਐਵਰ ਐਕਸਪੈਂਡਿੰਗ ਪ੍ਰੋਸਪਰਿਟੀ ਇਹਨੂੰ ਕਹਿੰਦੇ ਨੁਸਰਤ ਬੇਦਰੰਗ ਐਵਰ ਐਕਸਪੈਂਡਿੰਗ ਪ੍ਰੋਸਪਰਿਟੀ ਹਮੇਸ਼ਾ ਖੁਸ਼ੀਆਂ ਤੇ ਖੇੜੇ ਦਾ ਫਲਾ ਇਹ ਰਾਜ ਕਿੰਨੇ ਦਿੱਤਾ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਤੇਗ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦੇਗ ਨੇ ਉਹ ਕਹਿੰਦਾ ਦੇਗੋ ਤੇਗੋ ਫਤਹਿ ਨੁਸਰਤ ਬੇਦਰੰਗ ਇਹਦੇ ਵਿੱਚ ਸਪਿਰਚੁਅਲਟੀ ਵੀ ਆ ਜਾਂਦੀ ਹੈ ਇਹਦੇ ਵਿੱਚ ਅੰਪੀਰੀਅਲਿਜ਼ਮ ਵੀ ਆ ਜਾਂਦਾ ਹੈ ਇਹਦੇ ਵਿੱਚ ਇੰਪਾਇਰ ਵੀ ਆ ਜਾਂਦਾ ਹੈ ਇਹਦੇ ਵਿੱਚ ਐਥਿਕਸ ਵੀ ਆ ਜਾਂਦੇ ਨੇ ਦੇਗੋ ਤੇਗੋ ਫਤਹਿ Nusrat be rang yafat ajnanak Guru Gobind Singh ਦੁਨੀਆ ਦਾ ਪਹਿਲਾ ਬਾਦਸ਼ਾਹ ਜਦੋਂ ਉਹ ਕਿਸੇ ਨੂੰ ਚਿੱਠੀ ਲਿਖਦਾ ਉਹਦੀਆਂ ਦੋ ਲਿਖਤੀਆਂ ਹੋਈਆਂ ਚਿੱਠੀਆਂ ਜਿਹੜੀਆਂ ਨੇ ਸਾਨੂੰ ਇਤਿਹਾਸ 'ਚ ਮਿਲਦੀਆਂ ਨੇ ਇੱਕ ਜੌਨਪੁਰ ਦੀ ਸੰਗਤ ਦੇ ਨਾਮ ਤੇ ਇੱਕ ਭਾਈ ਰੂਪੀ ਕਹਿੰਦੇ ਨਾਮ ਉਸ ਸਮੇਂ ਇੱਕ ਪ੍ਰਚਲਨ ਸੀ ਖੁਤਬਾ ਪੜਨਾ ਕਿ ਜਦੋਂ ਕੋਈ ਬਾਦਸ਼ਾਹ ਤਖਤ ਤੇ ਬੈਠਦਾ ਸੀ ਉਹ ਆਪਣੇ ਨਾਮ ਦਾ ਕੈਲੰਡਰ ਜਾਰੀ ਕਰਦਾ ਸੀ ਜਿਵੇਂ ਆਪਾਂ ਕਿੰਨੇ ਕੈਲੰਡਰ ਬਹਾਦਰ ਸ਼ਾਹੀ ਜਾਂ ਫਿਰ ਹਿਜਰੀ ਕੈਲੰਡਰ ਜਦੋਂ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਹੈ ਜਾਂ ਫਿਰ ਔਰੰਗਜ਼ੇਬ ਸੰਮਤ ਸਾਰੇ ਬੰਦੇ ਆਪਣੇ ਨਾਮ ਦੇ ਉੱਪਰ ਇੱਕ ਆਪਣਾ ਕੈਲੰਡਰ ਸ਼ੁਰੂ ਕਰਦਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਚਿੱਠੀਆਂ ਦੇ ਥੱਲੇ ਪਤਾ ਕੀ ਲਿਖਦਾ ਸੰਮਤ ਨਾਨਕ ਇਕ ਨਾਨਕ ਦੇ ਨਾਮ ਦਾ ਸੋ ਮੈਂ ਕਈ ਵਾਰੀ ਕਹਿੰਦਾ ਕਿ ਸਾਡਾ ਪਹਿਲਾ ਨਾਨਕਸ਼ੇਕ ਕੈਲੰਡਰ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕਰ ਦਿੱਤਾ ਜਿਸ ਨੇ ਆਪਣੀਆਂ ਚਿੱਠੀਆਂ ਦੇ ਉੱਪਰ ਵੀ ਨਾਨਕ ਇਕ ਸ਼ਬਦ ਵਰਤਿਆ ਸੋ ਇਹ ਜਿਹੜੀਆਂ ਰਾਜ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਖੁਤਬਾ ਜਾਰੀ ਕਰਨਾ ਸਿੱਕਾ ਜਾਰੀ ਕਰਨਾ ਮੋਹਰ ਜਾਰੀ ਕਰਨੀ ਤਖਤ ਤੇ ਬੈਠਣਾ ਬੰਦਾ ਸਿੰਘ ਬਹਾਦਰ ਨੇ ਇਹ ਕੁਝ ਵੀ ਨਹੀਂ ਕੀਤਾ ਜੋ ਕੁਝ ਕੀਤਾ ਹੈ ਗੁਰੂ ਨੂੰ ਡੈਡੀਕੇਟ ਕਰ ਦਿੱਤਾ ਇਸ ਕਰਕੇ ਸਿੱਕਿੰਦ ਦੀ ਦੁਨੀਆ ਦਾ ਪਹਿਲਾ ਬਾਦਸ਼ਾਹ ਹੁਣ ਜਦੋਂ ਬੰਦਾ ਸਿੰਘ ਬਹਾਦਰ 1709-10 ਦੇ ਵਿੱਚ ਸਰਹੰਦ ਨੂੰ ਫਤਿਹ ਕਰ ਰਹੇ ਨੇ ਉਦੋਂ ਇੱਕ ਲੜਾਈ ਹੋਰ ਚੱਲ ਰਹੀ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਇਹ ਅੰਮ੍ਰਿਤਸਰ ਦੀ ਜੰਗ ਔਰ ਉਹ ਅੰਮ੍ਰਿਤਸਰ ਦੀ ਜੰਗ ਜਿਸ ਦੇ ਬਾਰੇ ਜੈਪੁਰ ਰਿਕਾਰਡਸ ਜੈਪੁਰ ਆਰਕਾਈਵਸ ਦੇ ਵਿੱਚ ਇੱਕ ਪਰਸ਼ੀਅਨ ਸੋਰਸ ਪਿਆ ਹੈ ਅਖਬਾਰ ਅਤ ਤੇ ਦਰਬਾਰ-ਏ-ਮੁਲਕ ਉਹਦੇ ਵਿੱਚ ਇੱਕ ਲਾਈਨ ਹੈ ਕਿ ਗੁਰੂ ਕਾ ਚੱਕ ਉਸ ਸਮੇਂ ਅੰਮ੍ਰਿਤਸਰ ਨੂੰ ਗੁਰੂ ਕਾ ਚੱਕ ਕਿਹਾ ਜਾਂਦਾ ਸੀ ਗੁਰੂ ਕੇ ਚੱਕ ਦੇ ਵਿੱਚ ਸਿੱਖਾਂ ਦੇ ਕੋਲੋਂ ਇਸਲਾਮੀ ਸਟੇਟ ਹਾਰ ਗਈ ਹੈ ਤੁਹਾਨੂੰ ਪਤਾ ਹੋ 1709 ਦੀ جنگ ਦੇ ਬਾਰੇ ਕਿਉਂਕਿ ਇਤਿਹਾਸ ਚੋਂ ਖਤਮ ਕੀਤੀ ਗਈ ਅਸੀਂ ਇਤਿਹਾਸ ਦੇ ਵਿੱਚੋਂ ਦਿਲਚਸਪੀ ਖਤਮ ਕੀਤੀ ਉਹਨਾਂ ਨੇ ਸਾਡਾ ਇਤਿਹਾਸ ਖਤਮ ਕੀਤਾ ਨਾ ਸਕੂਲਾਂ ਦੇ ਵਿੱਚ ਨਾ ਕਾਲਜਾਂ ਦੇ ਵਿੱਚ ਤੇ ਇੱਥੋਂ ਤੱਕ ਸਾਡੇ ਧਾਰਮਿਕ ਸਟੇਜਾਂ ਦੇ ਉੱਪਰ ਵੀ ਇਤਿਹਾਸ ਖਤਮ ਹੋ ਗਿਆ ਇਤਿਹਾਸ ਪ੍ਰਤੀ ਸਾਡੀ ਦਿਲਚਸਪੀ ਖਤਮ ਹੁੰਦੀ ਗਈ ਉਹਦੇ ਕਾਰਨ ਕੀ ਨੇ ਮੇਰੇ ਖਿਆਲ ਦੇ ਨਾਲ ਮੈਂ ਕੱਲ ਜਦੋਂ 2 ਦਿਨ ਲੈਕਚਰ ਕੀਤੇ ਤਾਂ ਕੁਝ ਵੀਰਾਂ ਨੇ ਕਿਹਾ ਕਿ ਸਟੇਜ ਦੇ ਉੱਪਰ ਉਹ ਪਹਿਲੀ ਵਾਰ ਇਤਿਹਾਸ ਸੁਣਾਇਆ ਗਿਆ ਪਤਾ ਨਹੀਂ ਸੰਗਤ ਪਸੰਦ ਕਰੇ ਜਾਂ ਨਾ ਕਰੇ ਕਿੰਨੇ ਪਸੰਦ ਕਰਦੇ ਹੋ ਮੈਨੂੰ ਗਿਣਤੀ ਦੇ ਨਾਲ ਮਤਲਬ ਨਹੀਂ ਹੈ ਮੈਂ ਤੇ ਕਿੰਨਾ ਕੋਈ ਇੱਕ ਬੱਚਾ ਵੀ ਪਸੰਦ ਕਰ ਲਵੇ ਇੱਕ ਹੀ ਨਿਕਲ ਆਵੇ ਕਿ ਅਸੀਂ ਆਪਣੇ ਇਤਿਹਾਸ ਨੂੰ ਸੰਭਾਲਣਾ ਹੈ ਅਸੀਂ ਵਿਰਸੇ ਨੂੰ ਸੰਭਾਲਣਾ ਹੈ ਅਸੀਂ ਆਪਣੇ ਹੈਰੀਟੇਜ ਨੂੰ ਸੰਭਾਲਣਾ ਹੈ ਅਸੀਂ ਵਿਰਾਸਤ ਨੂੰ ਨਾਲ ਲੈ ਕੇ ਚੱਲਣਾ ਕੋਈ ਇੱਕ ਹੀ ਨਿਕਲਾਵੇ ਮੈਂ ਕਦੀ ਵੀ ਇਹ ਨਹੀਂ ਸੋਚਿਆ ਕਿ ਮੈਂ ਲੈਕਚਰ ਕਰ ਰਿਹਾ ਹੋਵਾਂ ਤੇ ਬਹੁਤ ਜ਼ਿਆਦਾ ਗਿਣਤੀ ਹੋਵੇ ਨਹੀਂ ਮੈਂ ਕਿੰਨਾ ਹੋਣਾ ਦੋ ਹੋਣ ਪਰ ਸੁਣਨ ਵਾਲੇ ਹੋਣ ਸੋ ਮੇਰੀ ਮਾਨਸਿਕਤਾ ਇੱਥੇ ਟਿਕੀ ਹੈ ਸਾਨੂੰ ਇਤਿਹਾਸ ਦੇ ਲੈਕਚਰ ਚੰਗੇ ਲੱਗੇ ਜਾਂ ਨਹੀਂ ਲੱਗੇ ਉਹ ਤੁਹਾਡੀ ਇੱਛਾ ਤੇ ਮੁਨਸਰ ਹੈ ਖੈਰ ਇਹ ਜਿਹੜੀ جنگ 1709 ਵਿਸਾਖ ਨੂੰ ਅੰਮ੍ਰਿਤਸਰ ਛੋਰੀ ਹੈ ਇਹ ਕੌਣ ਲੜ ਰਿਹਾ ਕਲਗੀਧਰ ਪਾਸ਼ਾ ਗੁਰਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵਾਸਤੇ ਭੇਜ ਦਿੱਤੇ ਗਏ ਨੇ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਦੇ ਨਾਲ ਨੇ ਬਾਬਾ ਲੱਖੀ ਸ਼ਾਹ ਵਣਜਾਰਾ ਦਾ ਬੇਟਾ ਭਾਈ ਨਗਾਇਆ ਸਿੰਘ ਉਮਰ ਪਤਾ ਕਿੰਨੀ 99 ਸਾਲ ਤੁਸੀਂ ਕਦੀ ਬਾਬਾ ਲੱਖੀ ਸ਼ਾ ਵਣਜਾਰਾ ਦੇ ਬਾਰੇ ਪੜ੍ਹ ਕੇ ਵੇਖੋ ਮੈਂ ਉਹਨਾਂ ਦੇ ਬਾਰੇ ਮੈਂ ਪਿੱਛੇ ਜੇ ਜਦੋਂ ਬਾਬਾ ਮੱਖਣ ਸ਼ਾ ਲੁਬਾਣਾ ਦੇ ਉੱਪਰ ਕਿਤਾਬ ਲਿਖੀ ਬੜੀ ਵੱਡੀ ਕਿਤਾਬ ਸੀ ਉਸ ਤੋਂ ਕਿਤਾਬ ਦੇ ਉੱਪਰ ਖੋਜ ਕਰਦਿਆਂ ਕਰਦਿਆਂ ਜਦੋਂ ਮੈਂ ਵਣਜਾਰੇ ਪਰਿਵਾਰਾਂ ਦੇ ਉੱਪਰ ਖੋਜ ਨਾਲ ਕੀਤੀ ਤੇ ਹੁਣ ਮੈਂ ਉਹ ਕਿਤਾਬ ਲਿਖ ਰਿਹਾ ਲੱਖੀ ਸ਼ਾ ਵਣਜਾਰਾ ਜੀ ਦੇ ਉੱਪਰ ਕੁਝ 1-2 ਸਾਲ ਤਾਂ ਜੇ ਲੱਗ ਜਾਣਗੇ ਮੈਂ ਹੈਰਾਨ ਰਹਿ ਗਿਆ ਹੈਰਾਨ ਮੈਂ ਇਸ ਗੱਲ ਤੋਂ ਰਹਿ ਗਿਆ ਕਿ ਲਾਲ ਕਿਲਾ ਜਿਹੜਾ ਇਹਦਾ ਜਿਹੜਾ ਆਰਕੀਟੈਕਟ ਇਸ ਦੇ ਨਕਸ਼ੇ ਨੂੰ ਬਣਾਉਣ ਵਾਲਾ ਜਿਹੜਾ ਉਹ 우ਸਤਾਦ ਅਹਿਮਦ ਲਾਹੌਰੀ ਹੈ ਤੇ ਇਹਦੀ ਕੰਸਟਰਕਸ਼ਨ ਦਾ ਠੇਕਾ ਕਿਹਦੇ ਕੋਲ ਆ ਲੱਖੀ ਸ਼ਾ ਵਣਜਾਰਾ ਜੀ ਦੇ ਪਿਤਾ ਜੀ ਤੇ ਲੱਖੀ ਸ਼ਾ ਦੇ ਕੋ ਮੈਂ ਫਿਰ ਜ਼ਮੀਨੀ ਇੰਦਰਾਜ ਜਿਹੜੇ ਜ਼ਮੀਨ ਦੇ ਕਾਗਜ਼ਾਤ ਹੁੰਦੇ ਜਿਸ ਨੂੰ ਅਸੀਂ ਜ਼ਰਾਇਤੀ ਬੰਦੋਬਸਤ ਕਹਿੰਦੇ ਆ ਮੈਂ ਦਿੱਲੀ ਦੇ ਉਹ ਕੱਢ ਕੇ ਵੇਖੇ ਰਾਇਸਨਾ ਕਨੋਟ ਪਲੇਸ ਭਗਲਪੁਰਸ਼ ਰਿਕਾਬगंज ਦਾ ਇਲਾਕਾ ਬਾਰਖਮਦ ਇਲਾਕਾ ਸਾਰੇ ਹੀ ਇਲਾਕੇ ਦੀ ਮਲਕੀਅਤ ਬਾਬਾ ਲੱਖੀ ਸ਼ਾ ਵਨਜਾਰਾ ਦੀ ਹੋਰ ਅੱਗੇ ਆ ਜਾਈਏ ਲੋਗੜ ਦਾ ਇਲਾਕਾ ਤਕਰੀਬਨ 250 ਸਕਰ ਕਿਲੋਮੀਟਰ ਦੇ ਵਿੱਚ ਸਾਰੀ ਜਾਇਦਾਦ ਬਾਬਾ ਲੱਖੀ ਸ਼ਾ ਵਨਜਾਰਾ ਦੇ ਨਾਮ ਦੇ ਉੱਪਰ ਹੋਰ ਅੱਗੇ ਆ ਜਾਈਏ ਤਕਰੀਬਨ 82 ਪਿੰਡ ਤੇ ਪਿੰਡਾਂ ਦੇ ਵਿੱਚ 50 ਤੋਂ ਵੱਧ ਖੂਹ ਜਿਨ੍ਹਾਂ ਦੇ ਵਿੱਚ ਸਿਲਾਂ ਲੱਗੀਆਂ ਹੋਈਆਂ ਨੇ ਬਾਬਾ ਲੱਖੀ ਸ਼ਾ ਵਨਜਾਰਾ ਦੇ ਨਾਮ ਦੀਆਂ ਕਿੱਥੇ ਅੱਜ ਦੇ ਅੰਬਾਨੀ ਅਦਾਨੀ ਉਹਦੇ ਬਰਾਬਰ ਕਿੱਥੇ ਹੋਣਗੇ ਤੇ ਹੁਣ ਤੁਸੀਂ ਵੇਖੋ ਕਿ ਕਿੰਨੀ 엘ੀਟ ਕਲਾਸ ਹੈ ਜਿਹੜੀ ਗੁਰੂ ਦੇ ਨਾਲ ਜੁੜੀ ਹੈ ਪਰ ਜਦੋਂ ਗੁਰੂ ਨਾਲ ਜੁੜੇ ਸਭ ਕੁਝ ਸਮਰਪਿਤ ਕਰ ਦਿੱਤਾ ਸ਼ਹਾਦਤ ਤਾਂ ਪ੍ਰਾਪਤ ਕਰ ਲਈਆਂ ਪਰ ਸਾਰੀ ਜਾਇਦਾਦ ਜਾਣ ਦੇ ਬਾਵਜੂਦ ਵੀ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਅਸੀ ਤਾਂ ਇਤਿਹਾਸ ਦੇ ਵਾਸਤੇ 1 2 10 ਰੁਪਏ ਕੱਢਣੇ ਔਖਾ ਲੱਗਦਾ ਤੇ ਲੱਖੀ ਸ਼ਾਹ ਬਨਜਾਰਾ ਦੀ ਜਾਇਦਾਦ ਵੇਖੋ ਅਸੀਂ ਇਤਿਹਾਸ ਦੇ ਵਿੱਚ ਸਾਡੇ ਪ੍ਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਕਿਉਂ ਬਾਪੂ ਜੀ ਅਸੀਂ ਜਦੋਂ ਅਰਦਾਸ ਕਰਦੇ ਹੁੰਦੇ ਸੀ ਹੁਣ ਅਰਦਾਸ ਚ ਸ਼ਬਦ ਨਹੀਂ ਬੋਲਦੇ ਪਰ ਪਹਿਲਾਂ ਸਾਡੇ ਗਰੰਥੀ ਸਿੰਘ ਕਹਿੰਦੇ ਹੁੰਦੇ ਸੀ ਜਿੰਨਾ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਣ ਪੀਸੇ ਬੱਚਿਆਂ ਦੇ ਟੁਕੜੇ ਝੂਲੀਆਂ ਚ ਪਵਾਏ ਇਹ ਕਿਹਾ ਜਾਂਦਾ ਸੀ ਮੀਰ ਮੰਨੂ ਦੇ ਸਮੇਂ ਉਹਨਾਂ ਬੀਬੀਆਂ ਦੀ ਜਥੇਦਾਰ ਕੌਣ ਸੀ ਬਾਬਾ ਲੱਖੀ ਸ਼ਾਹ ਵਨਜਾਰਾ ਦੀ ਬੇਟੀ ਬੀਬੀ ਸੀਤੋਬਾਈ ਅਮਰਿਤ ਸ਼ਾਹ ਕੇ ਬੀਬੀ ਬਸੰਤਕੌਰ ਬਣੀ ਤੇ ਵਿਆਹ ਹੋਇਆ ਭਾਈ ਮਨੀ ਸਿੰਘ ਜੀ ਦੇ ਨਾਲ ਭਾਈ ਮਨੀ ਸਿੰਘ ਜੀ ਦੀ ਧਰਮ ਪਤਨੀ ਲੱਖੀ ਸ਼ਾਹ ਵਨਜਾਰਾ ਦੀ ਬੇਟੀ ਹੈ 10 ਪੁੱਤਰ ਨੇ ਦਸਾਂ ਦੇ ਵਿੱਚੋਂ ਭਾਈ ਭਗਵਾਨ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਸ਼ਹੀਦ ਨੇ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਰਿਸ਼ਤੇ ਦੇ ਵਿੱਚੋਂ ਬੇਟੇ ਪੁੱਤਰੇ ਭਤੀਜੇ ਭਰਾ 56 ਸ਼ਹੀਦ ਇੱਕ ਪਰਿਵਾਰ ਦੇ ਵਿੱਚੋਂ ਗਿਣਤੀ ਨਹੀਂ ਹੁੰਦੀ ਸਟੇਜ ਤੇ ਬੋਲਣਾ ਔਖਾ ਹੁੰਦਾ ਹੈ ਕਿ ਇੱਕ ਪਰਿਵਾਰ ਦੇ ਵਿੱਚੋਂ ਇੰਨੀਆਂ ਵੱਡੀਆਂ ਸ਼ਹਾਦਤਾਂ ਅੰਮ੍ਰਿਤਸਰ 1709 ਭਾਈ ਮਨੀ ਸਿੰਘ ਉੱਥੇ ਨੇ ਤੇ ਉਸ ਵੇਲੇ ਲਾਹੌਰ ਦੇ ਉਸ ਸਮੇਂ ਦੇ ਨਵਾਬ ਨੇ ਹਮਲਾ ਕਰ ਦਿੱਤਾ ਜਦੋਂ ਉਹ ਹਮਲਾ ਕਰ ਦਿੱਤਾ ਤੇ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਬਚਾਉਣ ਦੇ ਵਾਸਤੇ ਦਰਬਾਰ ਸਾਹਿਬ ਦੇ ਬਾਹਰ 1709 ਦੇ ਵਿੱਚ ਇੱਕ جنگ ਹੋਈ ਹੈ ਉਸ جنگ ਦੀ ਅਗਵਾਈ ਕਰ ਰਹੇ ਨੇ ਉਸ جنگ ਦੇ ਜਰਨੈਲ ਨੇ ਭਾਈ ਮਨੀ ਸਿੰਘ ਜੀ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਬਹੁਤ ਸਾਰੇ ਇਤਿਹਾਸਕਾਰ ਕਹਿੰਦੇ ਨੇ ਸ਼ਾਇਦ ਭਾਈ ਮਨੀ ਸਿੰਘ ਨੇ ਕੋਈ جنگ ਨਹੀਂ ਲੜੀ 1709 ਦੀ جنگ ਦੀ ਅਗਵਾਈ ਕੀਤੀ ਹੈ ਭਾਈ ਮਨੀ ਸਿੰਘ ਨੇ ਔਰ ਇਸ جنگ ਦੇ ਵਿੱਚ ਲੜੇ ਨੇ ਭਾਈ ਨਗਾਈਆ ਸਿੰਘ ਜੀ ਤੇ ਭਾਈ ਤਾਰਾ ਸਿੰਘ ਦੇ ਵਾਂ ਦੇ ਪਿਤਾ ਭਾਈ ਗੁਰਦਾਸ ਜੀ ਔਰ ਇਸ جنگ ਦੇ ਵਿੱਚ ਸ਼ਹੀਦ ਹੋਏ ਨੇ ਲਖੀਸ਼ਾ ਵਣਜਾਰਾ ਦੇ ਸੁਪੁੱਤਰ ਬਾਬਾ ਨਗਾਈਆ ਸਿੰਘ ਜੀ ਨ ਕੋਈ ਵੀ ਤੁਹਾਡੇ ਚੋਂ ਮੇਰਾ ਵੀਰ ਭੈਣ ਬਜ਼ੁਰਗ ਹੱਥ ਖੜਾ ਕਰਕੇ ਦੱਸ ਤੋ ਕਦੀ ਇਸ ਜੰਗ ਦੇ ਬਾਰੇ ਪੜਿਆ ਕੇਵਲ ਇੱਕ ਸਰੋਤ ਰਹਿ ਗਿਆ ਸਾਡੇ ਕੋਲ ਦਰਸ਼ਨ ਭਗਤ ਦੀਵਾਰ ਬਾਕੀ ਇਸ ਜੰਗ ਦੇ ਸਰੋਤ ਹੌਲੀ ਹੌਲੀ ਸਾਰੇ ਖਤਮ ਕਰ ਦਿੱਤੇ ਗਏ ਇਸ ਜੰਗ ਦੇ ਬਾਰੇ ਇੱਕ ਜਿਹੜਾ ਵੱਡਾ ਮੁਹਾਵਰਾ ਮਸ਼ਹੂਰ ਹੋਇਆ ਸੀ ਦੇਵਾ ਭੱਜਾ ਹਰਸਾ ਮਾਰਿਆ ਅਸਲਮ ਗਈ ਲਾਹੌਰ ਅਸਲਮ ਖਾਨ ਉਹ ਲਾਹੌਰ ਦਾ ਗਵਰਨਰ ਸੀ ਦੇਵਾ ਚੌਧਰੀ ਲੈ ਕੇ ਆਇਆ ਸੀ ਤੇ ਜਿਹੜਾ ਹਰਸ ਹਾਇ ਚੌਧਰੀ ਸੀ ਉਹ ਅਗਵਾਈ ਕਰ ਰਿਆ ਸੀ ਜੰਗ 'ਚ ਮਾਰਿਆ ਗਿਆ ਅਸਲਮ ਖਾਨ ਨੂੰ ਭੱਜਣਾ ਪਿਆ ਤੇ ਹੁਣ ਇਸ ਜੰਗ ਨੂੰ ਇਹ ਕਿਉਂ ਲਿਖਿਆ ਗਿਆ ਅਖਬਾਰਾਂ ਤੇ ਦਰਬਾਰੇ ਮੌਲਾ ਦੇ ਵਿੱਚ ਕਿ ਦਿੱਲੀ ਮੁਗਲ ਸਰਕਾਰ ਦੀ ਹਾਰ ਹੋ ਗਈ ਹੈ ਗੁਰੂ ਦੇ ਚੱਕ ਦੇ ਵਿੱਚ ਇਸ ਕਰਕੇ ਲਿਖਣਾ ਪਿਆ ਕਿ ਉਸ ਵੇਲੇ ਲਾਹੌਰ ਦਾ ਗਵਰਨਰ ਅਸਲਮ ਖਾਨ ਸਿੱਧੇ ਤੌਰ ਦੇ ਉੱਪਰ ਦਿੱਲੀ ਦੇ ਬਾਦਸ਼ਾਹ ਸ਼ਹਿਜ਼ਾਦਾ ਮਰਜ਼ੂਮ ਬਹਾਦਰ ਸ਼ਾਹ ਦੇ ਅਧੀਨ ਸੀ ਲਾਹੌਰ ਦਿੱਲੀ ਦੇ ਅਧੀਨ ਸੀ ਲਾਹੌਰ ਦੀ ਹਾਰ ਦਿੱਲੀ ਦੀ ਹਾਰ ਸੀ 1709 ਦੇ ਵਿੱਚ ਇਹ جنگ ਹੋਈ ਅਗਲੀ ਗੱਲ ਅਸੀਂ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਮਨ ਦੇ ਵਿੱਚ ਇੱਕ ਗੱਲ ਪਾ ਦਿੱਤੀ ਗਈ ਜਿਹੜੀ ਸਾਡੇ ਸੰਕਲਪ ਦੇ ਬਿਲਕੁਲ ਉਲਟ ਸੀ ਸਾਡੇ ਪ੍ਰਚਾਰਕਾਂ ਨੇ ਸਾਡੇ ਇਤਿਹਾਸਕਾਰਾਂ ਨੇ ਇੱਕ ਗੱਲ ਕਹੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰਾਂ ਦਾ ਬਦਲਾ ਲੈਣ ਵਾਸਤੇ ਭੇਜਿਆ ਇਹ ਕੀ ਹੈਗਾ ਜੀ ਪਰ ਗੁਰੂ ਪਾਤਸ਼ਾਹ ਨੇ ਤੇ ਇਹ ਗੱਲ ਕਹੀ ਨਹੀਂ ਗੁਰੂ ਪਾਤਸ਼ਾਹ ਨੇ ਕਿਹਾ ਲੇਵਨ ਤੇ ਬਦਲਾ ਤੁਰਕੰਤੇ ਮੋਹੇ ਪਠਾਇਓ ਗੁਰੂ ਸੈਕਰ ਬੰਦਾ ਮਾਰ ਤੁਕੇ ਕਰ ਖਵਾਰ ਵਜ਼ੀਦੇ ਦੇਹੋ ਉਜਾੜ ਲਟਿਓ ਸਰਹੰਦਾ ਗੁਰੂ ਪਾਤਸ਼ਾਹ ਨੇ ਕਿਹਾ ਕਿ ਕੇਵਲ ਤੇ ਕੇਵਲ ਉਸ ਜ਼ੁਲਮ ਦੇ ਰਾਜ ਨੂੰ ਖਤਮ ਕਰਕੇ ਹਲੇਮੀ ਰਾਜ ਦੀ ਸਥਾਪਨਾ ਕਰ ਲਈ ਔਰ ਬਦਲਾ ਸਾਡਾ ਕਨਸੈਪਟ ਹੀ ਨਹੀਂ ਹੈ ਬਦਲਾ ਹੈ ਕੀ ਹੈ ਕਿਸੇ ਨੇ ਮੇਰੇ ਬਾਪ ਦਾ ਕਤਲ ਕੀਤਾ ਉਹਦੇ ਬਦਲ ਦੇ ਵਿੱਚ ਮੈਂ ਉਹਦੇ ਬਾਪ ਨੂੰ ਮਾਰ ਦੇਵਾਂ ਇਹ ਬਦਲਾ ਹੈ ਸਿੱਖਾਂ ਦੇ ਵਿੱਚ ਇਹ ਗੱਲ ਨਹੀਂ ਹੈ ਸਿੱਖਾਂ ਦੇ ਵਿੱਚ ਹੈ ਕਿ ਜਿਹੜਾ ਦੋਸ਼ੀ ਹੈ ਉਸ ਨੂੰ ਕਰਨੀ ਦਾ ਫਲ ਭੁਗਤੋਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰਿਆ ਕਿਉਂਕਿ ਉਹਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦਾਂ ਨੂੰ ਸ਼ਹੀਦ ਕੀਤਾ ਸੀ ਉਹਦੇ ਪੁੱਤਰ ਦੌਲਤ ਮਹਮਦ ਨੂੰ ਨਹੀਂ ਮਾਰਿਆ ਉਹਦੇ ਪੁੱਤਰ ਨਾਲ ਕੀ ਵੈਰ ਹੈ ਜੇ ਪੁੱਤਰ ਨੂੰ ਮਾਰਿਆ ਜਾਂਦਾ ਫਿਰ ਬਦਲਾ ਹੋਣਾ ਸੀ ਕਿ ਤੂੰ ਸਾਡੇ ਗੁਰੂ ਦੇ ਫਰਜ਼ੰਦ ਸ਼ਹੀਦ ਕਰਾਏ ਨੇ ਅਸੀਂ ਤੇਰਾ ਪੁੱਤਰ ਮਾਰਿਆ ਇਹਨੂੰ ਬਦਲਾ ਕਿਹਾ ਜਾਂਦਾ ਹੈ ਬਦਲਾ ਨਹੀਂ ਸੀ ਸਾਡੇ ਵਿੱਚ ਸਾਡੇ ਸੀ ਕਿ ਜਿਹੜਾ ਦੋਸ਼ੀ ਹੈ ਉਸ ਨੂੰ ਉਸ ਦੀ ਕਰਨੀ ਦਾ ਫਲ ਦੇਣਾ ਜੇਕਰ ਗੱਲ ਕੇਵਲ ਤੇ ਕੇਵਲ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦਾਂ ਦੀ ਸ਼ਹਾਦਤ ਦੇ ਬਦਲੇ ਦੀ ਗੱਲ ਹੁੰਦੀ ਫਿਰ ਤਾਂ 1710 ਚ ਖਤਮ ਹੋ ਗਈ ਸੀ ਵਜ਼ੀਰ ਖਾਨ ਮਾਰਿਆ ਜਾ ਚੁੱਕਾ ਸੀ ਬਾਅਦ ਵਿੱਚ ਜੰਗਾਂ ਲੜਨ ਦੀ ਕੀ ਲੋੜ ਸੀ ਨਹੀਂ ਜੰਗਾਂ ਲੜਨ ਦੀ ਲੋੜ ਇਸ ਕਰਕੇ ਸੀ ਕਿਉਂ ਗੁਰੂ ਪਾਸ਼ਾ ਨੇ ਕਿਹਾ ਸੀ ਸਭ ਸੁਖਾਲੀ ਵੁੱਠੀਆਂ ਇਹ ਹੋਆ ਹਲੇਮੀ ਰਾਜ ਜੀਓ ਉਸ ਹਲੇ ਮੀ ਰਾਜ ਦੇ ਵਾਸਤੇ ਜੰਗ ਨੂੰ ਜਾਰੀ ਰੱਖਣ ਦੀ ਲੋੜ ਸੀ ਔਰ ਇਸ ਜੰਗ ਦੇ ਵਿੱਚ ਇਹ ਵੀ ਨੇਸ਼ਨ ਸਟੇਟ ਸੀ ਅੱਜ ਵੀ ਹਿੰਦੁਸਤਾਨ ਚ ਨੇਸ਼ਨ ਸਟੇਟ ਦੀ ਗੱਲ ਹੋ ਰਹੀ ਹੈ ਨਾ ਬੰਦਾ ਸਿੰਘ ਬਹਾਦਰ ਦਾ 6 ਸਾਲ ਦਾ ਰਾਜ ਵੀ ਨੇਸ਼ਨ ਸਟੇਟ ਹੈ ਪਰ ਸਾਡੇ ਤੇ ਇਸ ਨੇਸ਼ਨ ਸਟੇਟ ਚ ਫਰਕ ਕੀ ਹੈ ਇੱਥੇ ਹੈ ਇੱਕ ਬਹੁ ਗਿਣਤੀ ਐਂਡ ਆਦਰਸ ਸਾਡੇ ਚੋਂ ਨਹੀਂ ਸੀ ਸਾਡੇ ਸੀ ਸਭੇ ਸਾਂਝੀ ਵਾਰਸ ਦਾਇਨ ਤੋਂ ਕਿਸੇ ਨਦੀ ਸੇ ਬਾਹਰ ਆ ਜਿਓ ਸਾਡਾ ਨੇਸ਼ਨ ਸਟੇਟ ਇਹ ਸੀ ਇਸੇ ਕਰਕੇ ਖ਼ਬਾਰਾਂ ਤੇ ਦਰਬਾਰੇ ਮੌਲਾ ਦੀਆਂ ਤਿੰਨ ਕੋਟੇਸ਼ਨਸ ਜਿਹੜੀਆਂ ਉਸ ਵੇਲੇ ਭਗਵਾਨ ਦਾ ਸਰਕਾਰੇ ਨੇ ਭੇਜੀਆਂ ਨੇ ਸਟੇਟ ਦਾ ਖੁਫੀਆ ਏਜੰਸੀ ਰਿਪੋਰਟਾਂ ਭੇਜ ਰਿਆ ਸੀ ਉਹ ਤਿੰਨ ਰਿਪੋਰਟਾਂ ਪੜਨ ਵਾਲੀਆਂ ਨੇ ਉਹ ਇੱਕ ਰਿਪੋਰਟ ਭੇਜਦਾ ਹੈ ਬਾਦਸ਼ਾ ਸਲਾਮਤ ਬੜਾ ਦੁਖੀ ਹੋ ਕੇ ਲਿਖਣਾ ਪੈ ਰਿਹਾ ਹੈ ਕਿ ਬਹੁਤ ਸਾਰੇ ਮੁਸਲਮਾਨ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਚਲੇ ਗਏ ਸ਼ਬਦ ਬੰਦਾ ਸਿੰਘ ਬਹਾਦਰ ਮੈਂ ਵਰਤਿਆ ਉਹਨੇ ਲਿਖਿਆ ਬੰਦਾ ਸਾਗ ਬੰਦਾ ਕੁੱਤ ਉਨੇ ਕਹਿੰਦਾ ਕਿ ਦੁੱਖ ਨਾ ਲਿਖਣਾ ਪੈ ਰਿਹਾ ਕਿ ਸਾਡੇ ਮੁਸਲਮਾਨ ਬੰਦਾ ਸਿੰਘ ਦੀ ਫੌਜ ਚਲੇ ਗਈ ਕਿਉਂ ਚਲੇ ਗਈ ਜੀ ਕਾਰਨ ਵੀ ਥੱਲੇ ਦਿਸਦਾ ਹੈ ਕਹਿੰਦਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਤਨਖਾਹ ਵੀ ਦੇ ਰਿਹਾ ਫਿਰ ਮੈਂ ਸਤਕਾਰ ਨਾਲ ਨਾ ਲੈ ਰਿਹਾ ਬੰਦਾ ਸਿੰਘ ਬਹਾਦਰ ਉਹਨੇ ਬੰਦਾ ਸਿੰਘ ਬਹਾਦਰ ਸ਼ਬਦ ਨਹੀਂ ਵਰਤਿਆ ਉਹਨੇ ਬੰਦਾ ਸੱਗ ਬੰਦਾ ਲਾਂਗਤੀ ਬੰਦਾ ਕਾਲੇ ਮੂੰਹ ਵਾਲਾ ਬੰਦਾ ਦੁਸ਼ਟ ਬੰਦਾ ਜ਼ਾਲਮ ਇਹ ਸ਼ਬਦ ਵਰਤੇ ਪਰ ਅਸੀਂ ਉਹ ਸ਼ਬਦ ਨਹੀਂ ਵਰ ਸਕਦੇ ਖੈਰ ਉਹਨੇ ਕਿਹਾ ਕਿ ਕਾਰਨ ਇਹ ਹੈ ਕਿ ਉਹਨਾਂ ਨੂੰ ਤਨਖਾਹ ਵੀ ਦਿੱਤੀ ਜਾ ਰਹੀ ਹੈ ਤੇ ਪੰਜ ਵਕਤ ਨਮਾਜ਼ ਪੜਨ ਦਾ ਟਾਈਮ ਵੀ ਦਿੱਤਾ ਜਾਂਦਾ ਹੈ। ਇਹ ਦੂਸਰੀ ਕਟੇਸ਼ਨ ਹੈ। ਤੀਜੀ ਬੜੀ ਹੈਰਾਨਗੀ ਵਾਲੀ ਗੱਲ ਹੈ। ਬੰਦਾ ਸਿੰਘ ਬਹਾਦਰ ਨੇ ਕਿਸੇ ਨੂੰ ਧਰਮ ਤਬਦੀਲੀ ਵਾਸਤੇ ਮਜਬੂਰ ਨਹੀਂ ਕੀਤਾ। ਕਿਤੇ ਕਨਵਰਸ਼ਨ ਨਹੀਂ। ਮੁਸਲਮਾਨੋ ਮੁਸਲਮਾਨ ਸੱਚੇ ਬਣ ਕੇ ਰਹਿ ਸਕਦੇ ਹੋ। ਇਸ ਫੌਜ ਦੇ ਵਿੱਚ। ਪਰ ਕਹਿੰਦਾ ਹੈਰਾਨਗੀ ਦੀ ਗੱਲ ਹੈ ਬਾਦਸ਼ਾਹ ਸਲਾਮਤ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਚੌਧਰੀ ਨਸੀਰਦੀਨ ਉਸ ਬੰਦੇ ਦੇ ਕੋਲੋਂ ਆਬੇ ਹਿਆਤ ਲੈ ਕੇ ਨਸੀਰ ਸਿੰਘ ਬਣ ਗਿਆ। ਕਿਵੇਂ ਦਾ ਕਰੈਕਟਰ ਹੋਵੇਗਾ ਉਸ ਚਰ ਰਾਇਲ ਦਾ ਕਿਸੇ ਨੂੰ ਕਰਨਵਰਸ਼ਨ ਵਾਸਤੇ ਮਜਬੂਰ ਨਹੀਂ ਕੀਤਾ ਉਹਦੇ ਜੀਵਨ ਨੂੰ ਉਹਦੇ ਜੀਵਨ ਜਾਂਚ ਨੂੰ ਵੇਖ ਕੇ ਲੋਕ ਸਿੱਖੀ ਚਾ ਰਹੇ ਨਹੀਂ ਸੋ ਇਹ ਹਲੇ ਮੀਰਾਜ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਹਦੇ ਬਾਰੇ ਮੈਂ ਕੱਲ ਤੁਹਾਨੂੰ ਜ਼ਿਕਰ ਕਰ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਜਦੋਂ ਜੰਗ ਹੁੰਦੀ ਹੈ ਵਜ਼ੀਰ ਖਾਨ ਦੇ ਨਾਲ ਤੇ ਤੁਸੀਂ ਇੱਕ ਗੱਲ ਵੇਖੋ ਕਿ ਉਸ ਜੰਗ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਲ ਕਿਹੜੀ 엘ੀਟ ਕਲਾਸ ਖੜੀ ਹੈ ਬੰਦਾ ਸਿੰਘ ਬਹਾਦਰ ਦਾ ਸਾਥੀ ਤਿੰਨ ਭਰਾ ਨੇ ਭਗਵੰਦ ਸਿੰਘ ਕੌਰ ਸਿੰਘ ਤੇ ਬਾਜ ਸਿੰਘ ਅਗੋਂ ਉਹਨਾਂ ਦੇ ਬੇਟੇ ਭਗਵੰਦ ਸਿੰਘ ਕੌੜਾ ਭਗਵੰਦ ਸਿੰਘ ਵੰਜਾਰਾ ਇਹਦਾ ਅਖਬਾਰ ਮਾਫ ਕਰਨਾ ਹਾਂ ਮੁਸਲ ਆਪਣੀ ਕਿਤਾਬ ਔਰੰਗਜ਼ੇਬ ਦੀ ਦਰਬਾਰ ਦੀ ਕਿਤਾਬ ਅਹਿਕਾਮੇ ਆਲਮਗੀਰੀ ਇੱਕ ਆਮੇ ਆਲਮਗਿਰੀ ਚ ਇਹਦਾ ਨਾਮ ਲਿਖਿਆ ਭਾਗੂ ਬਨਚਾਰਾ ਇਹ ਉਹ ਭਾਗੂ ਬਨਚਾਰਾ ਹੈ ਜਿਹੜਾ ਭਾਈ ਮਨੀ ਸਿੰਘ ਦੇ ਭਰਾ ਦਾ ਪੁੱਤਰ ਸੀ ਔਰ ਇਹ ਇੰਨਾ ਬਹਾਦਰ ਸੀ ਕਿ ਅਟਕ ਦੇ ਇਲਾਕੇ ਦੇ ਵਿੱਚ ਇਸ ਨੇ ਖੁਸ਼ਾਲ ਚੰਦ ਕੁਸ਼ਹਾਲ ਖਾਨ ਅਟਕ ਨਾਲ ਮਿਲ ਕੇ ਔਰੰਗਜ਼ੇਬ ਦੇ ਖਿਲਾਫ ਬਗਾਵਤ ਕੀਤੀ ਇੱਕ ਇਲਾਕੇ ਦੇ ਉੱਪਰ ਆਪਣੀ ਰਿਆਸਤ ਕਾਇਮ ਕੀਤੀ ਔਰ ਉਹ ਰਿਆਸਤ ਕਾਇਮ ਕਰਨ ਤੋਂ ਬਾਅਦ ਇਸ ਬੰਦੇ ਨੇ ਔਰੰਗਜ਼ੇਬ ਦੇ ਖਿਲਾਫ ਜਦੋਂ ਬਗਾਵਤ ਕੀਤੀ ਪਰ ਔਰੰਗਜ਼ੇਬ ਇਸ ਤੋਂ ਇੰਨਾ ਪ੍ਰਭਾਵਿਤ ਸੀ ਕਿ ਜਦੋਂ ਦੱਖਣ ਦੇ ਵਿੱਚ ਜਾ ਕੇ ਇਹ ਔਰੰਗਜ਼ੇਬ ਨੂੰ ਮਿਲਿਆ ਨਾ ਤੇ ਔਰੰਗਜ਼ੇਬ ਨੇ ਜਿਹੜੀ ਗੱਲ ਕਹੀ ਉਹ احਕਾਮ-ਏ-ਆਲਮگیری ਚ ਦਰਜ ਹੈ ਉਸ ਨੂੰ ਸੁਣਿਓ ਔਰੰਗਜ਼ੇਬ ਇਹਨੂੰ ਵੇਖ ਕੇ ਪਤਾ ਕਹਿੰਦਾ ਕਹਿੰਦਾ ਇਨ ਦਰਬਾਰੇ ਮੀਂ ਦਰਬਾਰੇ ਨਾ ਉਮੀਦੀ ਨਿਸਤ ਸਦਾਰ ਅਗਰ ਤੋਬਾ ਕਰ ਦਮਬਾਜ਼ ਆਂ ਭਗਵਾਨ ਸਿੰਘ ਮੇਰਾ ਦਰਬਾਰ ਤੇਰੇ ਵਾਸਤੇ ਹਮੇਸ਼ਾ ਖੁੱਲ੍ਹੈ ਤੂੰ ਇੰਨਾ ਬਹਾਦਰ ਉਦੋਂ ਭਗਵਾਨ ਸਿੰਘ ਨਹੀਂ ਉਦੋਂ ਬਾਗੂ ਬਣਚਾਰਾ ਬਾਗੂ ਮੇਰੇ ਵਾਸਤੇ ਤੇਰਾ ਦਰ ਮੇਰਾ ਦਰਬਾਰ ਹਮੇਸ਼ਾ ਖੁੱਲ੍ਹਾ ਹੈ ਤੂੰ ਇੰਨਾ ਬਹਾਦਰ ਤੂੰ ਇੱਕ ਨਹੀਂ ਤੂੰ ਮੇਰੇ ਖਿਲਾਫ 100 ਬਗਾਵਤ ਕਰ ਤੂੰ 100 ਨਾ ਕਰ ਮੈਂ ਫੇਰ ਵੀ ਤੇਰੇ ਖਿਲਾਫ ਨਹੀਂ ਜਾਣਾ ਕਿਉਂਕਿ ਤੂੰ ਬਹਾਦਰ ਹੈ ਇਹ ਨਾ ਬਹਾਦਰ ਔਰ ਇਹੀ ਬਹਾਦਰ ਜਿਹੜਾ ਆਪਣੇ ਤਿੰਨ ਭਰਾਵਾਂ ਦੇ ਨਾਲ ਨਦੇੜ ਦੇ ਸਥਾਨ ਤੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਖੰਡੇ ਬਾਟੇ ਦੀ ਪਾਹੂ ਲੈ ਕੇ ਭਗਵੰਤ ਸਿੰਘ ਬਣਦਾ ਤੇ ਦਿੱਲੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਹੁੰਦਾ ਮੈਂ 엘ੀਟ ਕਲਾਸ ਦੀ ਗੱਲ ਇਸ ਕਰਕੇ ਕੀਤੀ ਹੈ ਕਿ ਬੰਦਾ ਸਿੰਘ ਬਹਾਦਰ ਜਿਸ ਦੇ ਨਾਲ ਲੜ ਰਿਹਾ ਵਜ਼ੀਰ ਖਾਨ ਉਹ ਦਿੱਲੀ ਦਰਬਾਰ ਦਾ 3000 ਹਜ਼ਾਰੀ ਮਨਸਬਦਾਰ ਹੈ ਤੇ ਦੂਜੇ ਪਨੇ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਭਗਵੰਤ ਸਿੰਘ ਵਰਗੇ 5000 ਹਜ਼ਾਰੀ ਮਨਸਬਦਾਰ ਖੜੇ ਨੇ ਇਹ ਸਾਡਾ ਉਸ ਸਮੇਂ ਸਿੱਖੀ ਦਾ ਮਿਆਰ ਹੈ। ਪੈਸਾ ਆ ਜਾਣਾ ਕੋਈ ਵੱਡੀ ਗੱਲ ਨਹੀਂ। ਪਰ ਪੈਸਾ ਆ ਜਾਵੇ ਤੇ ਨਾਲ ਸਿੱਖੀ ਨੂੰ ਲੈ ਕੇ ਚੱਲਣਾ ਵੱਡੀ ਗੱਲ ਹੈ। ਕੀ ਅਸੀਂ ਇਹਨਾਂ ਲੋਕਾਂ ਵਰਗੇ ਅਮੀਰ ਹੋ ਸਕਦੇ ਹਾਂ? ਅੱਜ ਅਸੀਂ 19 ਚਾਦਾਤ ਦੇ ਮਾਲਕ ਹੋ ਸਕਦੇ ਹਾਂ। ਬਾਬਾ ਮੱਖਣਸ਼ਾ ਲੁਬਾਣਾ ਜੀ ਦਾ ਪੜੋ। ਮੈਂ ਜਦੋਂ ਉਹਨਾਂ ਤੇ ਖੋਜ ਕਰ ਰਿਹਾ ਸੀ। ਮੈਨੂੰ 12 ਸਾਲ ਲੱਗੇ। ਇੱਕ ਕਿਤਾਬ ਲਿਖਦਿਆਂ। ਉਤੇ ਵਾਸਤੇ ਜਦੋਂ ਮੈਂ ਉਹਨਾਂ ਦੇ ਟ੍ਰੇਡ ਰੂਟ ਤੇ ਟ੍ਰੇਡ ਸੈਂਟਰ ਨੂੰ ਜਦੋਂ ਸਰਚ ਕੀਤਾ ਉਹਨਾਂ ਦਾ ਵਪਾਰ ਚੱਲ ਰਿਹਾ ਪੁਰਤਗਾਲ ਦੇ ਨਾਲ ਮਲਿੰਦੀ ਦੇ ਵਿੱਚ ਉਹਨਾਂ ਦੇ ਵੇਅਰ ਹਾਊਸ ਨੇ ਔਰ ਇੱਥੋਂ ਤੱਕ ਅਸੀਂ ਕਿੰਨੇ ਲੁਬਾਣੇ ਲੂਣ ਦੇ ਵਪਾਰੀ ਹੋਣਗੇ ਉਹ ਲੂਣ ਕਿਹੜਾ ਸੀ ਲੂਣ ਤਾਂ ਪੁਰਤਗਾਲ 'ਚ ਬਹੁਤ ਸੀ ਸਮੁੰਦਰ ਦੇ ਕੰਢੇ ਤੇ ਲੂਣ ਤਾਂ ਕਿੰਨੀਆਂ ਦੇ ਵਿੱਚ ਵੀ ਬਹੁਤ ਸੀ ਕਿਉਂਕਿ ਸਮੁੰਦਰ ਦੇ ਪਾਣੀ 'ਚ ਲੂਣ ਹੁੰਦਾ ਹੈ ਬਾਬਾ ਮੱਖਣਸ਼ਾ ਲੁਬਾਣਾ ਕਿਹੜੇ ਲੂਣ ਦਾ ਵਪਾਰ ਕਰ ਰਿਆ ਸੀ ਕਿ ਇੰਨਾ ਅਮੀਰ ਸੀ ਇਨਾ ਅਮੀਰ ਕਿ ਜਿਸ ਦੇ ਕੋਲ 1000 ਬੇੜੇ ਸ਼ਿਪ ਛੋਟੀ ਗੱਲ ਨਹੀਂ ਤਾਰੀਖ ਦੇ ਵਿੱਚ ਇਤਿਹਾਸ ਦੇ ਤੱਥ ਮੌਜੂਦ ਨੇ ਇਸ ਤੇ ਉਹ ਕਿਹੜੇ ਲੂਣ ਦਾ ਵਪਾਰ ਕਰ ਰਿਹਾ ਸੀ ਉਹ ਉਸ ਲੂਣ ਦਾ ਵਪਾਰ ਕਰ ਰਿਹਾ ਸੀ ਕਿਤੇ ਮਹਾਰਾਜਾ ਦਲੀਪ ਸਿੰਘ ਦੀਆਂ ਚਿੱਠੀਆਂ ਪੜੋ ਤੁਸੀਂ ਜਿਹੜੀਆਂ ਉਸ ਨੇ ਉਸ ਸਮੇਂ ਇੰਗਲੈਂਡ ਦੀ ਰਾਣੀ ਨੂੰ ਲਿਖੀਆਂ ਨੇ ਜਦੋਂ ਉਹ ਐਗਜ਼ਾਈਲ ਦੇ ਵਿੱਚ ਸੀ ਇੰਗਲੈਂਡ ਦੇ ਵਿੱਚ ਉਹ ਕੀ ਲਿਖਦਾ ਹੈ ਕਹਿੰਦਾ ਬੇਸ਼ੱਕ ਮੈਨੂੰ ਕੁਝ ਨਾ ਦੇ ਪਰ ਮੈਨੂੰ ਮੇਰੇ ਦਾਦਨਪੁਰ ਦੇ ਇਲਾਕੇ ਦੇ ਪਿੰਡ ਦੇ ਤੇ ਹੁਣ ਦਾਦਨਪੁਰ ਕੀ ਹੈ ਦਾਦਨਪੁਰ ਸਾਲਟ ਰੇਂਜਸ ਨੇ ਜਿੱਥੋਂ ਪਹਾੜੀ ਲੂਣ ਨਿਕਲਦਾ ਤੇ ਲੱਖੀ ਮੱਖਾ ਬਾਫ ਕਰਨਾ ਮੱਖਣ ਸ਼ਾ ਵਣਜਾਰਾ ਤੇ ਹੋਰ ਲਪਾਣਿਆਂ ਦੇ ਪਰਿਵਾਰ ਦੇ ਕੋਲ ਉਸ ਸਾਰੇ ਦਾ ਜਿਹੜਾ ਸੀਗਾ ਉਹ ਪ੍ਰਬੰਧ ਸੀ ਤੇ ਇਹ ਲੂਣ ਸੀ ਜਿਸ ਨੂੰ ਸਾਲਟ ਪੈਟ੍ਰਿਕ ਕਿਹਾ ਜਾਂਦਾ ਹੈ ਵਾਈਟ 골ਡ ਵੀ ਕਿਹਾ ਜਾਂਦਾ ਔਰ ਇਸ ਦੀ ਪੋਟਾਸ਼ੀਅਮ ਨਾਈਟ੍ਰੇਟ ਪੰਜਾਬੀ ਚ ਅਸੀਂ ਸ਼ੋਰਾ ਕਹਿੰਦੇ ਆ ਉਹਨਾਂ ਸਮਿਆਂ ਦੇ ਚ ਬਰੂਦ ਬਣਾਉਣ ਦੇ ਕੰਮ ਆਉਂਦਾ ਸੀ ਇਹ ਕੋਈ ਆਮ ਲੂਣ ਨਹੀਂ ਸੀ ਇਹਦਾ ਮੈਨੂੰ ਪਤਾ ਕਦੋਂ ਲੱਗਾ ਜਦੋਂ ਫ੍ਰੈਂਚ ਰੈਵਿਊਲੂਸ਼ਨ ਹੁੰਦਾ ਹੈ ਤੇ ਫ੍ਰਾਂਸ ਦੇ ਇੱਕ ਰਾਇਲ ਫੈਮਿਲੀ ਦੇ ਵਿੱਚੋਂ ਇੱਕ ਰਾਜਕੁਮਾਰੀ ਜਿਹੜੀ ਆ ਉਹ ਅਮਰੀਕਾ ਚ ਜਾ ਕੇ ਸਾਈਲਮ ਲੈਂਦੀ ਹੈ ਉੱਥੇ ਉਹ ਅਮਰੀਕੀਆਂ ਦੀ ਤੇ ਬ੍ਰਿਟਿਸ਼ ਦੀ جنگ ਨੂੰ ਵੇਖਦੀ ਹੈ ਤੇ ਉਸ جنگ ਦਾ ਜਦੋਂ ਉਹ ਵੇਖਣ ਤੋਂ ਬਾਅਦ ਐਨਲਾਈਜ਼ ਕਰਦੀ ਹੈ ਤੇ ਆਪਣੇ ਫ੍ਰਾਂਸ ਬੈਠੇ ਬਾਕੀ ਪਰਿਵਾਰ ਨੂੰ ਚਿੱਠੀ ਲਿਖਦੀ ਹੈ ਨਾ ਉਹ ਪਤਾ ਕੀ ਕਹਿੰਦੀ ਹੈ ਕਹਿੰਦੀ ਅਮਰੀਕੀ ਫੌਜਾਂ ਲੜਨ ਚ ਬਹਾਦਰ ਨੇ ਹੈ ਵੀ ਚੰਗੀਆਂ ਇਨੋ ਕੋ ਬੰਦੂਕਾਂ ਵੀ ਚੰਗੀਆਂ ਨੇ ਪਰ ਇਹ ਇਸ ਕਰਕੇ ਮਾਰ ਖਾ ਗਏ ਕਿ ਬ੍ਰਿਟਿਸ਼ ਦੇ ਕੋਲ ਬਰੂਦ ਬੜਾ ਵਧੀਆ ਹੈ ਕਿਉਂਕਿ ਲਬਾਣਿਆਂ ਵਾਲਾ ਬਰੂਦ ਹੈ ਇੱਥੋਂ ਗੱਲ ਸਮਝ ਆਉਂਦੀ ਹੈ ਇੱਥੋਂ ਤੁਸੀਂ ਸਾਰੀ ਗੱਲ ਨੂੰ ਸਮਝ ਜਾਓਗੇ ਸੋ ਇਹ ਉਹ ਪਰਿਵਾਰ ਸੀ ਖੈਰ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ ਤੇ 1733 ਨੂੰ ਸਾਨੂੰ ਨਵਾਬੀ ਪੇਸ਼ ਕੀਤੀ ਜਾਂਦੀ ਹੈ 16 ਸਾਲ ਦੇ ਵਿੱਚ ਅਸੀਂ ਕਿੰਨੀ ਦ੍ਰਿੜਤਾ ਦੇ ਨਾਲ ਲੜੇ ਹੋਵਾਂਗੇ ਕੀਸੀ ਸਟੇਟ ਨੂੰ ਮਜਬੂਰ ਕਰ ਦਿੱਤਾ ਕਿ ਉਹ ਸਾਡੇ ਨਾਲ ਕੰਪਰੋਮਾਈਜ਼ ਕਰੇ ਸਾਡੇ ਨਾਲ ਗੱਲਬਾਤ ਦੇ ਟੇਬਲ ਤੇ ਆਵੇ ਉਹ ਕਿਹੜੀਆਂ ਗੱਲਾਂ ਨੇ ਮਜਬੂਰ ਕੀਤਾ ਇਤਿਹਾਸ ਚ ਪੜਿਆ ਜੇ ਕਦੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕੌਮ ਦੀ ਅਗਵਾਈ ਕਿਸ ਨੇ ਕੀਤੀ ਦੱਸ ਦਿਓ ਇੱਕ ਵੱਡੇ ਜਰਨੈਲ ਨੂੰ ਇਤਿਹਾਸ ਚ ਖਤਮ ਕਰ ਦਿੱਤਾ ਗਿਆ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਪਾਹੂ ਲੈ ਕੇ ਸਿੰਘ ਸੱਜਣ ਵਾਲੇ ਬਾਬਾ ਦਰਬਾਰਾ ਸਿੰਘ ਸਰਦਾਰ ਹੁਕਮ ਸਿੰਘ ਦੇ ਬੇਟੇ ਥੋੜਾ ਜਿਹਾ ਪਰਿਵਾਰ ਦੇ ਬਾਰੇ ਦੱਸ ਦੇਵਾਂ ਕਿਉਂਕਿ ਅੱਜ ਆਪਣੀ ਕੋ ਡੇਢ ਘੰਟੇ ਦਾ ਟਾਈਮ ਹੈਗਾ ਰਾਤ ਨੂੰ ਮੇਰੇ ਕੋ ਟਾਈਮ ਬਹੁਤ ਥੋੜਾ ਹੁੰਦਾ 45 ਮਿੰਟਾਂ ਚ ਥਾਸ ਦੀ ਗੱਲ ਨਹੀਂ ਹੁੰਦੀ ਪਤਾ ਨਹੀਂ ਟੈਰੀ ਭਾਜੀ ਕਿੱਥੇ ਗਵਾਚੇ ਖੈਰ ਕੋਈ ਗੱਲ ਨਹੀਂ ਵੇਖੋ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਨੇ ਆਨੰਦਪੁਰ ਸਾਹਿਬ ਨੂੰ ਕੀਰਾ ਪੈ ਗਿਆ ਸਾਰੇ ਪਾਸੇ ਤੋਂ ਫੌਜਾਂ ਦਾ ਢੇਰਾ ਇੰਨਾ ਵੱਡਾ ਹੈ ਕਿ ਤਵਾਰੀਖ ਗੁਰੂ ਖਾਲਸਾ ਦੇ ਲਖਾਰੀ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਜੇਕਰ ਸਾਰੇ ਸਿਪਾਹੀ ਨਾ ਇੱਕ ਇੱਕ ਮੁਠੀ ਮਿੱਟੀ ਦੀ ਭਰ ਕੇ ਵੀ ਅਨੰਦਪੁਰ ਸਾਹਿਬ ਵਾਲ ਸੁੱਟਣ ਤੇ ਅਨੰਦਪੁਰ ਸਾਹਿਬ ਨੂੰ ਮਿੱਟੀ 'ਚ ਦੱਬਿਆ ਜਾ ਸਕਦਾ ਹੈ ਫੌਜ ਦੀ ਗਿਣਤੀ ਇੰਨੀ ਹੈ ਉਹਨਾਂ ਨੇ ਬਸ ਇੱਕ ਸਾਡੇ ਸਾਹਮਣੇ ਇੱਕ ਇਸ਼ਾਰਾ ਕਰ ਦਿੱਤਾ ਕਿ ਗਿਣਤੀ ਇੰਨੀ ਵੱਡੀ ਜਿੱਡੀ ਵੱਡੀ ਗਿਣਤੀ ਦਾ ਇਸ਼ਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ 'ਚ ਕਰਦੇ ਨੇ ਨਾ ਉਹ ਕਹਿੰਦੇ ਬਰੰਗੇ ਮਗਸ ਬੇਸ਼ੁਮਾਰ ਆਇਦਸ਼ ਮਿਆ ਤੇ ਗੋ ਤੀਰੋ ਤਫੰਗ ਆਇਦਸ਼ ਬਰੰਗੇ ਮਗਸ ਹੁੰਦਾ ਮੈਨੂੰ ਇਹਨੂੰ ਪਤਾ ਤੁਹਾਡੇ ਇੱਥੇ ਕੀ ਕਹਿੰਦੇ ਸਾਡੇ ਮੱਝ 'ਚ ਕਹਿੰਦੇ ਡੂਮਣਾ ਜਿਹੜੀਆਂ ਮੱਖੀਆਂ ਛਿੜ ਜਾਂਦੀਆਂ ਨੇ ਉਹ ਕਹਿੰਦੇ ਨੇ ਕਿ ਜਦੋਂ ਡੂਮਣੇ ਦੀਆਂ ਸ਼ਾਇਦ ਦੇ ਛੱਤੇ ਦੀਆਂ ਜਿਹੜਾ ਬੀ ਹਾਈਵ ਹੁੰਦਾ ਜੇਕਰ ਇਹਦੀਆਂ ਮੱਖੀਆਂ ਛਿੜ ਜਾਣ ਤੇ ਉਹਨਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਕਹਿੰਦੇ ਬਸ ਫੌਜ ਇਸ ਤਰ੍ਹਾਂ ਸੀ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੁਣ ਇਹੀ ਫੌਜ ਦਾ ਆਨੰਦਪੁਰ ਸਭ ਕੇਰੇ ਇਸ ਕੇਰੇ ਦੇ ਵਿੱਚ ਦੋ ਮਾਮਾ ਤੇ ਧੀਆਂ ਇੱਕ ਸੇਵਾ ਕਰ ਰਹੀਆਂ ਨੇ ਉਹ ਸੇਵਾ ਕਰ ਰਹੀਆਂ ਨੇ ਕਿ ਉਹ ਪਾਣੀ ਲੈ ਕੇ ਆਉਂਦੀਆਂ ਨੇ ਝਰਨਿਆਂ ਤੋਂ ਤੇ ਜਿੱਥੇ-ਜਿੱਥੇ ਸਿੰਘ ਮੋਰਚਿਆਂ 'ਚ ਲੜ ਰਹੇ ਨੇ ਉਹਨਾਂ ਨੂੰ ਪਾਣੀ ਪਿਉਂਦੀਆਂ ਨੇ ਪਾਣੀ ਭਰ ਰਹੀਆਂ ਨੇ ਤੋਪ ਦਾ ਗੋਲਾ ਲੱਗਾ ਬੇਟੀ ਉੱਡ ਗਈ ਮਾਂ ਨੇ ਬੇਟੀ ਦਾ ਸਰੀਰ ਚੁੱਕਿਆ ਦੁਪੱਟੇ ਦੇ ਵਿੱਚ ਬੰਨਿਆ ਸਿਰ ਤੇ ਘੜਾ ਪਿੱਛੇ ਬੇਟੀ ਦਾ ਸਰੀਰ ਹੈ ਕਲਗੀਧਰ ਪਾਤਸ਼ਾਹ ਦੇ ਦਰਬਾਰ ਚ ਆਈ ਖੜਾ ਰੱਖ ਦਿੱਤਾ ਪਾਤਸ਼ਾਹ ਨੂੰ ਪਤਾ ਲੱਗਾ ਤੇ ਪਾਤਸ਼ਾਹ ਨੇ ਕਿਹਾ ਅੱਜ ਇਨ੍ਹਾ ਸਿੰਘਾਂ ਨੂੰ ਪਾਣੀ ਪਿਉਂਦਿਆਂ ਤੇਰੀ ਪੁੱਤਰੀ ਦੀ ਸ਼ਹਾਦਤ ਹੋਈ ਹੈ ਪਰ ਤੇਰਾ ਪੁੱਤਰ ਕਿਸੇ ਦਿਨ ਸਿੱਖਾਂ ਦਾ ਜਥੇਦਾਰ ਬਣੇਗਾ ਇਸ ਬੀਬੀ ਦਾ ਪੁੱਤਰ ਸੀ ਬਾਬਾ ਦਰਬਾਰਾ ਸਿੰਘ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਬਾਬਾ ਦਰਬਾਰਾ ਸਿੰਘ ਨੇ ਇੰਨੀ ਵਧੀਆ ਅਗਵਾਈ ਦਿੱਤੀ ਕਿ 1726 ਦੇ ਵਿੱਚ ਨਵਾਬੀ ਮਿਲਣ ਤੋਂ ਪਹਿਲਾਂ 1726 ਦੇ ਵਿੱਚ ਸਿੱਖਾਂ ਦਾ ਪਹਿਲਾ ਸਰਬੱਤ ਖਾਲਸਾ ਹੋ ਗਿਆ ਹੁਣ 1726 ਦੇ ਵਿੱਚ ਹੋਇਆ ਕੀ 1726 ਚ ਦੋ ਘਟਨਾਵਾਂ ਬੜੀਆਂ ਅਹਿਮ ਨੇ ਇੱਕ ਤਾਂ ਇਹ ਹੈ ਕਿ ਫੌਰੀਖੀਰ ਦਾ ਭੇਜਿਆ ਹੋਇਆ ਪੰਜਾਬ ਲਾਹੌਰ ਦਾ ਜਿਹੜਾ ਫੌਜਦਾਰ ਹੈ ਦਲੇਰੇ ਜੰਗ ਅਬਦੁਲ ਸਮਦ ਖਾਨ ਉਸ ਨੂੰ ਮੁਲਤਾਨ ਦਾ ਫੌਜਦਾਰ ਬਣਾ ਦਿੱਤਾ ਜਾਂਦਾ ਕਿਉਂਕਿ ਉਹ ਥੋੜਾ ਸਮਝਾ ਜਾਂਦਾ ਢਿੱਲਾ ਹੈ ਜਿੰਨੇ ਸਿੱਖ ਮਾਰਨੇ ਚਾਹੀਦੇ ਨੇ ਉਹਨੇ ਮਾਰ ਨਹੀਂ ਰਿਆ ਹਾਲਾਂਕਿ ਉਹਨੇ ਕੋਸ਼ਿਸ਼ ਕੀਤੀ ਉਹਨੇ ਸਿੱਖ ਨੂੰ ਫੜਾਉਣ ਵਾਲੇ ਦਾ ਇਨਾਮ 10 ਰੁਪਏ ਰੱਖਿਆ ਸਿੱਖ ਨੂੰ ਮਾਰਨ ਵਾਲੇ ਦਾ ਇਨਾਮ 80 ਰੁਪਏ ਰੱਖਿਆ ਉਹਨਾਂ ਸਮਿਆਂ ਚ 80 ਰੁਪਏ ਕੋਈ ਛੋਟੀ ਗੱਲ ਨਹੀਂ ਇਹ ਗੱਲ 1720 ਤੋਂ ਬਾਅਦ ਦੀ ਹੈ 80 ਰੁਪਏ ਤੁਸੀਂ ਸਿਰ ਲੈ ਕੇ ਆਓ 80 ਰੁਪਏ ਲਿਆਓ ਅੱਜ ਦੇ ਉਦੋਂ ਦੇ ਹਿਸਾਬ ਦੇ ਨਾਲ ਮੇਰੇ ਖਿਆਲ ਨਾਲ 80 ਏਕੜ ਜ਼ਮੀਨ ਆ ਜਾਂਦੀ 80 ਰੁਪਈਆ ਦੀ ਮੈਂ ਕਈ ਵਾਰੀ ਗੁੱਸਾ ਨਾ ਕਰ ਲਕਦੇ ਵੀਰ ਮੈਂ ਕਈ ਵਾਰੀ ਕਹਿਣਾ ਹੁੰਦਾ ਹੈ ਕਿ ਜਿਨ੍ਹਾਂ ਦੀਆਂ ਬੱਚੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਦੀ ਇੱਜ਼ਤ ਤਾਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਵਿਗਦੀ ਸੀ ਤੇ ਸਾਡੇ ਸਿਰਾਂ ਦਾ ਮੁੱਲ 80 ਰੁਪਏ ਸੀ ਅਣਖ ਵਾਲੇ ਸਿਰਾਂ ਦਾ ਮੁੱਲ ਹੁੰਦਾ ਹੈ ਹਮੇਸ਼ਾ ਅਣਖ ਵਾਲੇ ਸਿਰਾਂ ਦਾ ਮੁੱਲ ਹੁੰਦਾ ਹੈ ਚੁੱਕਣ ਵਾਲੇ ਸਿਰਾਂ ਦਾ ਮੁੱਲ ਨਹੀਂ ਹੁੰਦਾ ਚੁੱਕਣ ਵਾਲੇ ਝੁੱਕ ਜਾਂਦੇ ਨੇ ਚੁੱਕਣ ਵਾਲੇ ਸਿਰਾਂ ਦੇ ਉੱਪਰ ਕੱਲੂ ਘਾਰੇ ਨਹੀਂ ਵਾਪਰਦੇ ਚੁੱਕਣ ਵਾਲੇ ਸਿਰਾਂ ਦੇ ਉੱਪਰ ਕਤਲੇਆਮ ਨਹੀਂ ਹੁੰਦੇ ਕਤਲੇਆਮ ਉਹਨਾਂ ਦੇ ਹੁੰਦੇ ਜਿਨ੍ਹਾਂ ਦੇ ਸਿਰ ਨਹੀਂ ਝੁਕਦੇ ਉਹੀ ਮਰਦੇ ਨੇ ਉਹਨਾਂ ਨੂੰ ਮਾਰਿਆ ਜਾਂਦਾ ਹੈ ਖੈਰ 1726 ਦੇ ਵਿੱਚ ਦਲੇਰੇ ਚੰਗ ਅਬਦੁਲ ਸਮਦ ਖਾਨ ਮਲਤਾਨ ਦਾ ਗਵਰਨਰ ਬਣਾ ਦਿੱਤਾ ਗਿਆ ਮਲਤਾਨ ਬੜਾ ਢਿੱਲਾ ਜਿਹਾ ਏਰੀਆ ਸੀ ਉਹਦਾ ਪ੍ਰਬੰਧ ਬੜਾ ਕਮਜ਼ੋਰ ਸੀ ਤੁਸੀਂ ਤਲਵੰਡੀ ਸਾਬੋ ਦਮਦਮਾ ਸਾਬ ਦੇ ਬਾਰੇ ਪੜਿਆ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੰਬਾ ਸਮਾਂ ਵਿਸ਼ਰਾਮ ਕੀਤਾ 120000 ਸਿੰਘਾਂ ਨੂੰ ਦੁਬਾਰਾ ਖੰਡੇ ਬਾਟੇ ਦੀ ਪਾਹੁਲ ਦਿੱਤੀ ਹੈ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦੇ ਕੋਲੋਂ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਸਰੂਪ ਲਖਾਏ ਨੇ ਕੀ ਗੱਲ ਹੈ ਕਿ ਉੱਥੇ ਉੱਥੇ ਹਮਲਾ ਕਿਉਂ ਨਹੀਂ ਕੀਤਾ ਗਿਆ ਕਦੀ ਇਹ ਸਵਾਲ ਨੂੰ ਸਮਝਣ ਦਾ ਯਤਨ ਕੀਤਾ ਉਹਦਾ ਇੱਕ ਕਾਰਨ ਹੈ ਕਿਉਂਕਿ ਲੱਖੀ ਜੰਗਲ ਦਾ ਇਲਾਕਾ ਮਲਤਾਨ ਦੇ ਸੂਬੇ ਦੇ ਅਧੀਨ ਹੁੰਦਾ ਸੀ ਨਾ ਲਾਹੌਰ ਦੇ ਨਾ ਸਰਹੰਦ ਦੇ ਨਾ ਦਿੱਲੀ ਦੇ ਤੇ ਮਲਤਾਨ ਦਾ ਸੂਬਾ ਬੜਾ ਕਮਜ਼ੋਰ ਸੀ ਤੇ ਲੱਖੀ ਜੰਗਲ ਦੇ ਇਲਾਕੇ ਨੂੰ ਕਾਠ ਜੰਗਲ ਕਿਹਾ ਜਾਂਦਾ ਕਿ ਉਸ ਇਲਾਕੇ ਚ ਫੌਜਾਂ ਮੂੰਹ ਹੀ ਨਹੀਂ ਸੀ ਕਰਦੀਆਂ ਇਸ ਤਰ੍ਹਾਂ ਦਾ ਇਲਾਕਾ ਸੀ ਪੂਰਾ ਭਿਆਨਕ ਜੰਗਲ ਸੋ ਦਲੇਰੇ ਚੰਗ ਅਬਦੁਲ ਸਮਦ ਖਾਨ ਮਲਤਾਨ ਦਾ ਤੇ ਪੰਜਾਬ ਦਾ ਗਵਰਨਰ ਬਣਾਇਆ ਗਿਆ ਉਸ ਦਾ ਜ਼ਾਲਮ ਪੁੱਤਰ ਖਾਨ ਬਹਾਦਰ ਜ਼ਕਰੀਆ ਖਾਨ ਖਾਨ ਬਹਾਦਰ ਜ਼ਕਰੀਆ ਖਾਨ ਨੇ ਗੱਦੀ ਦੇ ਉੱਪਰ ਬੈਠਦੇ ਹੀ ਸਿੱਖਾਂ ਦੇ ਉੱਪਰ ਪੂਰੀ ਸ਼ਕਤੀ ਕਰ ਦਿੱਤੀ ਮੈਂ ਇਤਿਹਾਸ ਚ ਪੜਿਆ 44 ਤਰ੍ਹਾਂ ਦੇ ਤਸੀਹੇ ਇਸ ਤੋਂ ਵੱਧ ਤਸੀਹੇ ਨਹੀਂ ਹੁੰਦੇ 44 ਤਰ੍ਹਾਂ ਦੇ ਤਸੀਹੇ ਉਸ ਨੇ ਇਹਨਾਂ ਸਾਲਾਂ ਦੇ ਵਿੱਚ ਸਿੱਖਾਂ ਨੂੰ ਦਿੱਤੇ ਕਿਤੇ ਉਹਨਾਂ ਦੀ ਫਰਿਸਤ ਉਹਨਾਂ ਦੀ ਲਿਸਟ ਨੂੰ ਪੜਨ ਦਾ ਤੁਹਾਨੂੰ ਮੌਕਾ ਮਿਲੇ ਹੈਰਾਨ ਰਹਿ ਜਾਵੋਗੇ ਛੋਟੇ ਛੋਟੇ ਬੱਚਿਆਂ ਨੂੰ ਫੜਨਾ ਉਹਨਾਂ ਦੇ ਸਿਰ ਦੇ ਵਿੱਚ ਲੱਕੜ ਠੋਕ ਕੇ ਕਤਲ ਕਰਨਾ ਖਲੜੀ ਉਤਾਰ ਦੇਣੀ ਚਖੜੀਆਂ ਤੇ ਚਾੜ ਦੇਣਾ ਬੰਦ-ਬੰਦ ਕੱਟ ਦੇਣੇ ਪਾਣੀ ਦੇ ਵਿੱਚ ਡੋਬ ਕੇ ਮਾਰਨਾ ਮੈਂ 44 ਤਰ੍ਹਾਂ ਦੇ ਤਸੀਹੇ ਬੜੇ ਮਹਿਰਾਨ ਰਹਿ ਗਿਆ ਕਿ ਅਸੀਂ ਕਿਹੜੀ ਕੌਮ ਦੇ ਵਾਰਸ ਤੇ ਅੱਜ ਅਸੀਂ ਕਿੱਥੇ ਖੜੇ ਆ 1726 ਦੇ ਵਿੱਚ ਦਲੇਰੇ ਜੰਗ ਅਬਦੁਲ ਸਮਦ ਖਾਨ ਦਾ ਪੁੱਤਰ ਖਾਨ ਬਹਾਦਰ ਜ਼ਕਰੀਆ ਖਾਨ ਬੈਠਾ ਤੇ ਪੰਜਾਬ ਦੇ ਜਿਹੜੇ ਮੁਖਬਰ ਸੀ ਸਿੱਖਾਂ ਦੇ ਖਿਲਾਫ ਉਹ ਵੀ ਬੜੀ ਚੜ੍ਹਦੀ ਕਲਾ 'ਚ ਹੋ ਗਏ ਕਿ ਹੁਣ ਸਾਡਾ ਪਸੰਦੀ ਦਾ ਅਹਲਕਾਰ ਆ ਗਿਆ ਤੇ ਇਹਨਾਂ ਦੇ ਵਿੱਚੋਂ ਅਸੀਂ ਚੌਧਰੀ ਹਰ ਸਹਾਏ ਚੌਧਰੀ ਹਰ ਸਹਾਏ ਨੇ ਸਿੱਖਾਂ ਦੀਆਂ ਫਸਲਾਂ ਉਜਾੜਨੀਆਂ ਸ਼ੁਰੂ ਕਰ ਦਿੱਤੀਆਂ ਸਿੱਖਾਂ ਨੇ ਰੋਕਿਆ ਇਹ ਗੱਲ ਜਿਹੜੀ ਆ ਪੜਾਣੇ ਪਿੰਡ ਦੀ ਐ ਸਰਦਾਰ ਗੁਰਬਖਸ਼ ਸਿੰਘ ਤੇ ਮਾਲੀ ਸਿੰਘ ਰੋਕਦੇ ਨੇ ਕਿ ਚੌਧਰੀ ਜੀ ਸਾਡੀਆਂ ਕਣਕਾਂ ਸਾਡੀਆਂ ਫਸਲਾਂ ਬਰਬਾਦ ਨਾ ਕਰੋ ਉਹਨੇ ਜਵਾਬ ਦਿੱਤਾ ਕਹਿੰਦਾ ਸ਼ੁਕਰ ਕਰੋ ਤੁਸੀਂ ਮੇਰੇ ਪਿੰਡ ਚ ਰਹਿ ਰਹੇ ਹੋ ਨਹੀਂ ਤੇ ਤੁਹਾਡੇ ਵਾਲ ਕੱਟ ਕੇ ਇਹਨਾਂ ਦੀਆਂ ਰस्सियां ਬਣਾ ਕੇ ਮੈਂ ਇਹਦੇ ਨਾਲ ਘੋੜੀਆਂ ਬਣਾਣੀਆਂ ਸੀ ਹੁਣ ਜਦੋਂ ਗੱਲ ਕੇਸਾਂ ਤੇ ਆ ਜਾਵੇ ਫਿਰ ਬਰਦਾਸ਼ਤ ਨਹੀਂ ਹੁੰਦੀ ਘੋੜੀਆਂ ਤੱਕ ਫਸਲਾਂ ਤੱਕ ਤਾਂ ਸਿੱਖ ਬਰਦਾਸ਼ਤ ਕਰ ਲੂਗਾ ਪਰ ਜਦੋਂ ਤੇ ਕੇਸਾਂ ਤੇ ਗੱਲ ਆ ਜਾਵੇ ਫਿਰ ਸਿੱਖ ਬਰਦਾਸ਼ਤ ਨਹੀਂ ਕਰਦਾ ਇਹ ਦੋਵੇਂ ਭਰਾ ਉਸੇ ਵੇਲੇ ਭੂਸੇ ਪਿੰਡ ਗਏ ਭੂਸੇ ਪਿੰਡ ਦੇ ਸਰਦਾਰ ਅਮਰ ਸਿੰਘ ਤੇ ਬਘੇਲ ਸਿੰਘ ਨੂੰ ਜਾ ਕੇ ਦੱਸਿਆ ਕਿ ਆਹ ਗੱਲ ਚੌਧਰੀ ਹਰ ਸਹਾਏ ਨੇ ਕਹੀ ਹੈ ਉਸੇ ਰਾਤ ਚੌਧਰੀ ਹਰ ਸਹਾਏ ਦੇ ਤਬੀਲੇ ਦੇ ਵਿੱਚੋਂ ਸਰਦਾਰ ਅਮਰ ਸਿੰਘ ਤੇ ਬਘੇਲ ਸਿੰਘ ਦੀਆਂ ਘੋੜੀਆਂ ਕੱਢ ਲੈਂਦੀਆਂ ਘੋੜੀਆਂ ਕੱਢ ਕੇ ਕਰਿਆਲੇ ਪਿੰਡ ਦੇ ਸਰਦਾਰ ਲਖਮੀਰ ਸਿੰਘ ਨੂੰ ਦੇ ਦਿੱਤੀਆਂ ਸਰਦਾਰ ਲਖਮੀਰ ਸਿੰਘ ਨੇ ਉਹ ਘੋੜੀਆਂ ਮਾਲ ਵਿੱਚ ਜਾ ਕੇ ਬਾਬਾ ਆਲਾ ਸਿੰਘ ਨੂੰ ਦੇ ਦਿੱਤੀਆਂ ਬਾਬਾ ਆਲਾ ਸਿੰਘ ਨੇ ਉਹਨਾਂ ਘੋੜੀਆਂ ਦੇ ਜਿਹੜੇ ਪੈਸੇ ਦਿੱਤੇ ਉਹ ਪੈਸੇ ਲਿਆ ਕੇ ਇਹਨਾਂ ਬਾਬਾ ਤਾਰਾ ਸਿੰਘ ਵਾਂ ਦੇ ਲੰਗਰ ਚ ਪਾ ਦਿੱਤੇ ਤੇ ਸਾਰੇ ਜਾਣੇ ਆਪ ਵੀ ਆ ਗਏ ਬਾਬਾ ਤਾਰਾ ਸਿੰਘ ਵਾਂ ਦੇ ਕੋਲ ਪਾਕਿਸਤਾਨ ਦੀ ਸਰਹੱਦ ਦੇ ਉੱਪਰ ਦੋ ਪਿੰਨੇ ਡਲ ਤੇ ਵਾਂ ਵਾਂ ਪਿੰਨੇ ਦੇ ਬਾਹਰ-ਬਾਰ ਬਾਬਾ ਤਾਰਾ ਸਿੰਘ ਜੀ ਨੇ ਇੱਕ ਵਾੜਾ ਬਣਾਇਆ ਹੋਇਆ ਸੀ ਆਲੇ-ਦੁਆਲੇ ਰੁੱਖ ਲਾਏ ਹੋਏ ਸੀ ਇੱਕ ਖਾਈ ਸੀ ਅੱਗ ਦਾ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਤੇ ਜਿਹੜੇ ਵੀ ਸਿੱਖ ਉਹ ਜੰਗਲਾਂ 'ਚ ਰਹਿ ਰਹੇ ਸੀ ਉਹਨਾਂ ਦੇ ਰੋਟੀ ਪਾਣੀ ਦਾ ਇੰਤਜ਼ਾਮ ਉੱਥੇ ਕੀਤਾ ਜਾਂਦਾ ਸੀ ਪਤਾ ਲੱਗ ਗਿਆ ਹਕੂਮਤ ਨੂੰ ਚੌਧਰੀ ਹਰਸਾਹੇ ਜਾ ਕੇ ਪਿੱਟਿਆ ਜ਼ਕਰੀਆ ਖਾਨ ਦੇ ਕੋਲ ਅ ਜ਼ਕਰੀਆ ਖਾਨ ਮਾਰੇ ਗਏ ਮੇਰੀਆਂ ਘੂੜੀਆਂ ਸਿੱਖਾਂ ਨੇ ਤਵੇਲੇ ਚ ਕੱਢ ਲੀਆਂ ਮਾਮਲਾ ਵੀ ਉਗਰਾ ਕੇ ਲੈ ਗਏ ਨੇ ਸਭ ਕੁਝ ਲੁੱਟ ਕੇ ਲੈ ਗਏ ਨੇ ਹੁਣ ਤਾਂ ਸਿੱਖਾਂ ਨੂੰ ਖਤਮ ਕਰ ਉਸ ਨੇ ਉਸੇ ਵੇਲੇ ਆਪਣੇ ਦੋ ਬਹਾਦਰ ਜ਼ਰਨੈਲ ਤੇ ਇੱਕ ਹਾਥੀਆਂ ਦਾ ਮਹਾਵਤ ਚੇਲਾ ਖਾਨ ਭੇਜਿਆ ਜ਼ਰਨੈਲ ਭੇਜ ਜਨੇ ਮੂਮਨ ਖਾਨ ਤੇ ਤਕੀ ਬੇਗ ਮੈਂ ਵਿਸਥਾਰ ਚ ਨਹੀਂ ਜਾਣਾ ਕਿਉਂਕਿ ਮੈਂ ਸਾਰੀ 18ਵੀਂ ਸਦੀ ਦੀ ਗੱਲ ਕਰਨੀ ਹੈ ਬਾਬਾ ਤਾਰਾ ਸਿੰਘ ਵਾਂ ਦੇ ਨਾਲ ਜੰਗ ਹੋਈ ਇਸ ਜੰਗ ਦੇ ਵਿੱਚ ਬਹੁਤ ਸਾਰੇ ਮੁਗਲ ਸਰਕਾਰ ਦੇ ਜਿਹੜੇ ਅਹਿਲਕਾਰ ਤੇ ਦਰਬਾਰੀ ਸੀ ਮਾਰੇ ਗਏ। ਅਖੀਰ ਲੜਦਿਆਂ ਲੜਦਿਆਂ ਤੱਕੀ ਬੇਗ ਬਾਬਾ ਤਾਰਾ ਸਿੰਘ ਵਾਂ ਦੇ ਸਾਹਮਣੇ ਆ ਗਿਆ। ਇਸ ਨੂੰ ਦਵੰਦ ਜੁੱਧ ਕਿਹਾ ਜਾਂਦਾ ਇਕੱਲੇ ਨਾਲ ਇਕੱਲੇ ਦਾ ਲੜਨਾ। ਹੁਣ ਬਾਬਾ ਤਾਰਾ ਸਿੰਘ ਵਾਰ ਕਰਦੇ ਨੇ ਉਹਦੇ ਪਰ ਉਹਨੂੰ ਮਾਰਨਾ ਬੜਾ ਔਖਾ ਕਿਉਂਕਿ ਸਾਰਾ ਸਰੀਰ ਉਸਨੇ ਸੰਜੋ ਦੇ ਨਾਲ ਆਰਮਰ ਦੇ ਨਾਲ ਟੱਕਿਆ ਹੋਇਆ ਉਹਦਾ ਕੇਵਲ ਮੂੰਹ ਲੰਗਾ ਸੀ। ਅਖੀਰ ਬਾਬਾ ਤਾਰਾ ਸਿੰਘ ਨੇ ਉਹਦੇ ਘੋੜੇ ਦੀਆਂ ਵਾਗਾਂ ਫੜ ਕੇ ਬਰਸ਼ਾ ਮਾਰਿਆ। ਉਦੇ ਮੂੰਹ ਦੇ ਵਿੱਚੋਂ ਆਰ-ਪਾਰ ਕਰਕੇ ਕੱਢ ਦਿੱਤਾ ਮੂੰਹ 'ਚੋਂ ਖੂਨ ਦੀਆਂ ਘਰਾਲਾਂ ਵਗ ਪੀਆਂ ਪਿੱਛੇ ਨੂੰ ਭੱਜਿਆ ਤੇ ਮੋਮਨ ਖਾਨ ਕਹਿੰਦਾ "ਕਿਆ ਬਾਤ ਐ ਤੱਕੀ ਬੇਗ ਪਾਂਚ ਵਾਰ ਰਹੇ ਹੋ" ਕਹਿੰਦਾ "ਹਾਂ ਹਾਂ ਮੈਂ ਤੇ ਪਾਂਚ ਵਾਰਿਆਂ ਤੂੰ ਵੀ ਜਾ ਕੇ ਲੈ ਲਾ ਤਾਰਾ ਸਿੰਘ ਵੰਡ ਰਿਆ" ਅਖੀਰ ਜੰਗ ਹੋਈ ਬਾਬਾ ਤਾਰਾ ਸਿੰਘ ਵਾ ਨੇ ਆਪਣੇ 21 ਸਾਥੀਆਂ ਦੇ ਨਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਹਨਾਂ ਦੇ ਸਿਰ ਵੱਢ ਕੇ ਲਾਹੌਰ ਲੈ ਜਾਏ ਗਏ ਤੇ ਲਾਹੌਰ ਮਨਾਰੇ ਚਿੰਦ ਦਿੱਤੇ ਗਏ ਕਿ ਸਿੱਖਾਂ ਦਾ ਸੀ ਇਹ ਹਸ਼ਰ ਕਰਾਂਗੇ 1726 ਦੇ ਵਿੱਚ ਹੀ ਫਿਰ ਸਿੱਖਾਂ ਨੇ ਪਹਿਲਾ ਸਰਬੱਤ ਖਾਲਸਾ ਕੀਤਾ ਕਿ ਹੁਣ ਅੱਗੇ ਕੀ ਕੀਤਾ ਜਾਵੇ ਇਹ ਸਰਬੱਤ ਖਾਲਸੇ ਦੇ ਚ ਤਿੰਨ ਫੈਸਲੇ ਲਏ ਗਏ ਪਹਿਲਾ ਮੁੱਖ ਪਰਸੋਧੇ ਜਾਣਗੇ ਦੂਸਰਾ ਸਰਕਾਰੀ ਤਬੇਲੇ ਤੇ ਹਥਿਆਰ ਲੁੱਟੇ ਜਾਣਗੇ ਤੀਸਰਾ ਸਰਕਾਰੀ ਖਜ਼ਾਨਾ ਲੁੱਟਿਆ ਜਾਵੇਗਾ ਪਰ ਸਿੱਖ ਆਪਣੇ ਸਰਬੱਤ ਖਾਲਸੇ ਦੇ ਅਮਲ ਦੇ ਉੱਪਰ ਪਾਬੰਦ ਕਿਨਾਂ ਸਿੱਖਾਂ ਨੇ ਬਹੁਤ ਸਾਰੇ ਖਜ਼ਾਨੇ ਲੁੱਟੇ ਇਸ ਸਮੇਂ ਵਿੱਚ ਬੜੇ ਘੋੜੇ ਲੁੱਟੇ ਮਰਤਜ਼ਾ ਖਾਨ ਨੂੰ ਲੁੱਟ ਲਿਆ ਨਾਹਰ ਖਾਨ ਲੁੱਟ ਲਿਆ ਆਸਿਫ ਖਾਨ ਲੁੱਟ ਲਿਆ ਬੜੇ ਜਿਆਦਾ ਉਹਨਾਂ ਨੇ ਸਰਕਾਰੀ ਖਜ਼ਾਨੇ ਲੁੱਟੇ ਤੇ ਆਪਣੇ ਕੋਲ ਚੰਗੇ ਹਥਿਆਰ ਤੇ ਚੰਗੇ ਘੋੜੇ ਕਰ ਲਏ ਇਹ 1726 ਤੋਂ 1730 ਤੱਕ ਦਾ ਘਟਨਾਕਰਮ ਹੈ ਇਸ ਘਟਨਾਕਰਮ ਦੇ ਵਿੱਚ ਇੱਕ ਘਟਨਾ ਵਾਪਰੀ ਕਿ ਸਰਦਾਰ ਦਲੀਪ ਸਿੰਘ ਵਿਰਖ ਅੱਜ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰ ਦਾ ਪਿੰਡ ਕਾਲੇ ਕੇ ਸਰਦਾਰ ਦਲੀਪ ਸਿੰਘ ਵਕਤ ਜਿਆਦਾ ਜੇ ਕੋਈ ਗਲਤ ਨਹੀਂ ਕਿਉਂਕਿ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਇਤਿਹਾਸ ਦੀ ਕੋਈ ਗੱਲ ਛੱਡਾਂਗਾ ਕੋਈ ਡੇਢ ਕਿੰਟ ਤਦ 2 ਵੀ ਲੱਗ ਜਾਉ ਤਾਂ ਕੋਈ ਗਲਤ ਨਹੀਂ ਠੀਕ ਹੈ ਜੀ ਮੈਂ ਸਰਦਾਰ ਦਲੀਪ ਸਿੰਘ ਵਿਰਕ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਸਰਦਾਰ ਦਲੀਪ ਸਿੰਘ ਵਿਰਕ ਜਦੋਂ ਜੰਗ 'ਚੋਂ ਲੜ ਕੇ ਆਉਂਦਾ ਇਹਨਾਂ ਤੇ ਉਹਦੇ ਕੱਪੜੇ ਲਹੂ ਲਹਾਨ ਹੁੰਦੇ ਨੇ ਸ਼ਮਸ਼ੀਰ ਨੂੰ ਖੂਨ ਲੱਗਾ ਹੁੰਦਾ ਉਹਦਾ 5 ਸਾਲ ਦਾ ਪੁੱਤਰ ਪੁੱਛਦਾ ਮਾਂ ਪਿਤਾ ਜੀ ਕਿੱਥੋਂ ਆਏ ਨੇ ਕਹਿੰਦੀ ਸੇਵਾ ਕਰਕੇ ਬੜਾ अजीब ਹੈ ਕਿਵੇਂ ਦੀ ਸੇਵਾ ਕਿਰਪਾਨ ਵੀ ਖੂਨ ਦੇ ਨਾਲ ਲਾਲ ਹੁੰਦੀ ਹੈ ਤੇ ਕੱਪੜੇ ਵੀ ਖੂਨ ਦੇ ਨਾਲ ਲਾਲ ਹੁੰਦੇ ਨੇ ਆਉਂਦੇ ਤੇ ਮੈਦਾਨੇ ਜੰਗ ਚ ਜੂਝ ਕੇ ਸੀ ਅਖੀਰ ਪਿਤਾ ਜੀ ਸ਼ਹਾਦਤ ਪ੍ਰਾਪਤ ਕਰ ਗਏ ਔਰ ਇਸ ਪੁੱਤਰ ਦਾ ਨਾਮ ਹੈ ਕਪੂਰ ਸਿੰਘ ਸਰਦਾਰ ਦਲੀਪ ਸਿੰਘ ਵਿਰਕ ਦਾ ਪੁੱਤਰ ਮਾਂ ਫੈਜ਼ਲਪੁਰੇ ਲੈ ਆਈ ਫੈਜ਼ਲਪੁਰਾ ਫੈਜ਼ੁਲਾ ਖਾਨ ਨੇ ਵਸਾਇਆ ਸੀ ਤੇ ਫੈਜ਼ੁਲਾ ਖਾਨ ਜਿਹੜਾ ਇਹ ਜ਼ਕਰੀਆ ਖਾਨ ਦਾ ਜੀਜਾ ਸੀ ਉਹਨੇ ਵੀ ਸਿੱਖਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਜ਼ਕਰੀਆ ਖਾਨ ਦੀ ਭੈਣ ਉਹਦੇ ਘਰ ਦੇ ਵਿੱਚ ਹੈ ਕਿਉਂ ਨਹੀਂ ਟੌਰ ਹੋਵੇਗਾ ਕਿ ਪੰਜਾਬ ਦੇ ਗਵਰਨਰ ਦੀ ਭੈਣ ਮੇਰੇ ਘਰ ਦੇ ਵਿੱਚ ਉਹ ਵੀ ਸਿੱਖਾਂ ਤੇ ਜ਼ੁਲਮ ਕਰੇਗਾ ਮਾਂ ਨੇ ਆਪਣਾ ਬੇਟਾ ਜਿਹੜਾ ਸੀ ਮਾਮਿਆਂ ਦੇ ਕੋਲ ਭੇਜ ਦਿੱਤਾ ਮਾਮਿਆਂ ਦੇ ਕੋਲ ਲੈ ਕੇ ਚਲੀ ਗਈ ਕਪੂਰ ਸਿੰਘ ਦੀ ਮਾਤਾ ਉੱਥੇ ਮਾਮਿਆਂ ਨੂੰ ਜਾ ਕੇ ਕਿਹਾ ਕੀ ਕਹਿੰਦੀ ਇੱਕ ਤੈਨੂੰ ਧਰਮ ਦੀ ਵਿੱਦਿਆ ਦੇਣੀ ਹੈ ਤੇ ਇੱਕ ਇਸ ਨੂੰ ਸ਼ਸਤਰ ਦੀ ਵਿੱਦਿਆ ਦੇਣੀ ਜਦੋਂ ਸ਼ਸਤਰ ਦੀ ਵਿੱਦਿਆ ਦੇ ਉਸਤਾਦ ਸਰਦਾਰ ਹਜੂਰਾ ਸਿੰਘ ਦੇ ਕੋਲ ਗਏ ਤਾਂ ਉਹ ਕਹਿੰਦਾ ਬੀਬੀ ਵੇਖ ਬੱਚੇ ਨੂੰ ਛੱਡ ਤੀ ਜਾ ਪਰ ਮੇਰਨ ਇਹ ਪ੍ਰਣ ਕਰ ਲਾ ਕਿ ਸ਼ਸਤਰ ਵਿੱਦਿਆ ਸਿੱਖ ਦਿਆਂ ਇਹਦੀ ਜਾਨ ਚਲੀ ਗਈ ਉਮਰ ਛੋਟੀ ਆ ਤੇ ਮੈਂ ਜ਼ਿੰਮੇਵਾਰ ਨਹੀਂ ਕਹਿੰਦੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਮੇਰਾ ਪਤੀ ਲੜਦਾ ਸੀ ਤੇ ਬਹਾਦਰ ਸੀ ਨਾ ਮੈਂ ਪੁੱਤਰ ਨੂੰ ਓਵੇਂ ਬਣਾਉਣਾ ਚਾਹਣੀ ਆ ਸ਼ਿਸ਼ਤਰ ਵਿਦਿਆ ਸਿਖਾਓ ਜਾਨ ਚਲੀ ਜਾਵੇ ਕੋਈ ਗੱਲ ਨਹੀਂ ਉਦੋਂ ਸ਼ਿਸ਼ਤਰ ਵਿਦਿਆ ਅੱਜ ਵਰਗੀ ਨਹੀਂ ਸੀ ਹੁੰਦੀ ਖਦਵਾਨੇ ਤੋੜ ਦੇਣੇ ਟਿਊਬਾਂ ਤੋੜ ਦੇਣੀਆਂ ਬਰਫ਼ ਤੇ ਲੇਟ ਜਾਣਾ ਨਾਰੀਅਲ ਤੋੜ ਦੇਣੇ ਇਹ ਕੋਈ ਜੰਗੀ ਗੱਲਾਂ ਥੋੜੀਆਂ ਇਹ ਸਾਡੀ ਕੋਈ ਸ਼ਿਸ਼ਤਰ ਵਿਦਿਆ ਥੋੜਾ ਇਹ ਜੰਗ 'ਚ ਕੰਮ ਆਉਂਦੀ ਕਿਤੇ ਖਦਵਾਨੇ ਤੋੜਦੇ ਹੀ ਜੰਗ ਦੇ ਵਿੱਚ ਨਹੀਂ ਉਦੋਂ ਸ਼ਸਤਰ ਵਿੱਦਿਆ ਹੋਰ ਹੁੰਦੀ ਸੀ ਸੋ ਉਸ ਸ਼ਸਤਰ ਵਿੱਦਿਆ ਨੂੰ ਸਿੱਖਦਿਆਂ ਸਿੱਖਦਿਆਂ ਇਹਦੇ ਮੋਢੇ ਤੇ ਫੱਟ ਵੀ ਲੱਗਾ ਇਹ ਠੀਕ ਹੋ ਗਿਆ ਤੇ ਇਹ ਬਣਿਆ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੂੰ ਨਵਾਬੀ ਮਿਲਦੀ ਹੈ ਜਿਨ੍ਹਾਂ ਨੂੰ ਅਸੀਂ ਕਿੰਨੇ ਨਵਾਬ ਕਪੂਰ ਸਿੰਘ ਸਰਦਾਰ ਕਪੂਰ ਸਿੰਘ ਰਿਆੜਕੀ ਦੇ ਇਲਾਕੇ ਦੇ ਵਿੱਚ ਨੇ ਨੌਜਵਾਨੀ ਦੀ ਉਮਰ ਤੇ ਕਿਸੇ ਨੇ ਆ ਕੇ ਖਬਰ ਦਿੱਤੀ ਕਿਉਂਕਿ ਸਰਬੱਤ ਖਾਲਸੇ ਚੋਂ ਆਏ ਸੀ ਇਹਨਾਂ ਨੂੰ ਸਰਬੱਤ ਖਾਲਸੇ ਦੇ ਫੈਸਲਿਆਂ ਦਾ ਪਤਾ ਸੀ ਕਿਸੇ ਨੇ ਖਬਰ ਦਿੱਤੀ ਕਿ ਸਿਆਲਕੋਟ ਦਾ ਸੇਠ ਪ੍ਰਤਾਪ ਚੰਦ ਦਿੱਲੀ ਦੇ ਵੱਲ ਬਹੁਤ ਸਾਰਾ ਮਾਲ ਸਬਾਬ ਲੈ ਕੇ ਗੱਡੀਆਂ ਦੇ ਉੱਪਰ ਜਾ ਰਿਹਾ। ਦਸੰਬਰ ਦੇ ਦਿਨ ਸਿੱਖਾਂ ਨੂੰ ਤੇ ਚਾਹੀਦਾ ਸੀ ਮਾਲ ਸਬਾਬ। ਖਾਣ ਨੂੰ ਵੀ ਕੁਝ ਨਹੀਂ ਸੀ। ਪਹਿਨਣ ਨੂੰ ਵੀ ਕੁਝ ਨਹੀਂ ਸੀ। ਹੁਣ ਪਸ਼ਮੀਨੇ ਦੀਆਂ ਚਾਦਰਾਂ ਆ ਰਹੀਆਂ ਹੋਣ ਤੇ ਡਰਾਈ ਫਰੂਟ ਆ ਰਿਹਾ ਹੋਵੇ ਤੇ ਸਿੱਖ ਕਿਉਂ ਨਹੀਂ ਲੁੱਟਣਗੇ ਭੁੱਖੇ ਨੇ। ਸਿੱਖਾਂ ਨੇ ਉਹ ਸਾਰਾ ਦਾ ਸਾਰਾ ਕਾਫਲਾ ਜਿਹੜਾ ਸੀ ਉਹ ਲੁੱਟ ਲਿਆ ਸ੍ਰੀ ਹਰਗੋਬਿੰਦਪੁਰ ਦੇ ਕੋਲ। ਲੁੱਟ ਕੇ ਸਾਰੇ ਜਥਿਆਂ 'ਚ ਵੰਡ ਦਿੱਤਾ। ਜਦੋਂ ਸਾਰੇ ਜੱਥਿਆਂ 'ਚ ਵੰਡ ਦਿੱਤਾ ਗੰਡਾ ਬੰਨ੍ਹ ਦਿੱਤੀਆਂ ਗਈਆਂ ਕਿ ਇਸ ਜੱਥੇ ਨੂੰ ਇੰਨਾ ਦੇਣਾ ਇਸ ਜੱਥੇ ਨੂੰ ਇੰਨਾ ਦੇਣਾ ਉਸੇ ਵੇਲੇ ਜਿਹਦਾ maal ਲੁੱਟਿਆ ਸੀ ਨਾ ਉਹਦਾ ਗੱਡੇ ਦਾ ਜਿਹੜਾ ਗੱਡਵਾਂਸ ਸੀ ਜਿਹੜਾ ਗੱਡੇ ਨੂੰ ਹਿੱਕਦਾ ਉਹਨੂੰ ਸਰਦਾਰ ਕਪੂਰ ਸਿੰਘ ਕਹਿੰਦੇ ਉਹ ਤੇਰਾ ਮਾਲਕ ਕਿੱਥੇ ਐ ਕਹਿੰਦਾ ਜੀ ਤੁਹਾਡੇ ਤੋਂ ਡਰਦਾ ਮਾਰਾ ਕਿਸੇ ਦੀਆਂ ਪਾਥੀਆਂ 'ਚ ਲੁਕਿਆ ਕਹਿੰਦਾ ਕੱਢ ਕੇ ਤੇ ਲਿਆਓ ਕੱਢ ਕੇ ਲਿਆਂਦਾ ਗਿਆ ਸੇਠ ਪ੍ਰਤਾਪ ਚੰਦ ਨੂੰ ਉਹਨੂੰ ਪੁੱਛਿਆ ਸੇਠ ਜੀ ਇਹ ਮਾਲ ਕਿੰਨੇ ਕ ਦਾ ਸੀ ਸਿੱਖਾਂ ਦਾ اخਲਾਕ ਹੈ ਕਿ ਉਹ ਕਿਰਦਾਰ ਤੇ ਚੰਗਾ ਜਿੱਤੀਆਂ ਜਾਂਦੀਆਂ ਨੇ ਕਿਰਦਾਰ ਵੇਖਿਓ ਉਹ ਪਤਾ ਕੀ ਕਹਿੰਦਾ ਹੈ ਕਹਿੰਦਾ ਜੀ ਪਤਾ ਨਹੀਂ ਕਿੰਨੇ ਦਾ ਸੀ ਅਜੇ ਤੇ ਮੈਂ ਦਿੱਲੀ ਦਰਬਾਰ ਨੂੰ ਵੇਚਣਾ ਸੀ ਤੇ ਫੇਰ ਪੈਸੇ ਮਿਲਨੇ ਸੀ ਉਹ ਕਹਿੰਦੇ ਇਹਦਾ ਮਤਲਬ ਇਹ ਜਿਹੜਾ ਅਜੇ ਸਮਾਲ ਸਬਾਬ ਸਮਾਨ ਹੈ ਇਹ ਨਿੱਜੀ ਸੀ ਅਜੇ ਦਿੱਲੀ ਦਰਬਾਰ ਦਾ ਨਹੀਂ ਸੀ ਹੋਇਆ ਕਹਿੰਦਾ ਨਹੀਂ ਕਹਿੰਦੇ ਸਾਰਾ ਵਾਪਸ ਕਰ ਦਿਓ ਸੀ ਸਰਕਾਰੀ ਲੁੱਟਣਾ ਕਿਸੇ ਦਾ ਨਿੱਜੀ ਨਹੀਂ ਲੁੱਟਣਾ ਸਾਰੀਆਂ ਗੰਢਾਂ ਖੋਲ ਦਿੱਤੀਆਂ ਸਾਰਾ ਸਮਾਨ ਢੇਰੀ ਕਰ ਦਿੱਤਾ ਸੇਠ ਪ੍ਰਚਾਪ ਚੰਦ ਆਪ ਲਿਖਦਾ ਕਿ ਤੇ ਪੰਥ ਪ੍ਰਕਾਸ਼ ਨੂੰ ਪੜ ਲਿਓ ਕਹਿੰਦਾ ਉਹਦੇ ਵਿੱਚੋਂ ਇੱਕ ਚਾਦਰ ਵੀ ਘਟ ਨਹੀਂ ਸੀ ਇਸੇ ਕੀ ਦਾ ਖਲਾਕ ਹੈ ਸਰਕਾਰੀ ਲੁੱਟਣਾ ਕਿਸੇ ਦਾ ਨਿੱਜੀ ਨਹੀਂ ਲੁੱਟਣਾ ਇਸੇ ਕੀ ਦਾ ਕਲਾਕ ਸੀ 17126 ਦੇ ਵਿੱਚ ਇਹ ਘਟਨਾਵਾਂ ਵਾਪਰੀਆਂ 1730 ਦੇ ਵਿੱਚ ਸਿੱਖਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਹੁੰਦਾ ਰਿਹਾ ਸਿੱਖ ਜੰਗਲਾਂ ਦੇ ਵਿੱਚ ਇਨ੍ਹਾਂ ਇਲਾਕਿਆਂ ਦੇ ਵਿੱਚ ਅਖੀਰ ਕੁਝ ਘਟਨਾਵਾਂ ਐਸੀਆਂ ਵਾਪਰੀਆਂ ਕਿ ਸਿੱਖਾਂ ਨੇ ਇੰਨਾ ਜ਼ਿਆਦਾ ਗੁਰਿੱਲਾਵਾਰ ਦੇ ਨਾਲ ਇਨ੍ਹਾਂ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ ਕਿ ਜ਼ਕਰੀਆ ਖਾਨ 1733 ਚ ਕਹਿੰਦਾ ਹੋਣ ਇਹਨਾਂ ਨਾਲ ਲੜਿਆ ਨਹੀਂ ਜਾ ਸਕਦਾ ਹੁਣ ਨਵਾਬੀ ਦੀ ਪੇਸ਼ਕਸ਼ ਕਰੋ ਕੋਈ ਸੁਲਾਹ ਕਰ ਲਿਓ ਕੋਈ ਸੰਧੀ ਕਰ ਲਿਓ ਹੁਣ ਲੜ ਨਹੀਂ ਸਕਦੇ ਸੋ ਇਸ ਨਵਾਬੀ ਨੂੰ ਭੇਜਣ ਦੇ ਵਾਸਤੇ ਚੁਣਿਆ ਗਿਆ ਸਰਦਾਰ ਸ਼ਬੀਖ ਸਿੰਘ ਨੂੰ ਸਰਦਾਰ ਸ਼ਬੀਖ ਸਿੰਘ ਰਹਿਣ ਵਾਲੇ ਸੀ ਜੰਬਰਪਿੰਡ ਦੇ ਇਹਨਾਂ ਦੇ ਵਡੇਰੇ ਰਾਏ ਭਾਗੂ ਹੁਣੀ ਤੀਸਰੀ ਪੀੜੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਸਿੱਖੀ ਜਾਏ ਸੀ ਸ਼ਬੀਖ ਸਿੰਘ ਬਹੁਤ ਅਮੀਰ ਸੀ ਉਸ ਸਮੇ ਸਾਰੇ ਸਰਕਾਰੀ ਠੇਕੇ ਇਸ ਦੇ ਕੋਲ ਸਨ ਇਸੇ ਕਰਕੇ ਮੁਗਲ ਹਕੂਮਤ ਇਸ ਨੂੰ ਹੱਥ ਨਹੀਂ ਸੀ ਪਾਉਂਦੀ ਇਹਦਾ ਬੇਟਾ ਸ਼ਹਾਬਾਸ਼ ਸਿੰਘ ਬਹੁਤ ਇੰਟੈਲੀਜੈਂਟ ਸੀ ਜਿਹੜਾ ਕਾਜ਼ੀ ਅਬਦੁਲ ਹੱਕ ਦੇ ਕੋਲ ਪੜਦਾ ਸੀ ਤੇ ਕਾਜ਼ੀ ਅਬਦੁਲ ਹੱਕ ਦੀ ਨਜ਼ਰ ਸੀ ਵੀ ਜੇ ਕਿਤੇ ਇਹ ਸਿੱਖ ਬੱਚਾ ਮੁਸਲਮਾਨ ਬਣ ਜਾਵੇ ਤੇ ਮੈਂ ਆਪਣੀ ਬੇਟੀ ਨੂਰਾ ਦਾ ਵਿਆਹ ਇਹਦ ਨਾ ਕਰਾਂ ਇੰਨਾ ਇੰਟੈਲੀਜੈਂਟ ਬੱਚਾ ਔਰ ਇੰਨਾ ਖੂਬਸੂਰਤ ਬੱਚਾ ਖੈਰ ਸ਼ਬੀਖ ਸਿੰਘ ਨੂੰ ਜ਼ਕਰੀਆ ਖਾਨ ਕਹਿੰਦਾ ਹੈ ਕਿ ਇੱਕੋ ਹੀ ਤਰੀਕਾ ਹੈ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕਰਕੇ ਇਹਨਾਂ ਦੇ ਨਾਲ ਸੰਧੀ ਕਰ ਲਈਏ ਲੜੀਏ ਨਾ ਸਰਦਾਰ ਸ਼ਬੀਖ ਸਿੰਘ ਮੰਨ ਕੇ ਤਿੰਨ ਪਿੰਡਾਂ ਦੀ ਜਗੀਰ ਦਿਪਾਲਪੁਰ ਕੰਗਨਵਾਲ ਤਿਚਪਾਲ ਕੁਛ ਪੱਟੀ ਦਾ ਇਲਾਕਾ ਵੀ ਆ ਜਾਂਦਾ ਸੀ ਇਹਨਾਂ ਤਿੰਨ ਪਿੰਡਾਂ ਦੀ ਜਗੀਰ ਦਾ ਲਿਖਤੀ ਪ੍ਰਵਾਨਾ ਨਾਲ 1 ਲੱਖ ਰੁਪਈਆ ਇੱਕ ਤਲਵਾਰ ਸੋਨੇ ਦੇ ਦੋ ਕੰਗਣ ਇੱਕ ਜਿਗਾ ਇੱਕ ਕਲਗੀ ਇੱਕ ਵਸਤਰ ਇਹ ਦੇ ਕੇ ਸਰਦਾਰ ਸ਼ਬੀਕ ਸਿੰਘ ਨੂੰ ਅੰਮ੍ਰਿਤਸਰ ਤੋਰ ਦਿੱਤਾ। ਦਰਬਾਰ ਸਭ ਖਾਲਸਾ ਪੰਥ ਬੈਠਾ ਹੈ। ਸਰਦਾਰ ਦਰਬਾਰਾ ਸਿੰਘ ਬੈਠੇ ਨੇ ਕੌਮ ਦੇ ਜਥੇਦਾਰ। ਪੰਜ ਪਿਆਰਿਆਂ ਦੇ ਵਿੱਚ ਬੈਠੇ ਨੇ ਬਾਬਾ ਬੁੱਢਾ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਹਾਂ ਪੜਦਾਦਾ, ਸਰਦਾਰ ਚੜ੍ਹ ਸਿੰਘ ਦਾ ਪਿਤਾ। ਸਰਦਾਰ ਕਰਮ ਸਿੰਘ ਸ਼ਹੀਦ ਬੈਠੇ ਨੇ। ਬਾਬਾ ਦੀਪ ਸਿੰਘ ਸ਼ਹੀਦ ਬੈਠੇ ਨੇ। ਸਰਦਾਰ ਜੱਸਾ ਸਿੰਘ ਬੈਠੇ ਨੇ। ਸਰਦਾਰ ਹਰੀ ਸਿੰਘ ਪੰਗੀ ਬੈਠੇ ਨੇ। ਬਾਕੀ ਸਾਰੇ ਜਰਨੈਲ ਜਿਹੜੇ ਨੇ ਸਰਦਾਰ ਲੈਣਾ ਸਿੰਘ ਸਰਦਾਰ ਗੁੱਜਰ ਸਿੰਘ ਸਰਦਾਰ ਕਰਮ ਸਿੰਘ ਸਰਦਾਰ ਬਘੇਲ ਸਿੰਘ ਸਰਦਾਰ ਹਾਠੂ ਸਿੰਘ ਸਰਦਾਰ ਅਗੜ ਸਿੰਘ ਇਹ ਸਾਰੇ ਸਰਦਾਰ ਉੱਥੇ ਬੈਠੇ ਨੇ ਨਵਾਬੀ ਦੀ ਕਿਲਤ ਲੈ ਕੇ ਆਏ ਸ਼ਬੀਖ ਸਿੰਘ ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾਣ ਲੱਗੇ ਤੇ ਪਹਿਰੇ ਦੇ ਦੋ ਸਿੱਖਾਂ ਜਿਹੜੇ ਖੜੇ ਸੀ ਉਹਨਾਂ ਨੇ ਅੱਗੇ ਬਰਸ਼ੇ ਕਰ ਦਿੱਤੇ ਅੰਦਰ ਨਹੀਂ ਜਾ ਸਕਦੇ ਕਿਉਂ ਅੰਦਰ ਖਾਲਸਾ ਬੈਠਾ ਤੁਸੀਂ ਸਰਕਾਰੀ ਹੋ ਮਹਾਰਾਜਾ ਸਰਦਾਰ ਸ਼ਬੀਖ ਸਿੰਘ ਕਿੰਨੀ ਨਿਮਰਤਾ ਦੇ ਨਾਲ ਆਏ ਹੱਥ ਜੋੜ ਕੇ ਕਹਿੰਦੇ ਨੇ ਹਮ ਤਨਖਾਈਏ ਮੰਨ ਲੋ ਮੈਂ ਤਨਖਾਈਆਂ ਹਮ ਤਨਖਾਈਏ ਘਰਬਾਰੀ ਲੋਕ ਅਸੀਂ ਤੇ ਪਰਿਵਾਰ ਪਾਲੌਣ ਵਾਲੇ ਲੋਕ ਆ ਪੰਥ ਖਾਲਸਾ ਬਖਸ਼ਣ ਜੋਗ ਪਰ ਤੁਹਾਡਾ ਕੰਮ ਹੈ ਬਖਸ਼ਣਾ ਉਹਨਾਂ ਨੇ ਖੋਲ ਦਿੱਤੇ ਦਰਵਾਜ਼ੇ ਇੰਨੀ ਨਿਮਰਤਾ ਦੇ ਨਾਲ ਗੱਲ ਕੀਤੀ ਕਿ ਹਮ ਤਨਖਾਈਏ ਘਰਬਾਰੀ ਲੋਕ ਪੰਥ ਖਾਲਸਾ ਬਖਸ਼ਣ ਜੋਗ ਸਰਦਾਰ ਸ਼ਬੀਖ ਸਿੰਘ ਅੰਦਰ ਆਏ ਅੰਦਰ ਆ ਕੇ ਨਵਾਬੀ ਦੀ ਪੇਸ਼ਕਸ਼ ਕੀਤੀ ਹੁਣ ਉੱਥੇ ਤਿੰਨ ਚੀਜ਼ਾਂ ਨੇ ਸਾਡੇ ਕੋਲ ਇੱਕ ਸਾਡੀ ਰਾਜਨੀਤਿਕ ਲੀਡਰਸ਼ਿਪ ਜਿਹੜੀ ਧਰਮ ਦੇ ਅਧੀਨ ਚੱਲ ਰਹੀ ਹੈ ਇੱਕ ਸਾਡੀ ਧਾਰਮਿਕ ਲੀਡਰਸ਼ਿਪ ਜਿਹਦੇ ਸਾਹਮਣੇ ਰਾਜਨੀਤੀ ਕੁਝ ਨਹੀਂ ਹੈ ਤੇ ਇੱਕ ਸਾਡੀ ਸੰਗਤ ਸਿੱਖ ਸੰਗਤ ਜਿਹੜੇ ਮੀਰੀ ਤੇ ਪੀਰੀ ਦੇ ਸੰਕਲਪ ਨੂੰ ਸਮਝ ਕੇ ਹਲੇ ਮੀ ਰਾਜ ਲਈ ਲੜ ਰਹੇ ਨੇ ਸਰਦਾਰ ਸ਼ਬੀਖ ਸਿੰਘ ਨੇ ਕੌਮ ਦੇ ਜਥੇਦਾਰ ਦਰਬਾਰਾ ਸਿੰਘ ਦੇ ਅੱਗੇ ਨਵਾਬੀ ਦੀ ਖਿੱਲਤ ਰੱਖੀ ਤੇ ਸਰਦਾਰ ਦਰਬਾਰਾ ਸਿੰਘ ਦਾ ਜਵਾਬ ਕੀ ਹੈ ਕਹਿੰਦੇ ਸ਼ਬੀਖ ਸਿੰਘ ਜੀ ਕੀ ਲੈ ਕੇ ਆਓ ਕਹਿੰਦੇ ਨਵਾਬੀ ਕਹਿੰਦੇ ਹਮਕੋ ਪਾਤਸ਼ਾਹੀ ਨਾਨਕ ਦੀ ਗੁਰ ਨਾਨਕ ਨੇ ਪਾਤਸ਼ਾਹੀ ਦਿੱਤੀ ਨਵਾਬੀ ਕਿਉਂ ਲਈਏ ਉਹ ਕਹਿੰਦੇ ਪਾਤਸ਼ਾਹੀ ਛੱਡ ਅਸੀਂ ਨਵਾਬੀ ਕਿਉਂ ਲਈਏ ਉਹ ਕਹਿੰਦੇ ਨੇ ਹਮ ਰਾਖਤ ਇਹ ਗੱਲ ਉਦੋਂ ਆਈ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ ਅਸੀਂ ਤੇ ਪਾਤਸ਼ਾਹੀ ਦਾਵੇ ਦੇ ਉੱਪਰ ਟਿਕੇ ਹੋਏ ਆ ਤੇ ਇਹ ਸਾਡੇ ਕੋਲ ਹੈ ਸਾਡੀ ਝੋਲੀ 'ਚ ਹੈ ਜਿਉਂਦੇ ਰਹੇ ਜਿੱਤ ਕੇ ਪ੍ਰਾਪਤ ਕਰਾਂਗੇ ਨਾ ਜਿੰ ਪ੍ਰਾਪਤ ਕੀਤਾ ਤੇ ਜੰਗ 'ਚ ਸ਼ਹੀਦ ਹੋ ਕੇ ਗੁਰੂ ਦੀ ਗੋਦ 'ਚ ਜਾਵਾਂਗੇ ਫਿਰ ਵੀ ਪਾਤਸ਼ਾਹੀ ਹੈ ਸਾਡੇ ਕੋ ਇਤਕੋ ਜਾਂ ਅਗਲੋ ਪਾਵਾਂ ਸਾਡੇ ਕੋ ਤੇ ਦੋਹਾਂ ਜਾਨਾਂ ਚ ਪਾਛੈ ਨਵਾਬੀ ਕੀ ਕਰਨੀ ਹੈ ਸਰਦਾਰ ਸ਼ਬੇਕ ਸਿੰਘ ਹੈਰਾਨ ਕਿ ਕਿਵੇਂ ਦਾ ਜਵਾਬ ਹੈ ਉਹਨੇ ਸੋਚਿਆ ਕਿ ਜਥੇਦਾਰ ਤੋਂ ਪਰ ਪੰਜ ਪਿਆਰੇ ਨੇ ਹੁਣ ਪੰਜ ਪਿਆਰਿਆਂ ਦੇ ਸਾਹਮਣੇ ਖਿਲੇਤ ਰੱਖੀ ਤੇ ਪੰਜ ਪਿਆਰੇ ਆਪਸ ਚ ਵਿਚਾਰ ਕਰਕੇ ਪਤਾ ਕੀ ਕਹਿੰਦੇ ਨੇ ਕਹਿੰਦੇ ਪਾਤਸ਼ਾਹੀ ਛੱਡ ਕੇ ਮਿ ਲਵੇ ਨਵਾਬੀ ਇਤ ਤੋਂ ਤੱਕ ਹਮ ਕਰੇ ਖਰਾਬੀ ਪੰਥ ਨੇ ਸਾਨੂੰ ਪੰਜ ਪਿਆਰਿਆਂ ਦਾ ਰਤਬਾ ਦਿੱਤਾ ਸਾਡੇ ਸਾਹਮਣੇ ਨਵਾਬੀ ਕੀ ਚੀਜ਼ ਹੈ ਸਾਡੀ ਤੇ ਪਾਤਸ਼ਾਹੀ ਹੈ ਪੰਥ ਨੇ ਪੰਜ ਪਿਆਰਾਂ ਦਾ ਰਤਬਾ ਦਿੱਤਾ ਇਸ ਪਾਤਸ਼ਾਹੀ ਨੂੰ ਛੱਡ ਕੇ ਨਵਾਬੀ ਕਿਉਂ ਲਈਏ ਹੈਰਾਨ ਕੀ ਦੀ ਗੱਲ ਉਸ ਨੇ ਜਾ ਕੇ ਸਰਦਾਰ ਬੁੱਢਾ ਸਿੰਘ ਨੂੰ ਕਿਹਾ ਕੁਛ ਤੇ ਕਰੋ ਕਹਿੰਦੇ ਫਿਰ ਗੁਰੂ ਪਾਤਸ਼ਾਹ ਦਾ ਹੁਕਮ ਲੈ ਲੈਨੇ ਸਰਦਾਰ ਹਜੂਰਾ ਸਿੰਘ ਗੁਰੂ ਦੀ ਤਾਬਿਆ 'ਚ ਬੈਠੇ ਸੀ ਹੁਕਮ ਆਇਆ ਤਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਕਿਰਪਾਲ ਵੀ ਜਿਹੜਾ ਸੇਵਾ ਕਰ ਰਿਹਾ ਉਹਨੂੰ ਇਹ ਸਾਰੀ ਜਿਹੜੀ ਹੈ ਨਵਾਬੀ ਦੀ ਖਿੱਲਤ ਦੇ ਦਿਓ ਤੇ ਸੰਗਤ ਚ ਸੇਵਾ ਕਰ ਰਿਆ ਸੀ ਸਰਦਾਰ ਕਪੂਰ ਸਿੰਘ ਹਯਾਤ ਖਾਨ ਦੇ ਨਾਲ ਲੜ ਕੇ ਆਇਆ ਸੀ ਮੱਥੇ ਤੇ ਫਟ ਲੱਗਾ ਸੀ ਖੱਬੇ ਹੱਥ ਤੇ ਫਟ ਲੱਗਾ ਸੀ ਖੂਨ ਵਹਿ ਰਿਹਾ ਸੀ ਇਹਦੇ باوجود ਸੰਗਤ ਚ ਪੱਖੇ ਦੀ ਸੇਵਾ ਕਰ ਰਿਆ ਸੀ ਬੁਲਾ ਕੇ ਕਹਿੰਦੇ ਨੇ ਸਰਦਾਰ ਦਰਬਾਰਾ ਸਿੰਘ ਕਪੂਰ ਸਿੰਘ ਜੀ ਇੱਧਰ ਆਓ ਨਵਾਬੀ ਦੀ ਖਿੱਲਤ ਦੇਣੀ ਹੈ ਕਹਿੰਦੇ ਨਹੀਂ ਸੇਵਾ ਵੇ ਹਮਕੋ ਨਵਾਬੀ ਹਮਕੋ ਲੋੜ ਨਵਾਬੀ ਨਹੀਂ ਸਿੱਖ ਦਾ ਜਾ ਕਹਿੰਦਾ ਸੇਵਾ ਚ ਬਜਾ ਬੜਾ ਮਜ਼ਾ ਆਉਂਦਾ ਹੈ ਜੇ ਮੈਨੂੰ ਨਵਾਬੀ ਦੀ ਲੋੜ ਨਹੀਂ ਮੈਨੂੰ ਆਬੀ ਕੀ ਕਰਨੀ ਸੇਵਾ ਚ ਨਵਾਬੀ ਹੈ ਕਹਿੰਦੇ ਨਹੀਂ ਪੰਥ ਦਾ ਹੁਕਮ ਹੈ ਕਹਿੰਦਾ ਫਿਰ ਮੇਰੇ ਵੀ ਕੁਝ ਅਸੂਲ ਨੇ ਕਹਿੰਦੇ ਦੱਸੋ ਕਹਿੰਦੇ ਪਹਿਲੀ ਗੱਲ ਤੇ ਇਹ ਨਵਾਬੀ ਪੰਜ ਪਿਆਰਿਆਂ ਦੀ ਜੁੱਤੀ ਦੀ ਨੋਕ ਨੂੰ ਛੁਹਾ ਕੇ ਫਿਰ ਮੇਰੀ ਝੋਲੀ ਚ ਪਾਈ ਜਾਵੇ ਉਹਨੂੰ ਇਹ ਪਤਾ ਲੱਗ ਜਾਵੇ ਅਸੀਂ ਜੁੱਤੀ ਦੀ ਨੋਕ ਨਾਲ ਲਈ ਹੈ ਦੂਜੀ ਗੱਲ ਨਵਾਬ ਬਣ ਕੇ ਵੀ ਮੈਂ ਤਖਤ ਤੇ ਨਹੀਂ ਜੇ ਬੈਠਣਾ ਤੀਜੀ ਗੱਲ ਨਵਾਬ ਭਾਵੇਂ ਬਣਾ ਦਿਓ ਪਰ ਮੈਂ ਸੰਗਤ ਦੇ ਜੋੜਿਆਂ ਦੀ ਸੇਵਾ ਘੋੜਿਆਂ ਦੀ ਸੇਵਾ ਤੇ ਪੱਖੇ ਦੀ ਸੇਵਾ ਇਹ ਨਹੀਂ ਜੇ ਛੱਡਣੀ ਅੱਜ ਆਪਣੇ کردار ਵੇਖ ਲੀਏ ਤੇ ਆਪਣੇ ਉਦੋਂ ਦੇ ਆਗੂ ਵੇਖ ਲੀਏ ਅੱਜ ਅਸੀਂ ਕਿੱਥੇ ਖੜੇ ਆ ਤੇ ਸਾਡਾ ਆਗੂ ਦੋ ਕਿਵੇਂ ਦਾ ਸੀ ਨਵਾਬ ਕਪੂਰ ਸਿੰਘ ਨੇ ਉਹ ਨਵਾਬੀ ਲਈ ਇਸ ਨਵਾਬੀ ਸਾਡਾ ਸਮਾਂ ਜਿਹੜਾ ਹੈ ਤਕਰੀਬਨ 11 ਤੋਂ 12 ਮਹੀਨੇ ਉਸ ਤੋਂ ਬਾਅਦ ਵਾਪਸ ਲੈ ਲਈ ਗਈ ਪਰ ਇਸ ਇੱਕ ਸਾਲ ਦੇ ਕਰੀਬ ਸਮੇਂ ਦੇ ਵਿੱਚ ਨਵਾਬ ਕਪੂਰ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਕੌਮ ਨੂੰ ਜਥੇਬੰਦ ਕੀਤਾ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਬੁੱਢਾ ਦਲ ਤੇ ਤਰਨਾ ਦਲ ਦੋ ਜਥੇ ਬਣਾਏ ਕਿ ਇੱਕ ਜਥਾ ਜਿਹੜਾ ਉਹ ਬੈਕਅਪ ਤੇ ਰਹੇਗਾ ਦੂਸਰਾ ਮੈਦਾਨੇ ਜੰਗ ਚ ਜੂਜੇਗਾ ਤਰਨਾ ਦਲ ਜੂਦਦਾ ਸੀ ਬੁੱਢਾ ਦਲ ਸਪੋਰਟ ਕਰਦਾ ਸੀ ਅੱਜ ਕੀ ਆ ਜਿਹੜੇ ਬੁੱਢੇ ਹੋ ਗਏ ਆ ਉਹਦੇ ਛੱਡਣ ਨੂੰ ਤਿਆਰ ਹੀ ਨਹੀਂ ਨਵੇਂ ਬੰਦੇ ਨੂੰ ਅੱਗੇ ਆਉਣ ਹੀ ਨਹੀਂ ਦਿੰਦੇ ਨੌਜਵਾਨ ਨੂੰ ਸੇਵਾ ਚ ਆਉਣ ਹੀ ਨਹੀਂ ਦਿੰਦੇ ਕਹਿੰਦੇ ਨਹੀਂ ਮੇਰੇ ਕੋਲ ਆਉਦਾ ਮੈਂ ਕਿਉਂ ਛੱਡਾਂ ਤੁਹਾਡੇ ਕੋਲ ਤਜਰਬਾ ਆ ਬਾਬੇਓ ਤੁਸੀਂ ਨੌਜਵਾਨਾਂ ਨਾਲ ਸਾਂਝਾ ਕਰੋ ਤੁਸੀਂ ਬੁੱਢਾ ਦਲ ਬਣੋ ਤੇ ਤਰਨਾ ਦਲ ਦੀ ਅਗਵਾਈ ਕਰੋ ਜ਼ਰੂਰੀ ਤਾਂ ਇਹ ਚਾਹੀਦਾ ਸੀ ਨਹੀਂ ਅੱਜ ਨਹੀਂ ਉਹਦਾ ਛੱਡਣ ਨੂੰ ਤਿਆਰ ਨਹੀਂ ਕਦੀ ਵੀ ਨਹੀਂ ਚਲੋ ਖੈਰ ਇਹ ਤੇ ਹੋਰ ਗੱਲਾਂ ਨੇ ਅਗਲੀ ਗੱਲ ਤੇ ਆਈਏ ਉਹਦੇ ਨਾਲ ਨਾਲ ਉਹਨਾਂ ਨੇ ਉਸ ਸਮੇਂ ਚ ਕੌਮ ਨੂੰ ਇੰਨਾ ਜਥੇਬੰਦ ਕੀਤਾ ਕਿ ਉਸ ਜਥੇਬੰਦਕ ਢਾਂਚੇ ਦੇ ਨਾਲ ਸਾਡੀ ਅਗਲੀ ਲੜਾਈ ਲੜਨੀ ਸੌਖੀ ਹੋ ਗਈ ਸਾਡੇ ਕੋਲ ਘੋੜੇ ਆ ਗਏ ਸਾਡੇ ਕੋਲ ਹਥਿਆਰ ਆ ਗਏ ਸਾਡੇ ਕੋਲ ਇਲਾਕੇ ਆ ਗਏ ਪਰ ਇੱਕ ਸਾਲ ਦੇ ਬਾਅਦ ਹੀ ਇਹ ਜਿਹੜੀ ਸਾਡੇ ਕੋਲ ਸਾਰੀ ਨਵਾਬੀ ਜਾਂਦੀ ਰਹੀ ਉਹਦਾ ਕਾਰਨ ਸੀ ਉਹਦਾ ਕਾਰਨ ਇਹ ਸੀ ਕਿ ਇਹਦੇ ਦੌਰਾਨ ਉਹਨੂੰ ਇਹ ਪਤਾ ਲੱਗ ਗਿਆ ਕਿ ਸਿੱਖ ਹੌਲੀ-ਹੌਲੀ ਤਗੜੇ ਹੁੰਦੇ ਜਾ ਰਹੇ ਨੇ ਮੇਰੇ ਵਾਸਤੇ ਅਗਲੇ ਸਮੇ ਇਹ ਵੱਡਾ ਖਤਰਾ ਬਣਨਗੇ ਸੋ ਉਸ ਤੋਂ ਬਾਅਦ ਫਿਰ ਸਿੱਖਾਂ ਦੇ ਉੱਪਰ ਇਹੀ ਦਮਨ ਚੱਕਰ ਸ਼ੁਰੂ ਹੋ ਗਿਆ ਸਿੱਖਾਂ ਦੇ ਫਿਰ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋਏ ਫਿਰ ਸ਼ਹਾਦਤਾਂ ਹੋਈਆਂ ਤੇ 1738 ਦੇ ਵਿੱਚ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਉਹ ਸ਼ਹਾਦਤ ਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਔਰ ਉਹ ਸ਼ਹਾਦਤ ਦੇ ਕਾਰਨਾਂ ਬਾਰੇ ਵੀ ਤੁਸੀਂ ਸਾਰੇ ਜਾਣਦੇ ਹੋਗੇ ਕਿਉਂਕਿ ਭਾਈ ਮਨੀ ਸਿੰਘ ਦੀ ਸਿੱਖਿਆਤ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ 1738 ਦੇ ਵਿੱਚ ਤੇ 1739 ਦੇ ਵਿੱਚ ਨਾਦਰ ਸ਼ਾਹ ਹਮਲਾ ਕਰ ਦਿੰਦਾ ਹੈ ਨਾਦਰ ਸ਼ਾਹ ਜਦ ਹਿੰਦੁਸਤਾਨ ਤੇ ਹਮਲਾ ਕਰਦਾ ਹੈ ਲਾਹੌਰ ਤੇ ਕਬਜ਼ਾ ਕਰਦਾ ਹੈ ਜ਼ਕਰੀਆ ਖਾਨ ਨੂੰ ਆਪਣੇ ਅਧੀਨ ਕਰਦਾ ਹੈ ਉਹਦੇ ਤੋਂ ਬਾਅਦ ਉਹ ਸਿੱਧਾ ਦਿੱਲੀ ਚਲਾ ਜਾਂਦਾ ਹੈ ਦਿੱਲੀ ਉਦੋਂ ਫਰਖਸ਼ੀਰ ਦੀ ਮੌਤ ਹੋ ਚੁਲੀ ਚੁੱਕੀ ਆ ਸ਼ਾ ਮੁਹੰਮਦ ਜਿਹੜਾ ਉਹ ਦਿੱਲੀ ਦਾ ਬਾਦਸ਼ਾਹ ਹੈ ਨਾਦਰ ਸ਼ਾ ਦਿੱਲੀ ਦੇ ਵਿੱਚ ਜਿਸ ਨੂੰ ਅਸੀਂ ਨਾਦਰਸ਼ਾਈ ਕਤਲੇਆਮ ਕਹਿੰਦੇ ਆ ਕਤਲੇਆਮ ਕਰਦਾ 1,20,000 ਲੋਕ ਇੱਕ ਦਿਨ ਦੇ ਵਿੱਚ ਕਤਲ ਕਰ ਦਿੰਦਾ ਇਸ ਨੂੰ ਨਾਦਰਸ਼ਾਈ ਕਤਲੇਆਮ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਨਾਦਰ ਸ਼ਾ ਦਿੱਲੀ ਦਾ ਤਖਤੇ ਤਾऊस ਲੁੱਟਦਾ ਹੈ ਤਖਤੇ ਤਾऊस ਅਬ ਮੈਂ ਪਿੱਛੇ ਜੇ ਨਾ ਇੱਕ ਵੀਰ ਨੇ ਕਮੈਂਟ ਕੀਤਾ ਮੈਂ ਤੁਹਾਡਾ ਨਾਲ ਗੱਲ ਸਾਂਝੀ ਕਰਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ लाल किले ਦੇ ਵਿੱਚੋਂ ਸੇਲੀ ਪੁੱਟ ਕੇ ਲਿਆਂਦੀ ਜਿਹੜੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਪਈ ਹੈ ਤੇ ਤਖਤੇ ਤਾऊस ਕਿਉਂ ਆਂਦਾ ਸਿੱਖਾਂ ਦਾ ਨਿਸ਼ਾਨਾ ਧਨ ਲੁੱਟਣਾ ਨਹੀਂ ਸੀ ਇਹ ਨਾਦਰ ਸ਼ਾਹ ਦਾ ਨਿਸ਼ਾਨਾ ਸੀ ਇੱਕ ਸੀ ਸੇਲ ਜਿਸ ਦੇ ਉੱਪਰ ਤਖਤੇ ਤਾऊस ਸਜਾਇਆ ਜਾਂਦਾ ਸੀ ਜਿਹਨੂੰ ਪੀਕਾਕ ਥਰೋನ್ ਕਿਹਾ ਜਾਂਦਾ ਇਹੀਰੇ ਜਵਾਰ ਰਾਤਾਂ ਦੀ ਇੱਕ ਚਾਨਣੀ ਸੀ ਸਾਨੂੰ ਉਹਦੀ ਲੋੜ ਨਹੀਂ ਸੀ ਉਹ ਨਾਦਰ ਸ਼ਾਹ ਲੈ ਗਿਆ ਸੀ ਅਸੀਂ ਤਾਂ ਉਸ ਸੇਲ ਨੂੰ ਪੁੱਟ ਕੇ ਲਿਆਂਦਾ ਜੀ ਦੇ ਉੱਪਰ ਬੈਠ ਕੇ ਗੁਰਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਸੀ ਅਸੀਂ ਤਾਂ ਉਸ ਸੇਲ ਨੂੰ ਲਿਆਂਦਾ ਜੀ ਦੇ ਉੱਪਰ ਬੈਠ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ 745 ਸਾਥੀਆਂ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਸੀ ਅਸੀਂ ਤਾਂ ਇਹ ਦੱਸਿਆ ਕਿ ਤੁਹਾਡਾ ਤਖਤ ਜਿਹੜਾ ਜ਼ੁਲਮ ਕਰਦਾ ਉਹ ਸਾਡੇ ਸੱਚ ਦੇ ਤਖਤ ਦੇ ਪੈਰਾਂ 'ਚ ਪਿਆ ਹੈ ਅਸੀਂ ਤਾਂ ਇੱਕ ਸੰਕੇਤ ਪ੍ਰਗਟ ਕੀਤਾ ਦੁਨੀਆ ਦੇ ਵਿੱਚ ਸਾਨੂੰ ਹੀਰੇ ਜਵਾਰ ਰਾਤਾਂ ਦੀ ਲੋੜ ਨਹੀਂ ਸੀ ਸਾਨੂੰ ਤਾਂ ਕੌਮ ਦੇ ਅਸੂਲ ਤੇ ਕੌਮ ਦੇ ਸਿਧਾਂਤਾਂ ਦੀ ਲੋੜ ਸੀ ਖੈਰ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਉਹ ਲੈ ਆਂਦਾ ਸੀ ਅਗਲੀ ਗੱਲ ਤੇ ਆਈਏ ਸੀ ਨਾਦਰ ਸ਼ਾਹ ਜਦੋਂ ਬੜੀ ਲੁੱਟਮਾਰ ਕਰਕੇ ਵਾਪਸ ਮੁੜ ਰਿਹਾ ਤੇ ਥਾਂ ਥਾਂ ਤੇ ਸਿੰਘਾਂ ਨੇ ਹੌਲਾ ਕਰ ਦਿੱਤਾ ਜਿੱਥੇ ਵੀ ਸਿੰਘ ਦਾ ਦਰਦ ਲੱਗਾ ਬੱਚੀਆਂ ਵੀ ਛਿੜਾ ਦਿੱਤੀਆਂ ਜਿਹੜੀਆਂ ਉਹਦੇ ਕੋਲ ਸੀ ਤੇ ਉਹਦਾ ਬਹੁਤ ਸਾਰਾ ਮਾਲ ਅਸਬਾਬ ਲੁੱਟ ਲਿਆ ਜਦੋਂ ਲਾਹੌਰ ਪਹੁੰਚਿਆ ਤੇ ਜ਼ਕਰੀਆ ਖਾਨ ਨੂੰ ਆ ਕੇ ਕਹਿੰਦਾ ਕਹਿੰਦਾ ਦਿੱਲੀ ਤੋਂ ਤੇ ਬੜਾ ਸਮਾਂ ਲੁੱਟਿਆ ਸੀ ਰਾਹ ਦੇ ਵਿੱਚ ਪਤਾ ਨਹੀਂ ਕਹਿੰਦਾ ਕਿਹੜੀ ਬਲਾ ਪਈ ਮੈਨੂੰ ਕਿੰਦਾ ਮੇਰਾ ਬੜਾ ਸਮਾਨ ਲੁੱਟਲਾ ਕਿੰਦਾ ਕੌਣ ਨੇ ਜਦੋਂ ਹੁਲੀਆ ਦੱਸਿਆ ਤੇ ਜੱਕਰੀਆ ਖਾਨ ਕਹਿੰਦਾ ਸਿੱਖ ਹੋਣੇ ਆ ਕਿੰਦਾ ਰਹਿੰਦੇ ਕਿੱਥੇ ਨੇ ਕਿੰਦਾ ਜੰਗਲਾਂ 'ਚ ਕਿੰਦਾ ਸੌਂਦੇ ਕਿੱਥੇ ਨੇ ਕਿੰਦਾ ਘੋੜਿਆਂ ਦੀਆਂ ਕਾਠੀਆਂ ਤੇ ਕਿੰਦਾ ਖਾਂਦੇ ਕੀ ਆ ਕਿੰਦਾ ਪੱਤੇ ਖਾ ਕੇ ਵੀ ਸਾਰਾ ਕਰ ਲੈਂਦੇ ਆ ਕਿੰਦਾ ਇਹਨਾਂ ਦਾ ਆਗੂ ਕਿਹੜਾ ਕਿੰਦਾ ਸ਼ੈਨਸ਼ਾ ਖੁਦ ਹੀ ਕੋ ਪੱਖਦਾਨਾ ਕਹੂਗੀ ਇਹ ਰਾਖਤ ਜਿਹੜਾ ਵੀ ਘੋੜੇ ਤੇ ਚੜ ਜਾਂਦਾ ਉਹ ਹੀ ਆਗੂ ਹੈ ਉਹੀ ਜ਼ਿੰਮੇਵਾਰੀ ਸਮਝਦਾ ਹੈ ਕਿੰਦਾ ਗੁਰੂ ਕੋਈ ਮੁਰਸ਼ਿਦ ਵੀ ਹੋਵੇਗਾ ਕਹਿੰਦਾ ਮੁਰਸ਼ਿਦ ਇਹਨਾਂ ਦਾ ਵਲੀਪੇ ਹੋ ਹੈ ਇਹਨਾਂ ਕੋ ਆਬਹਿਯਾਤ ਦਿਓ ਹੈ ਇਹਨਾਂ ਦੇ ਗੁਰੂ ਨੇ ਪਤਾ ਨਹੀਂ ਖੰਡੇ ਬਾਟੇ ਚ ਘੋਲ ਕੇ ਇਹਨਾਂ ਨੂੰ ਕੀ ਪਿਆ ਦਿੱਤਾ ਸੀ ਮਾਰਦੇ ਮਾਰਦੇ ਮਰ ਚੱਲੇ ਇਹ ਨਹੀਂ ਮਰੇ ਤੇ ਮਰਦੇ ਮਰਦੇ ਵੀ ਵੱਜ ਜਾਂਦੇ ਨੇ ਕਹਿੰਦਾ ਖਾਂਦੇ ਕੀ ਨੇ ਕਹਿੰਦਾ ਕੀ ਦਾ ਤੇ ਪਤਾ ਨਹੀਂ ਕਿਵੇਂ ਖਾਂਦੇ ਮੈਂ ਦੱਸ ਦਿੰਦਾ ਕਹਿੰਦਾ ਕਿਵੇਂ ਖਾਂਦੇ ਨੇ ਕਹਿੰਦਾ ਜੰਗਲ 'ਚ ਬੈਠੇ ਹੁੰਦੇ ਨੇ ਲੰਗਰ ਤਿਆਰ ਕਰਦੇ ਨੇ ਫਿਰ ਨਗਾਰਾ ਵਜਾ ਦਿੰਦੇ ਨੇ ਭੁੱਖਾ ਦੇ ਤੇ ਆਵਾਜ਼ਾ ਕੋਈ ਆਉ ਦੇਗ ਤਿਆਰ ਗੁਰ ਹੋਈ ਭੀ ਜਿੱਥੋਂ ਤੱਕ ਸਾਡੀ ਆਵਾਜ਼ ਜਾ ਰਹੀ ਹੈ ਜੇ ਕਿ ਉਹਨੂੰ ਭੁੱਖ ਲੱਗੀ ਆ ਕੇ ਰੋਟੀ ਖਾ ਲੇ ਕਹਿੰਦਾ ਜੇ ਦੁਸ਼ਮਣ ਆ ਜਾਵੇ ਖਿੰਦਾ ਆ ਜਾਵੇ ਕਹਿੰਦਾ ਲੰਗਰ ਚ ਬਹਿ ਜਾਵੇ ਕਹਿੰਦਾ ਕੋਈ ਗੱਲ ਨਹੀਂ ਦੁਸ਼ਮਣ ਤੇ ਹਮਲਾ ਨਹੀਂ ਕਰਦੇ ਦੁਸ਼ਮਣ ਲੰਗਰ ਛਕ ਸਕਦਾ ਹੈ ਕਹਿੰਦਾ ਜੇ ਦੁਸ਼ਮਣ ਸਾਰਾ ਹੀ ਲੰਗਰ ਛਕ ਲੇ ਇਹਨਾਂ ਵਾਸਤੇ ਕੁਝ ਵੀ ਨਾ ਬਚੇ ਕਹਿੰਦਾ ਬਚੇ ਤੋਂ ਦਾਣਾ ਆਪ ਕਲੇ ਹੈ ਨਹੀਂ ਤਾਂ ਲੰਗਰ ਮਸਤਫਤੇ ਹੈ ਕਹਿੰਦਾ ਫਿਰ ਭੁੱਖੇ ਰਹਿ ਕੇ ਗੁਰੂ ਦੇ ਅੱਗੇ ਅਰਦਾਸ ਕਰਦੇ ਨੇ ਕਹਿੰਦੇ ਪਾਤਸ਼ਾਹ ਲੰਗਰ ਮਸਤਾਨਾ ਹੋ ਗਿਆ ਬੜੀ ਅਜੀਬ ਗੱਲ ਫਿਰ ਉਹਨੇ ਇੱਕ ਗੱਲ ਕਹੀ ਇਹ ਨਾਦਰ ਸ਼ਾਹ ਦੇ ਸ਼ਬਦ ਨੇ ਕਹਿੰਦਾ ਜੇ ਇਸ ਕੌਮ 'ਚ ਇੰਨੀਆਂ ਖੂਬੀਆਂ ਨੇ ਨਾ ਫਿਰ ਅਜ਼ੀਮ ਕੌਮ ਬੂ ਬਾਦਸ਼ਾਹੀਏ ਮਿਆਮਦ ਫਿਰ ਇਸ ਕੌਮ 'ਚੋ ਬਾਦਸ਼ਾਹੀ ਦੀ ਬੋ ਆਉਂਦੀ ਆ ਰਾਜ ਜ਼ਰੂਰ ਕਰਨਗੇ ਜੇ ਇਸ ਕੌਮ 'ਚ ਇੰਨੀਆਂ ਖੂਬੀਆਂ ਨੇ ਨਾ ਇਹ ਰਾਜ ਜ਼ਰੂਰ ਕਰਨਗੇ ਅੱਜ ਜਦੋਂ ਰਾਜ ਦੇ ਸੰਕਲਪ ਦੀ ਗੱਲ ਕਰਦੇ ਆ ਤੇ ਮੈਂ ਕਹਿੰਦਾ ਰਾਜ ਅੱਜ ਵੀ ਸਾਡੇ ਰਾਹ ਦੇ ਵਿੱਚ ਆ ਖੂਬੀਆਂ ਖਤਮ ਹੋ ਗਈਆਂ ਉਹਦਾ ਖੂਬੀਆਂ 'ਚੋਂ ਰਾਜ ਪੈਦਾ ਹੋ ਰਿਹਾ ਸੀ ਅੱਜ ਸਾਡੇ 'ਚੋਂ ਖੂਬੀਆਂ ਖਤਮ ਹੋ ਗਈਆਂ ਰਾਜ ਦੇ ਸੰਕਲਪ ਤੋਂ ਤਾਂ ਦੂਰ ਆ ਕਰ ਨਾਦਰ ਸ਼ਾ ਇਹ ਗੱਲ ਕਹਿ ਕੇ ਚਲਾ ਗਿਆ ਤੇ ਨਾਲ ਹੀ ਕਹਿੰਦਾ ਕਿ ਹੁਣ ਜਿੰਨਾ ਵੀ ਜ਼ੁਲਮ ਕਰ ਸਕਦਾ ਹੈ ਕਰ ਇਹਨਾਂ ਦੇ ਉੱਪਰ ਖਤਮ ਕਰ ਦੇ ਫਿਰ ਉਸ ਨੇ ਦਰਬਾਰ ਸਾਹਿਬ ਭੇਜਿਆ 1740 ਦੇ ਵਿੱਚ ਮੱਸਾ ਰੰਗੜ ਮੱਸੇ ਰੰਗਣ ਦੇ ਬਦਬੀ ਕੀਤੀ ਤੇ ਮੱਸੇ ਰੰਗੜ ਦੀ ਬਦਬੀ ਦੂਸ ਵੇਖ ਕੇ ਭਾਈ ਬਲਾਕਾ ਸਿੰਘ ਗਏ ਨੇ ਸਿੱਖ ਲੱਖੀ ਜੰਗਲ ਦੇ ਵਿੱਚ ਬੈਠੇ ਨੇ ਤੇ ਕੁਝ ਬੈਠੇ ਨੇ ਬੀਕਾ ਨੇਰ ਦੇ ਇਲਾਕੇ ਚ ਬੀਕਾ ਨੇਰ ਦੇ ਇਲਾਕੇ ਚ ਬੈਠੇ ਸਰਦਾਰ ਬੁੱਢਾ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਜੀ ਉਹਨਾਂ ਨੂੰ ਜਾ ਕੇ ਦੱਸਿਆ ਕਿ ਦਰਬਾਰ ਸਾਹਿਬ ਦੀ ਬਦਬੀ ਹੋ ਰਹੀ ਹੈ ਉਸ ਵੇਲੇ ਫਿਰ ਉੱਥੋਂ ਦੋ ਸਿੰਘ ਤੁਰੇ ਨੇ ਭਾਈ ਮਹਿਤਾਬ ਸਿੰਘ ਮੀਰਾ ਕੋਟ ਤੇ ਭਾਈ ਸੁਖਾ ਸਿੰਘ ਬਾੜੀ ਕੰਬੋ ਗਏ ਪੇਸ ਵਟਾ ਕੇ ਪਹੁੰਚੇ ਦਰਬਾਰ ਸਾਹਿਬ ਮੱਸਾ ਰੰਗੜ ਦਾ ਸਿਰ ਵੱਡਿਆ ਵੱਢ ਕੇ ਨਾਲ ਹੀ ਨਿਜੇ ਤੇ ਲੈ ਟੰਕ ਕੇ ਸਾਡੇ ਇਤਿਹਾਸਕਾਰ ਕਹਿੰਦੇ ਨੇ ਮੱਸੇ ਕਾ ਸਿਰ ਸਿੰਘ ਉਤਾਰਿਓ ਜਿਉਂ ਕਰ ਬੇਲੋਂ ਕਦੂਆਂ ਡਾਰਿਓ ਪਿ ਜਿਤਰਾ ਵੇਲ ਦੇ ਨਾਲੋਂ ਕੱਦੂ ਤੋੜੀ ਤਾਂ ਨਾ ਇਸ ਤਰ੍ਹਾਂ ਸਿਰ ਲਾ ਕੇ ਲੈ ਗਏ ਹੁੱਕਾ ਪੀ ਰਿਹਾ ਸੀ ਜਿੰਨੇ ਕੋਦੇ ਸਾਥੀ ਸੂਤੀ ਸੀ ਕੋ ਮੰਜੇ ਲੱਗ ਗਿਆ ਕੋ ਕਿਤੇ ਭੱਜ ਗਿਆ ਕੋ ਕਿਤੇ ਭੱਜ ਗਿਆ ਸਿੰਘ ਉਹਦਾ ਸਿਰ ਲਾ ਕੇ ਲੈ ਗਏ ਸਰਦਾਰ ਮਹਿਤਾਬ ਸਿੰਘ ਮੀਰਾ ਕੋਟ ਥੋੜੀ ਜੀ ਗੱਲ ਸੰਜੀ ਕਰ ਲਈਏ ਸਰਦਾਰ ਹਰਾ ਸਿੰਘ ਦੇ ਸੁਪੁੱਤਰ ਨੇ ਇਹਦਾ ਨਾਮ ਹਰਾ ਸਿੰਘ ਸੀ ਤੇ ਹਰਾ ਪਹਿਲਾਂ ਹਰੀਆ ਸੀ ਇਹਨੇ ਖੰਡੇ ਬਾਟੇ ਦੀ ਪਾਹਲ ਦੰਦਮਾ ਸਾਹਿਬ ਲਈ ਤੇ ਦੰਦਮਾ ਸਾਹਿਬ ਇਹ ਖੰਡੇ ਬਾਟੇ ਦੀ ਪਾਹਲ ਲੈ ਕੇ ਇਹਦਾ ਨਾਮ ਹਰਾ ਸਿੰਘ ਬਣਿਆ ਇਹਦੇ ਘਰ ਪੁੱਤਰ ਨੇ ਜਨਮ ਲਿਆ ਸਰਦਾਰ ਮਹਿਤਾਬ ਸਿੰਘ ਸਰਦਾਰ ਮਹਿਤਾਬ ਸਿੰਘ ਦਾ ਬੇਟਾ ਸੀ ਸਰਦਾਰ ਰਾਏ ਸਿੰਘ ਸਰਦਾਰ ਰਾਏ ਸਿੰਘ ਦਾ ਬੇਟਾ ਸੀ ਸਰਦਾਰ ਰਤਨ ਸਿੰਘ ਭੰਗੂ ਜਿਸ ਨੇ ਪੰਥ ਪ੍ਰਕਾਸ਼ ਲਿਖਿਆ ਸਰਦਾਰ ਰਤਨ ਸਿੰਘ ਭੰਗੂ ਦੇ ਦੋ ਬੇਟੇ ਸੀ ਸਰਮੁਖ ਸਿੰਘ ਤੇ ਗੁਰਮਖ ਸਿੰਘ ਇੱਕ ਮਾਲਵੇ ਦੇ ਇਲਾਕੇ ਚ ਆ ਗਿਆ ਤੇ ਇੱਕ ਮਾਝੇ ਦੇ ਇਲਾਕੇ ਚ ਆ ਗਿਆ ਜਿਹੜਾ ਮਾਝੇ ਦੇ ਇਲਾਕੇ ਦੇ ਵਿੱਚ ਆਇਆ ਉਹਦਾ ਅਗੂ ਬੇਟਾ ਸੀ ਠਾਕੁਰ ਸਿੰਘ ਠਾਕੁਰ ਸਿੰਘ ਦਾ ਅਗੂ ਬੇਟਾ ਸੀ ਭਗਵਾਨ ਸਿੰਘ ਤੇ ਭਗਵਾਨ ਸਿੰਘ ਦਾ ਪੁੱਤਰ ਸੀ ਲੈਫਟੀਨੈਂਟ ਜਨਰਲ ਸ਼ਵੇਕ ਸਿੰਘ ਸਰਦਾਰ ਸ਼ਵੇਕ ਸਿੰਘ ਮਹਿਤਾਬ ਸਿੰਘ ਮੀਰਾਕੋਟ ਦੇ ਪਰਿਵਾਰ ਦੇ ਵਿੱਚੋਂ ਨੇ ਭੰਗੂ ਖਾਨਦਾਨ ਦੇ ਵਿੱਚੋਂ ਨੇ ਸੋਇਤ ਹਾਸ ਦੀਆਂ ਬਹੁਤ ਕੜੀਆਂ ਨੇ ਸਮਝਣ ਦਾ ਯਤਨ ਤਾਂ ਕਰੀਏ ਸਭ ਸਾਡਾ ਦਿੱਤਾ ਗਿਆ ਸਾਡੇ ਤੋਂ ਸਾਡਾ ਵਿਰਸਾ ਤੋੜ ਦਿੱਤਾ ਗਿਆ ਸਾਨੂੰ ਇਤਿਹਾਸ ਦੇ ਨਾਲੋਂ ਮੈਨੂੰ ਵੀ ਪਤਾ ਕਿਹੜੀਆਂ ਮੁਸ਼ਕਲਾਂ ਦਾ ਮੈਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਾਰਨ ਕੀ ਹੈ ਇਤਿਹਾਸ ਦੱਸ ਰਿਹਾ ਮੈਂ ਕੋਈ ਹਥਿਆਰ ਨਹੀਂ ਫੜਾ ਰਿਹਾ ਮੇਰੇ ਬਹੁਤ ਸਟੇਟਾਂ ਦੇ ਵਿੱਚ ਲੈਕਚਰ ਬੈਨ ਨੇ ਜਦੋਂ ਮੈਂ ਜਾਂਦਾ ਤੇ ਉਸੇ ਵੇਲੇ ਪੁਲਿਸ ਆ ਕੇ ਕਹਿ ਦਿੰਦੀ ਹੈ ਕਿ ਨਹੀਂ ਦਿੱਲੀ ਤੋਂ ਹੁਕਮ ਹੈ ਤੂੰ ਇੱਥੇ ਲੈਕਚਰ ਨਹੀਂ ਕਰ ਸਕਦਾ ਮੈਨੂੰ ਬੰਬੇ ਤੋਂ ਮੋੜਿਆ ਗਿਆ ਮੈਨੂੰ ਹੋਰ ਸਟੇਟਾਂ ਤੋਂ ਮੋੜਿਆ ਗਿਆ ਤੂੰ ਲੈਕਚਰ ਨਹੀਂ ਕਰ ਸਕਦਾ ਮੈਂ ਇੱਕ ਸਵਾਲ ਕੀਤਾ ਉੱਥੋਂ ਦੀ ਜਿਹੜੀ ਡੀਸੀਪੀ ਸੀ ਮੈਂ ਕਹੇ ਜੀ ਮੈਂ ਤੇ ਇਤਿਹਾਸ ਤੇ ਲੈਕਚਰ ਕਰਦਾ ਪਰ ਇਹਦਾਂ ਹੁੰਦਾ ਕੀ ਐ ਖਿੰਦੇ ਵਿੱਚ ਸਟੇਟ ਉੱਤੇ ਦੀ ਬੋ ਆਉਂਦੀ ਬੜੀ ਅਜੀਬ ਗੱਲ ਐ ਅਸੀਂ ਆਪਣਾ ਸ਼ਹਾਦਤਾਂ ਦਾ ਵਿਰਸਾ ਵੀ ਸਾਂਝਾ ਨਾ ਕਰੀਏ ਅਸੀਂ ਆਪਣਾ ਦਰਦ ਵੀ ਸਾਂਝਾ ਨਾ ਕਰੀਏ ਖੈਰ ਇਹ ਤਾਂ ਚੱਲਦਾ ਹੀ ਰਹਿੰਦਾ ਮਸਾ ਰੰਗੜ ਦਾ ਸਿਰ ਜਿਹੜਾ ਸੀਗਾ ਉਹ ਸਿੰਘ ਲੈ ਕੇ 1740 ਦੇ ਵਿੱਚ ਉਹਦੇ ਤੋਂ ਬਾਅਦ ਇੱਕ ਹੋਰ ਘਟਨਾ ਵਾਪਰ ਗਈ ਜਿਸ ਨੇ ਸਟੇਟ ਨੂੰ ਸਭ ਤੋਂ ਵੱਡਾ ਚੈਲੰਜ ਕਰ ਦਿੱਤਾ 1740 ਚ ਉਹ ਘਟਨਾ ਸੀ ਗਰਜਾ ਸਿੰਘ ਤੇ ਬੁੱਤਾ ਸਿੰਘ ਜਦੋਂ ਦਰਬਾਰ ਸਾਹਿਬ ਦੇ ਇਸ਼ਨਾਨ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲੱਗੀ ਹੋਈ ਸੀ ਇਹ ਦੋਵੇਂ ਸਿੰਘ ਇਸ਼ਨਾਨ ਕਰਕੇ ਨਿਕਲੇ ਤੇ ਵਾਪਸ ਜਦੋਂ ਲੱਖੀ ਜੰਗਲ ਨੂੰ ਜਾ ਰਹੇ ਨੇ ਤੇ ਦਿਨੇ ਕਿਤੇ ਬੈਠੇ ਸੀਗੇ ਤੇ ਇੱਕ ਮੁਗਲਾਂ ਦੀ ਟੁਕੜੀ ਲਾਗੋਂ ਦੀ ਲੰਗੀ ਤੇ ਉਸ ਨੇ ਵੇਖਿਆ ਕਿ ਝਾੜੀਆਂ ਦੇ ਵਿੱਚ ਕੁਝ ਨਜ਼ਰ ਆ ਰਿਹਾ ਕਹਿੰਦਾ ਕਿ ਝਾੜੀਆਂ ਚ ਲੱਗਦਾ ਕੋਈ ਬੈਠਾ ਤੇ ਦੂਜਾ ਸਪਾਹੀ ਕਹਿੰਦਾ ਸਿੱਖ ਹੋਣੇ ਕਹਿੰਦਾ ਨਹੀਂ ਜੇ ਸਿੱਖ ਹੁੰਦੇ ਤੇ ਲੋਕੇ ਨਹੀਂ ਸੀ ਬਹਿਣਾ ਕੋਈ ਬਹਿਰੂਪੀਆ ਹੋਣਾ ਜਦੋਂ ਇਹ ਸੁਣਿਆ ਨਾ ਸਿੱਖ ਹੁੰਦੇ ਤੇ ਲੋਕੇ ਨਹੀਂ ਸੀ ਬਹਿਣਾ ਫੇਰ ਨਹੀਂ ਰਿਹਾ ਗਿਆ ਫੇਰ ਉੱਠੇ ਕਿਰਪਾਨਾਂ ਕੱਢ ਲਈਆਂ 13 ਸਪਾਹੀ ਸੀ 13 ਹੀ ਝਟਕ ਦਿੱਤੇ ਤੇ ਨੂਰਦੀਨ ਦੀ ਸਰਾਂ ਦੇ ਕੋਲ ਆਪਣੇ ਬਰਸ਼ੇ ਦੇ ਉੱਪਰ ਘਟ ਘਟ ਕੇ ਆਪਣਾ ਕਮਰਕੱਸਾ ਬਣਾ ਕੇ ਉਸ ਨੂੰ ਨਿਸ਼ਾਨ ਸਾਹਿਬ ਗੱਡ ਦਿੱਤਾ ਤੇ ਚੁੰਗੀ ਨਾਕਾ ਲਾ ਦਿੱਤਾ ਸਾਰਿਆਂ ਕੋਲ ਕਾਰਗਰਾਉਣਾ ਸ਼ੁਰੂ ਕਰ ਦਿੱਤਾ ਹੁਣ ਇਹ ਛੋਟੀ ਗੱਲ ਨਹੀਂ ਹੈ ਟੈਕਸ ਗਰਾਊਂਡ ਦਾ ਮਤਲਬ ਹੈ ਕਿ ਤੁਸੀਂ ਸਟੇਟ ਤੇ ਕਬਜ਼ਾ ਕਰ ਲਿਆ ਟੈਕਸ ਸਟੇਟ ਦਾ ਹੱਕ ਹੈ ਇਹ ਗੱਲ ਛੋਟੀ ਨਹੀਂ ਹੈ ਹੁਣ بڑے ਲੋਕਾਂ ਦੇ ਕੋਲ ਉਹ ਲੈ ਰਹੇ ਨੇ ਟੈਕਸ ਤੇ ਅਖੀਰ ਇੱਕ ਚਿੱਠੀ ਲਿਖੀ ਹੈ ਉਹ ਚਿੱਠੀ ਲਿਖੀ ਹੈ ਖਾਨ ਬਹਾਦਰ ਜ਼ਕਰੀਆ ਖਾਨ ਵੱਲੋਂ ਉਹ ਕਹਿੰਦੇ ਨੇ ਕਿ ਹੱਥ ਹੈ ਸੋਟਾ ਵਿੱਚ ਰਾਹੇ ਖਲੋਤਾ ਆਨਾਂ ਲਾਵੇ ਗੱਡੇ ਨੂੰ ਪੈਸਾ ਲਾਵੇ ਖੋਤਾ ਤੇਰਾ ਅਕਬਰੀ ਕਰ ਹੈ ਖੋਟਾ ਆਖੀ ਭਾਬੀ ਖਾਨੋ ਨੂੰ ਜਿਉਂ ਆਖੇ ਸਿੰਘ ਬੋਤਾ ਵੀ ਆ ਕੇ ਵੇਖਣਾ ਤੇ ਵੇਖ ਲਾ ਮੈਦਾਨੇ ਜੰਗ ਚ ਲੜਨਾ ਤੇ ਲੜ ਲਾ ਅਸੀਂ ਇੱਥੇ ਚੁੰਗੀ ਨਾਕਾ ਲਾ ਦਿੱਤਾ ਹੁਣ ਭਾਬੀ ਖਾਨੋ ਕਿਉਂ ਕਿਹਾ ਕਿਉਂਕਿ ਜਿਹੜਾ ਸਰਦਾਰ ਗਰਜਾ ਸਿੰਘ ਐ ਇਹਦਾ ਪਿੰਡ ਵੀ ਫੈਜ਼ਲਪੁਰਾ ਸੀ ਤੇ ਇਹਦੇ ਪਿੰਡ ਦੇ ਵਿੱਚ ਜ਼ਕਰੀਆ ਖਾਨ ਦੀ ਭੈਣ ਵਿਆਹੀ ਹੋਈ ਸੀ ਇਸ ਕਰਕੇ ਭਾਬੀ ਸ਼ਬਦ ਵਰਤਿਆ ਮੈਂ ਨਾਲ ਇਤਿਹਾਸ ਦੀਆਂ ਗੱਲਾਂ ਤੁਹਾਨੂੰ ਸਾਂਝੀਆਂ ਕਰਦਾ ਜਾਵਾਂ ਖੈਰ ਮੁਗਲ ਹਕੂਮਤ ਦੇ ਸਿਪਾਹੀ ਆ ਗਏ ਜ਼ਾਫਰ ਬੇਗ ਆ ਗਿਆ ਫੌਜ ਨੂੰ ਲੈ ਕੇ ਜੰਗ ਹੋਈ ਪਹਿਲਾਂ ਉਹਨਾਂ ਨੇ ਇਹਨਾਂ ਤੋਂ ਡਰਦਿਆਂ ਦੂਰੋਂ ਤੀਰ ਮਾਰੇ ਤੀਰ ਛਾਤੀ 'ਚ ਵੱਜਾ ਗਰਜਾ ਸਿੰਘ ਛਾਤੀ ਤੋਂ ਤੀਰ ਖਿੱਚ ਕੇ ਤੋੜ ਕੇ ਪਤਾ ਕੀ ਕਹਿੰਦਾ ਉਹ ਸੂਬੇ ਜੇ ਤੁਮਰੋ ਕੈਸੇ ਤੀਰ ਜੋ ਹਮਰੋ چیر ਨਾ ਸਕੇ ਸਰੀਰ ਆ ਕਿਹੜੇ ਅੰਬਾੜੇ ਦੇ ਤੀਰ ਲੈ ਕੇ ਆ ਗਏਓ ਸਾਡੇ ਆਰ ਪਾਰ ਹੀ ਨਹੀਂ ਲੰਘਦੇ ਇਹੋ ਜੇ ਜਿਸਮ ਦੀ ਸਿੱਖਾਂ ਦੇ ਤਲਵਾਰਾਂ ਚੱਲੀਆਂ ਤੇਗਾਂ ਚੱਲੀਆਂ ਅਖੀਰ ਗੋਲੀਆਂ ਦੀ ਬਿਛਾੜ ਦੇ ਨਾਲ ਦੋਵੇਂ ਸਿੰਘ ਸ਼ਹਾਦਤਾਂ ਪ੍ਰਾਪਤ ਕਰਕੇ ਬੇਸ਼ੱਕ ਇਹ ਸ਼ਹਾਦਤ ਹੋਈਆਂ ਪਰ ਇਨਾਂ ਸ਼ਹਾਦਤਾਂ ਨੇ ਇੱਕ ਬਹੁਤ ਵੱਡਾ ਸੰਦੇਸ਼ ਦੇ ਦਿੱਤਾ ਹਕੂਮਤ ਨੂੰ ਕਿ ਅਸੀਂ ਖਤਮ ਨਹੀਂ ਹੋਏ ਸੋ ਹਕੂਮਤ ਨੇ ਹੋਰ ਜ਼ੁਲਮ ਕਰਨੇ ਜਿਹੜੇ ਸੀ ਸ਼ੁਰੂ ਕਰ ਦਿੱਤੇ 1740 ਤੋਂ ਬਾਅਦ ਬਹੁਤ ਜ਼ਿਆਦਾ ਜ਼ੁਲਮ ਜਿਹੜੇ ਸੀ ਸਿੱਖਾਂ ਦੇ ਉੱਪਰ ਕੀਤੇ ਗਏ ਤਿੰਨ ਚਾਰ ਸਾਲ ਦਾ ਸਮਾਂ ਪੂਰੀ ਤਰ੍ਹਾਂ ਦੇ ਨਾਲ ਸਾਡੇ ਸਿਰਾਂ ਦੇ ਮੁੱਲ ਪੈ ਰਹੇ ਨੇ ਸਾਨੂੰ ਮਾਰਿਆ ਜਾ ਰਿਹਾ ਸਿੱਖ ਜੰਗਲਾਂ ਦੇ ਵਿੱਚ ਨੇ ਇੱਥੋਂ ਤੱਕ ਕਿ ਜਿਹੜੇ ਮਦਦ ਵੀ ਕਰਦੇ ਨੇ ਉੰਨਾ ਨਵੀਂ ਖਤਮ ਕਰ ਦਿੱਤਾ ਜਾਂਦਾ ਜਿਨ੍ਹਾਂ ਦੇ ਵਿੱਚ ਹੈ ਬੀਬੀ ਧਰਮਕੌਰ ਦੀ ਕੋਖ ਦੇ ਵਿੱਚੋਂ ਜਾਇਆ ਸਰਦਾਰ ਜੋਧ ਸਿੰਘ ਦਾ ਸੁਪੁੱਤਰ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਸ਼ਹੀਦ ਕੀਤੇ ਜਾਂਦੇ ਨੇ ਸ਼ਬੀਖ ਸਿੰਘ ਤੇ ਸ਼ਹਾਬਾਜ ਸਿੰਘ ਪਿਤਾ ਤੇ ਪੁੱਤਰ ਇਹ ਕਿਉਂ ਕੀਤੇ ਜਾਂਦੇ ਨੇ ਜਦੋਂ ਤਾਰੂ ਸਿੰਘ ਦੀ ਖੋਪਰੀ ਉਤਾਰੀ ਗਈ ਤੇ ਉਹਨਾਂ ਦਿਨਾਂ ਦੇ ਵਿੱਚ ਜ਼ਕਰੀਆ ਖਾਨ ਦਾ ਪਿਸ਼ਾਪ ਰੁਕ ਗਿਆ ਬڑے ਵੈਦ ਹਕੀਮ ਮਨਜ਼ੂਮੀ ਜਿਹੜੇ ਸੀ ਉਹ ਬੁਲਾਏ ਜਦੋਂ ਸਾਰੇ ਬੁਲਾਏ ਤੇ ਕਿਸੇ ਨੇ ਕਿਹਾ ਇਹਦਾ ਇਲਾਜ ਨਹੀਂ ਹੋ ਸਕਦਾ ਤੇ ਕਿਤੇ ਕਿਸੇ ਨੇ ਇੱਕ ਗੱਲ ਕਹਿ ਦਿੱਤੀ ਇਹਦੇ ਜੋਤਸ਼ੀ ਨੇ ਨਜ਼ੂਮੀ ਨੇ ਵੀ ਤੂੰ ਇੱਕ ਸਿੱਖ ਦੇ ਉੱਪਰ ਜ਼ੁਲਮ ਬੜਾ ਕੀਤਾ ਹੈ 21 ਦਿਨ ਹੋ ਗਏ ਨੇ ਉਹਦੀ ਖੋਪਰੀ ਉਤਾਰੀ ਨੂੰ ਉਹਦੇ ਸਰੀਰ ਚੋਂ ਖੂਨ ਵਗ ਰਿਹਾ ਤੇ ਉਹ ਜਿਵੇਂ ਬੈਠਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ 22ਵੇਂ ਦਿਨ ਸ਼ਹਾਦਤ ਹੋਈ ਹੈ ਖੋਪਰੀ ਲਾਉਣ ਤੋਂ ਬਾਅਦ ਖੂਨ ਵਗਣ ਦੇ ਨਾਲ 21 ਦਿਨ ਪਾਈ ਤਾਰੂ ਸਿੰਘ ਜੀਂਦੇ ਰਹੇ ਨੇ 22ਵੇਂ ਦਿਨ ਸ਼ਹੀਦ ਹੋਏ ਨੇ ਸੋ ਉਹ ਕਹਿੰਦਾ ਕਿ ਤੂੰ ਜ਼ੁਲਮ ਬੜਾ ਕੀਤਾ ਹੈ ਕਹਿੰਦਾ ਫਿਰ ਕਿੰਦਾ ਕਿ ਹੁਣ ਉਹੀ ਤਰ੍ਹਾਂ ਇਲਾਜ ਕਰ ਸਕਦਾ ਹੈ ਹੁਣ ਉਹਦੇ ਨਾਲ ਗੱਲ ਕੌਣ ਕਰੇ ਸਰਦਾਰ ਸ਼ਬੀਖ ਸਿੰਘ ਨੂੰ ਸੱਦਿਆ ਗਿਆ ਸਰਦਾਰ ਸ਼ਬੀਖ ਸਿੰਘ ਨੇ ਕਹਿ ਦਿੱਤਾ ਕਿ ਜੇਕਰ ਭਾਈ ਤਾਰੂ ਸਿੰਘ ਦੀ ਜੁੱਤੀ ਤੇਰੇ ਸਿਰ 'ਚ ਮਾਰੀ ਜਾਵੇ ਤੈਨੂੰ ਪਿਸ਼ਾਵਾ ਆ ਸਕਦਾ ਸਰਦਾਰ ਸ਼ਬੀਖ ਸਿੰਘ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਆਏ ਵਜ਼ੀਰ ਖਾਨ ਦੇ ਸਿਰ ਦੇ ਵਿੱਚ ਮਾਰੀਆਂ ਇੱਕ ਦਿਨ ਤੇ ਪਿਸ਼ਾਪ ਆਇਆ ਮੁੜ ਕੇ ਇਹਦੀ ਜ਼ਕਰੀਆ ਖਾਨ ਮਾਫ ਕਰਨਾ ਜ਼ਕਰੀਆ ਖਾਨ ਦੀ ਮੌਤ ਹੋ ਗਈ ਭਾਈ ਤਾਰੂ ਸਿੰਘ ਵੀ ਸ਼ਹਾਦਤ ਪ੍ਰਾਪਤ ਕਰਕੇ ਹੁਣ ਜਦੋਂ ਜ਼ਕਰੀਆ ਖਾਨ ਦੀ ਮੌਤ ਹੋਈ ਤੇ ਉਹਦੇ ਤਿੰਨ ਪੁੱਤਰ ਸੀ ਜ਼ਾਹੀਆ ਖਾਨ ਸ਼ਾਹਨਵਾਜ਼ ਖਾਨ ਤੇ ਮੀਰ ਬੱਕੀ ਇਹ ਤਿੰਨੇ ਲਾਹੌਰ ਦੇ ਹਾਕਮ ਬਣਨਾ ਚਾਹੁੰਦੇ ਨੇ ਪਰ ਲਾਹੌਰ ਦਾ ਹਾਕਮ ਬਣ ਗਿਆ ਜ਼ਾਹੀਆ ਖਾਨ ਤੇ ਜ਼ਾਹੀਆ ਖਾਨ ਆ ਕੇ ਕਹਿੰਦਾ ਮੇਰੇ ਬਾਪ ਦੀ ਮੌਤ ਕਿਤਰਾ ਹੋਈ ਕਹਿੰਦਾ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦੇ ਆ ਦਰਬਾਰੀ ਕਹਿੰਦਾ ਕਹਿੰਦਾ ਇਹ ਸਲਾਹ ਕਿੰਨੇ ਦਿੱਤੀ ਸੀ ਕਹਿੰਦਾ ਸ਼ਬੀਖ ਸਿੰਘ ਨੇ ਫਿਰ ਹੁਣ ਬਹਾਨਾ ਬਣ ਗਿਆ ਸ਼ਬੀਖ ਸਿੰਘ ਨੂੰ ਸ਼ਹੀਦ ਕਰਨ ਦਾ ਹੁਣ ਕਾਜ਼ੀ ਅਬਦੁਲ ਹੱਕ ਤਾਂ ਪਹਿਲਾਂ ਹੀ ਚਾਹੁੰਦਾ ਸੀ ਕਿ ਇਹਦੇ ਬੇਟੇ ਨੂੰ ਦੀਨ-ਏ-ਇਸਲਾਮ ਚ ਲਿਆਂਦਾ ਜਾਵੇ ਕਾਜ਼ੀ ਵੀ ਖੁਸ਼ ਤੇ ਜ਼ਾਹੀਆ ਖਾਨ ਵੀ ਖੁਸ਼ ਇੱਕ ਬਹਾਨਾ ਮਿਲ ਗਿਆ ਕਿ ਉਹ ਸ਼ਬੀਖ ਸਿੰਘ ਤੇ ਸ਼ਹਾਬਾਜ ਸਿੰਘ ਨੂੰ ਖਤਮ ਕਰਨਾ ਹੈ ਸੋ ਸ਼ਬਾਹ ਸਿੰਘ ਦੇ ਸਾਹਮਣੇ ਪੇਸ਼ਕਸ਼ ਕੀਤੀ ਗਈ ਕਿ ਤੂੰ ਦੀਨੇ ਇਸਲਾਮ ਕਬੂਲ ਕਰ ਲੈ ਜਾਨ بچ ਸਕਦੀ ਹੈ ਉਹਨੇ ਇਨਕਾਰ ਕਰ ਦਿੱਤਾ ਸ਼ਬੇਕ ਸਿੰਘ ਨੂੰ ਵੀ ਇਹੀ ਆਫਰ ਕੀਤੀ ਗਈ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ ਅਖੀਰ ਫੈਸਲਾ ਲਿਆ ਗਿਆ ਕਿ ਦੋਹਾਂ ਨੂੰ ਚੱਕੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਵੇ ਦੋਹਾਂ ਨੂੰ ਚੱਕੜੀ ਤੇ ਚਾੜਿਆ ਗਿਆ ਜਿਸ ਤਰ੍ਹਾਂ ਸ਼ਹਾਦਤ ਹੋਈ ਮੈਂ ਪਿਛਲੇ ਲੈਕਚਰ ਚ ਜ਼ਿਕਰ ਕਰ ਚੁੱਕਾ ਫਿਰ ਵੀ ਦੱਸ ਦਵਾਂ ਸਾਡੇ ਇਤਿਹਾਸਕਾਰ ਕਹਿੰਦੇ ਨੇ ਕਿ ਦੋਹਾਂ ਨੂੰ ਚੱਕੜੀ ਤੇ ਚੜਾਇਆ ਗਿਆ ਚੱਕੜੀਆਂ ਦੇ ਦੰਦੇ ਦੋਹਾਂ ਦੇ ਜਿਸਮ ਦੇ ਵਿੱਚੋਂ ਆਰ-ਪਾਰ ਹੋ ਰਹੇ ਸੀ ਖੂਨ ਦੀਆਂ ਘਰਾਲਾਂ ਵਗ ਰਹੀਆਂ ਸੀ ਪਰ ਦੋਹੇ ਪਿਤਾ ਤੇ ਪੁੱਤਰ ਦੀ ਜ਼ੁਬਾਨ ਦੇ ਵਿੱਚੋਂ ਆਵਾਜ਼ ਆ ਰਹੀ ਸੀ ਧੰਨ ਘੜੀ ਧੰਨ ਚ ਰਖੜੀ ਧੰਨ ਨਿ ਆਓ ਤੁਮਾਰਾ ਧਰਮ ਹੈ ਤਮ ਚੜੇ ਚ ਰਖੜੀ ਧੰਨ ਵਜੂਦ ਹਮਾਰਾ ਪਾਤਸ਼ਾਹ ਇੰਨੀ ਕਿਰਪਾ ਕੀਤੀ ਚੱਕੜੀਆਂ ਤੇ ਚਾੜ ਕੇ ਸ਼ਹਾਦਤ ਦਿੱਤੀ ਸੱਚਮੁੱਚ ਆਨੰਦ ਹੀ ਆ ਗਿਆ ਇਹ ਸਿੱਖੀ ਹੈ ਜੇ ਹੈ ਸਿੱਖੀ ਤਨ ਘੜੀ ਤਨ ਚਖੜੀ ਤਨ ਨਿਆਉ ਤੁਮਾਰਾ ਧਰਮ ਹੇਥ 함 ਚੜੇ ਚ ਰਖੜੀ ਤਨ ਵਜੂਦ ਹਮਾਰਾ ਸੋ 1745 ਦੇ ਵਿੱਚ ਏਕਟਨਾਵਾ ਵਾਪਰੀਆਂ ਇਸ ਤੋਂ ਬਾਅਦ ਦੇ ਵਿੱਚ ਸਿੱਖਾਂ ਨੇ ਹੌਲੀ ਹੌਲੀ ਇਲਾਕਿਆਂ ਦੇ ਉੱਪਰ ਆਪਣੇ ਆਪ ਨੂੰ ਕਾਬਜ ਕਰਨਾ ਸ਼ੁਰੂ ਕੀਤਾ ਪਰ ਜ਼ਾਹੀਆ ਖਾਨ ਨੇ ਆਪਣੇ ਜਿਹੜੇ ਦੋ ਖਾਸ ਸਲਾਹਕਾਰ ਬਣਾ ਲਏ ਉਹ ਸੀ ਇੱਕ ਲਖਪਤ ਰਾਏ ਤੇ ਇੱਕ ਜਸਪਤ ਰਾਏ ਲਖਪਤ ਰਾਏ ਤੇ ਜਸਪਤ ਰਾਏ ਦੋਵੇਂ ਭਰਾ ਜਿਹੜੇ ਨੇ ਉਹ ਮੈਂ ਕਿਤੇ ਹੁਣ ਮੈਂ ਬੜਾ ਲੰਬੇ ਵਿਸਤਾਰ ਚ ਲਿਆ ਜਾਣਾ ਇਹਨਾਂ ਦੇ ਜਿਹੜੇ ਵਡੇਰੇ ਸੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਵੀ ਆਏ ਸੀ ਖੈਰ ਉਹ ਵਿਸ਼ਾ ਬੜਾ ਲੰਬਾ ਹੈ ਉਤਰਨਾ ਚੱਲੀਏ ਤੇ ਲਖਪਤ ਰਾਏ ਨੂੰ ਮਲਤਾਨ ਦਾ ਇਲਾਕਾ ਦੇ ਦਿੱਤਾ ਹੁਣ ਸਿੰਘ ਜੰਗਲਾਂ ਦੇ ਵਿੱਚ ਨੇ ਤੇ ਜੰਗਲਾਂ ਦੇ ਵਿੱਚੋਂ ਇੱਕ ਸਿੰਘਾਂ ਦਾ ਜਥਾ ਨਿਕਲਿਆ ਜਿਹਦੇ ਵਿੱਚ ਨੇ ਸਰਦਾਰ ਚੜ੍ਹ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਰਦਾਰ ਮਹਾ ਸਿੰਘ ਦਾ ਬਾਪ ਉਸ ਜਥੇ ਦੇ ਵਿੱਚ ਸਰਦਾਰ ਨਬਾਹੁ ਸਿੰਘ ਉਸ ਜਥੇ ਦੇ ਵਿੱਚ ਜੈ ਸਿੰਘ ਕਨਈਆ ਉਸ ਜਥੇ ਦੇ ਵਿੱਚ ਲੈਣਾ ਸਿੰਘ ਗੁੱਜਰ ਇਹ ਸਾਰੇ ਜਰਨੈਲ ਬਾਹਰ ਆਏ ਨੇ ਕਿਉਂ ਉਸ ਅਹੀ ਦਿਹਾੜਾ ਵਿਸਾਖੀ ਦੇ ਦਿਨ ਸੀ ਤੇ ਇਹਨਾਂ ਸਿੰਘਾਂ ਦੇ ਜਥੇ ਨੇ ਬਾਹਰ ਆ ਕੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਬਣਾ ਗੁਰਦੁਆਰਾ ਜਿਹੜਾ ਅੱਜ ਪਾਕਿਸਤਾਨ 'ਚ ਹੈ ਗੁਰਦੁਆਰਾ ਰੋੜੀ ਸਾਹਿਬ ਉਹਦੇ ਬਾਹਰ ਉਤਾਰਾ ਕੀਤਾ ਇਹ ਖਬਰ ਕਿਸੇ ਨੇ ਜਸਪਤ رائے ਨੂੰ ਦੇ ਦਿੱਤੀ ਕਿ ਸਿੱਖ ਜਿਹੜੇ ਨੇ ਉਹਨਾਂ ਨੇ ਇੱਥੇ ਆ ਕੇ ਉਤਾਰਾ ਕੀਤਾ ਹੁਣ ਜਸਪਤ رائے ਜਿਹੜਾ ਸੀ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਫੌਜਾਂ ਲੈ ਕੇ ਆ ਗਿਆ ਤੇ ਸਰਦਾਰ ਚੜਾ ਸਿੰਘ ਬੜਾ ਪਿਆਰਾ ਜਵਾਬ ਦਿੰਦੇ ਨੇ ਕਹਿੰਦੇ ਵੇਖ ਜਸਪਤਰਾਏ ਅਸੀਂ ਲੜਨ ਨਹੀਂ ਆਏ ਅਸੀਂ ਇੱਥੇ ਜੰਗ ਕਰਨ ਨਹੀਂ ਆਏ ਸਾਡਾ ਪਰਜੋਜਨ ਇੱਕੋ ਹੀ ਅਵਸਾਖੀ ਦਾ ਦਿਹਾੜਾ ਹੈ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਕੀਰਤਨ ਕਰਨਾ ਹੈ ਲੰਗਰ ਤਿਆਰ ਕਰਨਾ ਹੈ ਛਕਣਾ ਤੇ ਚਲੇ ਜਾਣਾ ਫਿਰ ਜੰਗਲ ਦੇ ਚ ਅਸੀਂ ਲੜਨ ਨਹੀਂ ਆਏ ਇਹ ਕਹਿੰਦਾ ਜਾਣਾ ਕਿ ਫਿਰ ਤੁਹਾਡੇ ਕੇਸਾਂ ਨੂੰ ਮੁੰਨ ਕੇ ਤੁਹਾਨੂੰ ਭੇਜਾਂ ਜਦੋਂ ਇਹ ਗੱਲ ਕਹੀ ਫਿਰ ਕਿੱਥੇ ਬਰਦਾਸ਼ਤ ਹੁੰਦੀ ਹੈ ਫਿਰ ਜਿਹੜਾ ਸਰਦਾਰ ਚੜ੍ਹ ਸਿੰਘ ਕਹਿੰਦਾ ਸੀ ਨਾ ਜਸਪਤ ਰਾਏ ਉਹ ਕਹਿੰਦਾ ਏ ਕਰਾੜਾ ਹੁਣ ਫਿਰ ਲੜਨ ਨੂੰ ਤਿਆਰ ਹੋ ਜਾ ਹੁਣ ਦੋਵੇਂ ਪਾਸੇ ਤਲਵਾਰਾਂ ਸੂਤ ਲਈਆਂ ਤੇਗ ਤੇ ਤੇਗ ਚੱਲੀ ਤੇ ਸਰਦਾਰ ਨਿਬਾਹੂ ਸਿੰਘ ਚੜਿਆ ਇਹਦੇ ਹਾਥੀ ਦੇ ਉੱਪਰ ਤੇਦਾ ਸਿਰ ਵੱਢ ਕੇ ਨਿਜੇ ਤੇ ਟਾਂਕੇ ਜ਼ਮੀਨ ਤੇ ਸੁੱਟ ਦਿੱਤਾ ਬਾਕੀ ਫੌਜ ਭੱਜ ਗਈ ਇਹਦਾ ਢੜ ਲੈ ਕੇ ਫੌਜ ਚਲੀ ਗਈ ਸਿਰ ਸਿੱਖਾਂ ਦੇ ਕੋਲ ਪਿਆ ਇਹਨਾਂ ਦਾ ਜਿਹੜਾ ਕੁੱਲ ਪੁਜਰੀ ਸੀ ਉਹ ਬੱਦੋਕੇ ਪਿੰਡ ਦਾ ਰਹਿਣ ਵਾਲਾ ਸੀ ਕਿਰਪਾ ਰਾਮ ਦਾਤ ਜਿਹੜਾ ਕਿਰਪਾ ਰਾਮ ਗੁਸਾਈ ਮਾਫ ਕਰਨਾ ਮੈਂ ਗਲਤੀ ਕਰ ਗਿਆ ਕਿਰਪਾ ਰਾਮ ਦਤਨੀ ਕਿਰਪਾ ਰਾਮ ਗੁਸਾਈ ਦੱਤ ਹੋਰ ਪਰਿਵਾਰ ਆ ਸੋ ਕਿਰਪਾ ਰਾਮ ਗੁਸਾਈ ਇਹਨਾਂ ਦਾ ਕੁੱਲ ਪੁਜੋਤ ਸੀ ਜਦੋਂ ਸੰਸਕਾਰ ਵਾਸਤੇ ਉਹਨੂੰ ਬੁਲਾਇਆ ਤੇ ਉਹਨੇ ਜਦੋਂ ਲਾਸ਼ ਵੇਖੀ ਕਹਿੰਦਾ ਤਾਂ ਤੇ ਸੇਰੀ ਨਹੀਂ ਹੈਗਾ ਇਹਦੀ ਤੇ ਗਤੀ ਨਹੀਂ ਹੋਣੀ ਸਿਰ ਕਿੱਥੇ ਆ ਕਹਿੰਦੇ ਉਹ ਤੇ ਸਿੰਘਾ ਕੋ ਰਹਿ ਗਿਆ ਕਹਿੰਦਾ ਫਿਰ ਮੈਂ ਇਹਦੀਆਂ ਅੰਤਮ ਰਸਮਾਂ ਕਿਵੇਂ ਕਰਾਂ ਇਹਦੀ ਤੇ ਗਤੀ ਨਹੀਂ ਹੋਣੀ ਉਹਨਾਂ ਚੋ ਸ਼ਵਾਸ ਹੈ ਨਾ ਕਿ ਉੱਤੇ ਜਾ ਕੇ ਸਵਰਗ ਚ ਤੁਹਾਨੂੰ ਸਵਾਲ ਜਵਾਬ ਪੁੱਛਣੇ ਨੇ ਤੇ ਸਿਰ ਤੋਂ ਬਿਨਾ ਜਵਾਬ ਕਿਵੇਂ ਦੇਣੇ ਨੇ ਅਖੀਰ ਤਾਂ ਇਹ ਗਤੀ ਨਹੀਂ ਹੋਣੀ ਕਹਿੰਦਾ ਕੀ ਕਰੀਏ ਕਹਿੰਦਾ ਸਿਰ ਲੈ ਕੇ ਆ ਹੁਣ ਸਿਰ ਕਿਹੜਾ ਲੈਣ ਜਾਵੇ ਸਿੰਘਾਂ ਦੇ ਕੋਲ ਸਿਰ ਲੈਣ ਕਿਹੜਾ ਜਾਵੇ ਅਖੀਰ ਕਹਿੰਦੇ ਅਸੀਂ ਨਹੀਂ ਜਾ ਸਕਦੇ ਪੰਡਿਤ ਜੀ ਤੁਸੀਂ ਚਲੇ ਜਾ ਸੋ ਇਹ ਜਿਹੜੇ ਬੱਦੋਕੇ ਕਸਾਈਆਂ ਵਾਲੇ ਕਿਰਪਾ ਰਾਮ ਸੀ ਇਹ ਸਿੰਘਾਂ ਦੇ ਕੋਲ ਆ ਕੇ ਆ ਕੇ ਸਰਦਾਰ ਚੜ੍ਹੇ ਸਿੰਘ ਨੂੰ ਕਹਿੰਦੇ ਨੇ ਕਹਿੰਦੇ ਕਿ ਮੇਰੇ ਜਜਮਾਨ ਨੇ ਮੈਂ ਇਹਨਾਂ ਦਾ ਕੁੱਲ ਪੁਜੋਤ ਆ ਤੇ ਉਹਨਾਂ ਦਾ ਸਿਰ ਇੱਥੇ ਰਹਿ ਗਿਆ ਉਹ ਸਰਦਾਰ ਨਾਹੂ ਸਿੰਘ ਨੂੰ ਕਹਿੰਦੇ ਨੇ ਕਿੱਥੇ ਆ ਸਿਰ ਕਹਿੰਦਾ ਜਵਾਖ ਖੇਡਣ ਦੇ ਖਿੰਦੋ ਕੁੰਡੀ ਬਾਲ ਵਾਂਗੂ ਖੇਡਣ ਦਏ ਨੇ ਕਹਿੰਦਾ ਇਹਨਾਂ ਦਾ ਸਿਰ ਵਾਪਸ ਦੇ ਦਿਓ ਸਰਦਾਰ ਚੜ੍ਹਤ ਸਿੰਘ ਕਹਿੰਦੇ ਕਹਿੰਦੇ ਵੀ ਸਿਰ ਕਰਨਾ ਕੀ ਐ ਮੌਤ ਤੇ ਹੋ ਗਈ ਐ ਕਹਿੰਦਾ ਕਿ ਸਿਰ ਤੋਂ ਬਿਨਾ ਇਹਦੀ ਗਤੀ ਨਹੀਂ ਹੋਣੀ ਤੇ ਸਿਰ ਜੋੜ ਕੇ ਫਿਰ ਸस्कार ਕਰਨਾ ਕਹਿੰਦਾ ਪੰਡਤ ਜੀ ਸਿਰ ਤੇ ਲੈ ਜਾਓ ਪਰ ਜਿਹੋ ਜਿਹਾਂ ਕਰਤੂਤਾਂ ਕੀਤੀਆਂ ਗਤੀ ਤੇ ਸਿਰ ਦੇ ਨਾਲ ਵੀ ਨਹੀਂ ਹੋਣੀ ਲੈਹ ਤੇ ਜਾਓ ਤੁਸੀਂ ਪਰ ਜਿਵੇਂ ਦੇ ਨੇ ਕਰਮ ਕੀਤੇ ਨੇ ਨਾ ਉਹ ਤੇ ਸਿਰ ਦੇ ਨਾਲ ਵੀ ਗਤੀ ਨਹੀਂ ਹੋਣੀ ਖੈਰ ਸਰਦਾਰ ਚੜ੍ਹਤ ਸਿੰਘ ਹੁਣੀ ਵਾਪਸ ਚਲੇ ਗਏ ਜਦੋਂ ਲਖਪਤ ਰਾਏ ਆਇਆ ਆਪਣੇ ਭਰਾ ਦੀ ਮੌਤ ਵੇਖੀ ਆਪਣਾ ਪਤਿੱਜਾ ਹਰਪਜ ਰਾਏ ਨੂੰ ਵੇਖਿਆ ਤੇ ਉਸੇ ਵੇਲੇ ਇਹ ਲਾਹੌਰ ਆਇਆ ਤੇ ਲਾਹੌਰ ਆ ਕੇ ਇਸ ਨੇ ਜ਼ਾਹੀਆ ਖਾਨ ਨੂੰ ਕਿਹਾ ਕਹਿੰਦਾ ਕਿ ਹੁਣ ਇੱਕ ਖੱਤਰੀ ਸਿੱਖਾਂ ਨੂੰ ਖਤਮ ਕਰਕੇ ਰੱਖੇਗਾ ਆਪਣੀ ਪੱਗ ਲਾ ਕੇ ਉਹਦੇ ਪੈਰਾਂ ਤੇ ਸੁੱਟ ਦਿੱਤੀ ਕਹਿੰਦਾ ਪੱਗ ਉਸ ਦਿਨ ਸੇ ਤੇ ਰੱਖੂੰਗਾ ਜਦੋਂ ਸਿੱਖਾਂ ਨੂੰ ਖਤਮ ਕਰੂੰਗਾ ਜ਼ਾਹੀਆ ਖਾਨ ਵੀ ਇਹੀ ਚਾਹੁੰਦਾ ਸੀ ਉਸ ਨੇ ਫੌਜ ਦੇ ਦਿੱਤੀ ਕਹਿੰਦਾ ਖਤਮ ਕਰ ਇਹ ਗੱਲ ਹੈ 1746 ਦੀ ਤੇ ਸਿੰਘ ਜਿਹੜੇ ਨੇ ਆਗੇ ਨੇ ਕਾਨੂੰਨ ਦੇ ਸ਼ੰਭ ਦੇ ਵਿੱਚ ਤੇ ਓਕੇ 1 ਜੂਨ 1746 ਨੂੰ ਸ਼ੁਰੂ ਹੋਇਆ ਛੋਟਾ ਕੱਲੂਕਾਰਾ ਸਿੱਖ ਆਸੇ-ਪਾਸੇ ਤੋਂ ਘਿਰ ਗਏ ਇੱਕ ਪਾਸੇ ਜੰਗਲ ਇੱਕ ਪਾਸੇ ਰਾਵੀ ਨਦੀ ਇੱਕ ਪਾਸੇ ਬਸੌਲੀ ਦੀਆਂ ਪਹਾੜੀਆਂ ਪਹਾੜੀਆਂ ਤੋਂ ਵੀ ਤੋਪਾਂ ਦੇ ਗੋਲੇ बरस ਰਹੇ ਨੇ ਜੰਗਲ ਨੂੰ ਅੱਗ ਲਾ ਦਿੱਤੀ ਗਈ ਹੈ ਨਦੀ ਦੇ ਵਿੱਚ ਪਾਣੀ ਤੜਿਆ ਪਿਆ ਸਾਰੇ ਪਾਸਿਆਂ ਤੋਂ ਘਿਰੇ ਪਏ ਨੇ ਇੱਕ ਸਿੰਘ ਨੇ ਬੜੀ ਕੁਰਬਾਨੀ ਕੀਤੀ ਸ਼ਹਾਦਤ ਦਿੱਤੀ ਦੱਲੇਵਾਲੀਆ ਮਿਸਲ ਦੇ ਸਰਦਾਰ ਗਰਦਿਆਲ ਸਿੰਘ ਨੇ ਉਦੋਂ ਤੱਕ ਮਿਸਲਾਂ ਜਿਹੜੀਆਂ ਸੀ ਬਣ ਚੁੱਕੀਆਂ ਸੀ ਪਹਿਲਾਂ ਜਿਹੜੀਆਂ ਸੀਗੀਆਂ ਦਲ ਖਾਲਸਾ ਪੰਪ ਕਰਨਾ ਤਰਨਾ ਦਲ ਤੇ ਬੁੱਢਾ ਦਲ ਬਣੇ ਉਸ ਤੋਂ ਬਾਅਦ ਸਿੱਖ ਪੰਜ ਜਥਿਆਂ 'ਚ ਵੰਡੇ ਗਏ ਜਥਿਆਂ 'ਚ ਗਿਣਤੀ ਵਧ ਗਈ ਤੇ 25 ਜਥੇ ਬਣਾ ਦਿੱਤੇ ਗਏ ਜਦੋਂ 25 ਜਥਿਆਂ 'ਚ ਵੀ ਗਿਣਤੀ ਵਧ ਗਈ ਤੇ ਜਥੇ 65 ਬਣ ਗਏ ਤੇ ਫਿਰ 65 ਜਥਿਆਂ ਨੂੰ ਭੰਗ ਕਰਕੇ ਦਲ ਖਾਲਸਾ ਬਣਾ ਦਿੱਤਾ ਤੇ ਦਲ ਖਾਲਸੇ ਨੂੰ ਫਿਰ 11-12 ਮਿਸਲਾਂ 'ਚ ਵੰਡ ਦਿੱਤਾ ਹੁਣ ਇਹ ਸਰਦਾਰ ਨੇ ਉੱਥੇ ਡੱਲੇ ਵਾਲੀ ਮਿਸਲ ਦੇ ਸਰਦਾਰ ਗੁਰਦੇਵਾਲ ਸਿੰਘ ਕਿੰਦੇ ਕਿੰਦੇ ਮੈਂ ਆਪਣਾ ਘੋੜਾ ਦਰਿਆ 'ਚ ਪਾਉਣਾ ਜੇ ਤੇ ਮੈਂ ਲੰਘ ਗਿਆ ਤੇ ਤੁਸੀਂ ਵੀ ਆ ਜਾਓ ਪਾਣੀ ਜ਼ਿਆਦਾ ਸੀ ਸ਼ਹਾਦਤ ਪ੍ਰਾਪਤ ਕਰ ਗਿਆ ਉਹਨਾਂ ਦਾ ਭਰਾ ਹਰਦੇਵਾਲ ਸਿੰਘ ਕਹਿੰਦਾ ਮੈਂ ਵੀ ਵੇਖਦਾ ਡੁੱਬ ਗਿਆ ਸ਼ਹਾਦਤ ਪ੍ਰਾਪਤ ਕਰ ਗਿਆ ਕਾਦੇ ਕਰਕੇ ਕਿਤੇ ਬਾਕੀ ਨਾ ਸਾਰੇ ਆਜ ਬਾਕੀ ਨੂੰ ਬਚਾਉਣ ਦੇ ਵਾਸਤੇ ਹੁਣ ਆਸੇ ਪਾਸੇ ਤੋਂ ਅੱਗ ਵਰਸ ਰਹੀ ਹੈ ਤੋਪਾਂ ਦੇ ਗੋਲੇ ਜੰਬੂਰੀਆਂ ਦੇ ਗੋਲੇ ਇੱਕ ਦਿਨ ਦੇ ਵਿੱਚ ਉਸ ਦਿਨ 12000 ਤੋਂ ਵੱਧ ਸਿੰਘ ਸ਼ਹੀਦ ਹੋ ਚੁੱਕਾ ਹੈ ਸ਼ਾਮ ਨੂੰ ਸਾਰੇ ਸਿੰਘ ਜ਼ਖਮੀ ਹਾਲਤ ਚ ਬੈਠੇ ਨੇ ਸਰਦਾਰ ਸੁਖਾ ਸਿੰਘ ਮਾੜੀ ਕੰਬੋ ਕਿਆਂ ਦੀ ਲੱਤ ਦੇ ਉੱਪਰ ਗੋਲਾ ਲੱਗਾ ਲੱਤ ਨਾਲ ਲਮਕੀ ਹੋਈ ਉਹਨੇ ਆਪਣੇ ਘੋੜੇ ਦੇ ਹੰਨੇ ਦੇ ਨਾਲ ਕਾਠੀ ਦੇ ਨਾਲ ਲੱਤ ਨੂੰ ਬੰਨ੍ਹਿਆ ਹੋਇਆ ਉਹਦੇ ਨਾਲ ਲੜ ਰਿਹਾ ਸ਼ਾਮ ਨੂੰ ਸਾਰੇ ਸਿੱਖ ਇਕੱਠੇ ਹੋਏ ਨੇ ਹੁਣ ਸਰਦਾਰ ਚੜ੍ਹ ਸਿੰਘ ਜੱਸਾ ਸਿੰਘ ਆਹਲੂਵਾਲੀਆ ਨਵਾਬ ਕਪੂਰ ਸਿੰਘ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੇ ਸਰਦਾਰ ਹਰੀ ਸਿੰਘ ਪੰਗੀ ਇਹ ਸਾਰੇ ਸਲਾਹ ਕਰਦੇ ਨੇ ਹੁਣ ਕਰਨਾ ਕੀ ਹੈ ਤੇ ਉਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿੰਦੇ ਅੱਜ ਅਸੀਂ ਡੇਡ ਫੱਟ ਦੀ ਲੜਾਈ ਲੜਾਂਗੇ ਇਹ ਨਵੀਂ ਨੀਤੀ ਦੇ ਜੰਗ ਦੀ ਇੱਕ ਸਾਡੀ ਨੀਤੀ ਸੀ ਕਮਾਨਗੋਸ਼ ਜਿਹੜੀ ਅਫਦਾਲੀ ਦੇ ਸਮੇਂ ਆਈ ਹੈ ਇਹ ਸਾਡੀ ਜੰਗ ਦੀ ਉਸ ਵੇ ਪਹਿਲੀ ਨੀਤੀ ਹੈ ਡੇਢ ਫੱਟ ਦੀ ਲੜਾਈ ਲੜਗੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਕਹਿੰਦੇ ਹੁੰਦੇ ਸੀ ਲੜਾਈ ਢਾਈ ਫੱਟ ਦੀ ਹੁੰਦੀ ਕਹਿੰਦੇ ਹੁੰਦੇ ਸੀ ਨਾ ਜੀ ਵੀ ਲੜਾਈ ਢਾਈ ਫੱਟ ਦੀ ਹੁੰਦੀ ਹੈ ਢਾਈ ਫੱਟ ਦਾ ਮਤਲਬ ਕੀ ਹੁੰਦਾ ਹੈ ਕਿ ਜਾਂ ਤੇ ਦੁਸ਼ਮਣ ਨੂੰ ਵੇਖ ਕੇ ਭੱਜ ਜਾਓ ਪਹਿਲਾ ਫੱਟ ਜਾਨ ਬਚਾ ਲਓ ਜਾਂ ਮੱਥਾ ਟੇਕ ਦਿਓ ਮਾਫੀ ਮੰਗ ਲਓ ਤਾਂ ਵੀ ਜਾਨ ਬਚ ਗਈ ਦੋ ਫੱਟ ਅੱਧਾ ਫੱਟ ਕੀ ਹੈ ਲੜੋ ਜਾਂ ਤੁਸੀਂ ਜਾਓ ਇਹਦੇ ਵਿੱਚ ਅੱਧਾ ਚਾਂਸ ਇਹਨੂੰ ਕਿਹਾ ਜਾਂਦਾ ਢਾਈ ਫੱਟ ਹਣ ਸਰਦਾਰ ਚੜ੍ਹ ਸਿੰਘ ਕਹਿੰਦੇ ਨੇ ਕਹਿੰਦੇ ਢਾਈ ਫੱਟ ਤੇ ਸੁਣੇ ਸੀ ਜਹੇਦਾਰ ਸੀ ਇਹ ਡੇਢ ਫੱਟ ਦੀ ਲੜਾਈ ਕਿਹੜੀ ਦੱਸ ਦਿੱਤੀ ਜੀ ਕਹਿੰਦੇ ਡੇਢ ਫੱਟ ਦੀ ਲੜਾਈ ਹੈ ਵੀ ਲੜਾਂਗੇ ਪਰ ਲੜਨ ਦਾ ਨਿਸ਼ਾਨਾ ਇੱਥੇ ਮਰਨਾ ਨਹੀਂ ਐ ਇੱਥੋਂ ਨਿਕਲਣਾ ਹੈ ਅਸੀਂ ਇਸ ਘੇਰੇ ਚੋਂ ਨਿਕਲਣਾ ਹੈ ਸੋ ਅੱਧੀ ਰਾਤ ਨੂੰ ਸਿੰਘਾਂ ਨੇ ਹਮਲਾ ਕਰ ਦਿੱਤਾ ਇੱਕ ਪਾਸੇ ਤੋਂ ਘੇਰਾ ਤੋੜ ਕੇ ਬਿਆਸ ਦਰਿਆ ਨੂੰ ਪਾਸ ਕੀਤਾ ਤੇ ਲੱਖੀ ਜੰਗਲ ਦੇ ਇਲਾਕੇ ਦੇ ਵਿੱਚ ਸਾਰੇ ਪਹੁੰਚ ਗਏ ਮੈਂ ਲੱਖੀ ਜੰਗਲ ਦੀ ਤੁਹਾਨੂੰ ਅਹਿਮੀਅਤ ਦੱਸ ਦਿਵਾ ਕਿ ਲੱਖੀ ਜੰਗਲ ਦੀ ਉਦੋਂ ਅਹਿਮੀਅਤ ਉਹ ਸੀ ਜਿਹੜੀ ਅੱਜ ਵੀ ਅਮਰੀਕਾ ਦੇ ਵਿੱਚ ਪੈਂਟਾਗਨ ਦੀ ਹੈ ਲੱਖੀ ਜੰਗਲ ਦੇ ਵਿੱਚ ਖਾਸੇ ਨੂੰ ਟ੍ਰੇਨ ਕੀਤਾ ਜਾਂਦਾ ਲੱਖੀ ਜੰਗਲ ਦੇ ਵਿੱਚ ਮਿਸਲ ਸ਼ਹੀਦਾਂ ਦੇ ਬਾਬਾ ਦੀਪ ਸਿੰਘ ਜੀ ਬੈਠੇ ਹੁੰਦੇ ਉਹੀ ਸਾਡੀ ਵਿੱਦਿਆ ਦਾ ਸੈਂਟਰ ਉਹੀ ਸਾਡੀ ਸਿਹਤ ਦਾ ਕੇਂਦਰ ਗੱਲ ਕੀ ਕਿ ਇੱਕ ਗੁਰਦੁਆਰੇ ਦੇ ਵਿੱਚ ਜਿੰਨੀਆਂ ਵੀ ਖੂਬੀਆਂ ਦਸੀਆਂ ਨੇ ਮਹਾਨ ਕੋਸ਼ ਤੇ ਵਿੱਚ ਕਿ ਇੱਕ ਗੁਰਦੁਆਰੇ ਚ ਦਵਾਖਾਨਾ ਚਾਹੀਦਾ ਗੁਰਦੁਆਰੇ ਚ ਲੰਗਰ ਚਾਹੀਦਾ ਗੁਰਦੁਆਰੇ ਚ ਨਿਸ਼ਾਨ ਸਾਹਿਬ ਚਾਹੀਦਾ ਗੁਰਦੁਆਰੇ ਚ ਅਮਰ ਸੰਚਾਰ ਹੋਣਾ ਚਾਹੀਦਾ ਗੁਰਦੁਆਰਾ ਇੱਕ ਔਰਤ ਦੇ ਵਾਸਤੇ ਲੋਹੇ ਦਾ ਕਿਲਾ ਹੋਣਾ ਚਾਹੀਦਾ ਤੇ ਗੁਰਦੁਆਰਾ ਕਿਸੇ ਗਰੀਬ ਦੇ ਵਾਸਤੇ ਰੱਖਿਆ ਦਾ ਜਾਮਨ ਹੋਣਾ ਚਾਹੀਦਾ ਇਹ ਜਿੰਨੀਆਂ ਵੀ ਅਲਾਮਤਾਂ ਨੇ ਸਾਰੀਆਂ ਲੱਖੀ ਜੰਗ ਕਲਗੀਦਰ ਪਾਛਨ ਐਵੇਂ ਹੋ ਜਗਾ ਨਹੀਂ ਸੀ ਚੁਣੀ ਲੱਖੀ ਜੰਗਲ ਦਾ ਇਲਾਕਾ ਨਾ ਹੁੰਦਾ ਸੀ 18ਵੀਂ ਸਦੀ ਦੀ ਜੰਗ ਲੜੀ ਨਹੀਂ ਸੀ ਸਕਦੇ ਜਦੋਂ ਵੀ ਸਾਨੂੰ ਇੱਧਰ ਸਾਡੇ ਸਰਾਂ ਦੇ ਮੁੱਲ ਪੈਂਦੇ ਸੀ ਸਾਰੇ ਸਿੰਘ ਉੱਥੇ ਇਕੱਠੇ ਹੁੰਦੇ ਸੀ ਕਿਉਂਕਿ ਉੱਥੇ ਹਕੂਮਤ ਨਹੀਂ ਸੀ ਪਹੁੰਚ ਸਕਦੀ ਮਲਤਾਨ ਦੇ ਅਧੀਨ ਸੀ ਉੱਥੇ ਸਿਖਲਾਈ ਦਿੱਤੀ ਜਾਂਦੀ ਪੜਾਇਆ ਜਾਂਦਾ ਲਿਖਾਇਆ ਜਾਂਦਾ ਤਿਆਰ ਕਰਕੇ ਸਿੰਘਾਂ ਨੂੰ ਮੈਦਾਨੇ ਜੰਗ 'ਚ ਭੇਜਿਆ ਜਾਂਦਾ ਤੇ ਜਿਹੜੇ ਜ਼ਖਮੀ ਹੋ ਜਾਂਦੇ ਉਹਨਾਂ ਦਾ ਇਲਾਜ ਉੱਥੇ ਕੀਤਾ ਜਾਂਦਾ ਇਹ ਸਾਰਾ ਕੁਝ ਦਮਦਵਾ ਸਾਹਿਬ ਹੋ ਰਿਹਾ ਸੀ ਨੀਤੀਆਂ جنگ ਦੀਆਂ ਉੱਥੇ ਬਣਾਈਆਂ ਜਾਂਦੀਆਂ ਸੀ ਮੈਂ ਕਹਿਣਾ ਨਾ ਕਿ ਜੋ ਅੱਜ ਅਮਰੀਕਾ ਚ ਪੈਂਟਾਗਨ ਦੀ ਹੈ ਮਹੱਤ ਹੈ ਨਾ ਸਾਡੇ ਸਮੇਂ 18ਵੀਂ ਸਦੀ ਵਿੱਚ ਦਮਦਮਾ ਸਾਹਿਬ ਦੀ ਉਹ ਹੈ ਮਹੱਤ ਸੀ جنگ ਦੀਆਂ ਨੀਤੀਆਂ ਉੱਥੇ ਬਣਦੀਆਂ ਸੀ ਜੰਗ ਦਾ ਸਮਾਨ ਉੱਥੇ ਤਿਆਰ ਹੁੰਦਾ ਸੀ ਜੰਗ ਕਿਵੇਂ ਲੜਨੀ ਸਮਝਾਇਆ ਜਾਂਦਾ ਸੀ ਜੰਗ ਦੇ ਵਿੱਚ ਹਕੂਮਤ ਦੇ ਨਾਲ ਟੇਬਲ ਟਾਕ ਕਿਵੇਂ ਕਰਨੀ ਹੈ ਇਹ ਸਭ ਕੁਝ ਦੱਸਿਆ ਜਾਂਦਾ ਸੀ ਸੋ 1745 ਛਾਲੀ ਦੇ ਵਿੱਚ ਇਹ ਘਟਨਾ ਕਰਮ ਵਾਪਰਿਆ ਤੇ ਉਹਨਾਂ ਦਿਨਾਂ ਦੇ ਵਿੱਚ ਮੀਰ ਮੰਨੂ ਦੀ ਮੌਤ ਹੋ ਗਈ ਇਹ ਇਹੀ ਮੀਰ ਮੰਨੂ ਹੈ ਜਿਨ੍ਹਾਂ ਸਿੱਖਾਂ ਦੇ ਉੱਪਰ ਇੰਨੇ ਜ਼ੁਲਮ ਕੀਤੇ ਸੀ ਕਿ ਸਿੱਖਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸਿਓਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਹਦੇ ਸਮੇਂ ਦੇ ਵਿੱਚ ਹੀ ਬੀਬੀਆਂ ਨੂੰ ਸਵਾ ਸਵਾ ਮਨ ਦੇ ਪੀਸਣ ਪਸਾਏ ਗਏ ਜਿਨ੍ਹਾਂ ਦੇ ਚ ਭਾਈ ਮਨੀ ਸਿੰਘ ਦੀ ਧਰਮ ਪਤਨੀ ਬੀਬੀ ਬਸੰਤ ਕੌਰ ਸ਼ਹਾਦਤ ਪ੍ਰਾਪਤ ਕਰ ਗਈ ਬੜਾ ਦਰਦਨਾਕ ਹੈ ਪਿੰਡਾਂ ਦੇ ਵਿੱਚੋਂ ਬੀਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਲਾਹੌਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਮੀਰ ਮੰਨੂ ਦਾ ਕਾਜ਼ੀ ਅਬਦੁਲ ਰਜ਼ਾਕ ਬੀਬੀਆਂ ਨੂੰ ਕਹਿੰਦਾ ਕਹਿੰਦਾ ਤੁਹਾਨੂੰ ਮਾਰਨਾ ਨਹੀਂ ਜਿਹੜੀ ਜਿਹੜੀ ਵੀ ਦੀਨ ਦੇ ਇਸਲਾਮ ਕਬੂਲ ਕਰਕੇ ਆ ਜਾਵੇ ਉਹ ਰਾਜੇ ਦੇ ਹਰਮ ਚ ਰਾਣੀ ਬਣ ਸਕਦੀ ਹੈ ਦੀਨ ਦੇ ਇਸਲਾਮ ਕਬੂਲ ਕਰ ਲਓ ਕਿਸੇ ਇੱਕ ਨੇ ਵੀ ਪਰਵਾਹ ਨਾ ਕੀਤਾ ਸਾਰੀਆਂ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਿਹਾ ਗਿਆ ਕਿ ਰੋਜ਼ ਤੁਸੀਂ ਸਵਾ ਸਵਾ ਮਣ ਸਵਾ ਮਣ ਕੱਚਾ ਕਿਹਾ ਜਾਂਦਾ 20 ਕਿਲੋ ਤੁਸੀਂ ਰੋਜ਼ 20 ਕਿਲੋ ਅਨਾਜ ਪੀਸੋਗੀਆਂ ਤੇ ਜਿਹੜੀ ਪੀਸੇਗੀ ਉਹਨੂੰ ਰਾਤ ਨੂੰ ਅੱਧਾ ਪਿਆਲਾ ਪਾਣੀ ਦਾ ਤੇ ਅੱਧੀ ਰੋਟੀ ਦਿੱਤੀ ਜਾਵੇਗੀ ਕਿਤੇ ਸੀ ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ ਖੰਨਾ ਅੱਧੀ ਰੋਟੀ ਨੂੰ ਕਿਹਾ ਜਾਂਦਾ ਅੱਧੀ ਰੋਟੀ ਇੱਕ ਪਿਆਲਾ ਪਾਣੀ ਦਾ ਪਰ ਜਦੋਂ ਬੱਚਾ ਭੁੱਖਾ ਹੋਵੇ ਮਾਂ ਕਿੱਥੇ ਖਾਂਦੀ ਹੈ ਨਾਲ ਛੋਟੇ ਛੋਟੇ ਬੱਚੇ ਨੇ ਮਾਵਾਂ ਸਾਰਾ ਦਿਨ ਚੱਕੀ ਪੀਸਦੀਆਂ ਨੇ ਤੇ ਉਹ ਰੋਟੀ ਤੇ ਪਾਣੀ ਆਪਣੇ ਬੱਚੇ ਨੂੰ ਪਿਆ ਦਿੰਦੀਆਂ ਨੇ ਕਾਜ਼ੀ ਅਬਦੁਲ ਰਜ਼ਾਹ ਰੋਜ਼ ਵੇਖਦਾ ਹੈ ਕਿ ਇੰਨੇ ਕਸ਼ਟ ਦੇ ਵਿੱਚ ਇੰਨੇ ਦੁਖੀ ਹਾਲਾਤਾਂ 'ਚ ਕਿਸੇ ਨੇ ਦੀਨ ਦੇ ਸਲਾਮ ਕਬੂਲ ਨਹੀਂ ਕੀਤਾ ਸਾਰਾ ਦਿਨ ਦੋ ਦਿਨ ਵੇਖਣ ਤੋਂ ਬਾਅਦ ਮੀਰ ਮੰਨੂ ਦੇ ਦਰਬਾਰ ਦੇ ਵਿੱਚ ਜਾਂਦਾ ਅੱਜ ਵੇਖੀ ਮੇਰੀ ਉਹ ਭੈਣੋਂ ਸਾਡੇ ਕੋਲ ਏ ਸੀ ਸਾਡੀਆਂ ਗੱਡੀਆਂ 'ਚ ਏ ਸੀ ਸਾਡੇ ਘਰਾਂ 'ਚ ਏ ਸੀ ਉਹਦੇ باوجود ਵੀ ਨਿਤਨੇਮ ਸਾਡੇ ਕੋਈ ਖਤਮ ਹੁੰਦਾ ਜਾ ਰਿਹਾ ਉਹਦੇ باوجود ਵੀ ਅੰਮ੍ਰਿਤ ਵੇਲਾ ਸਾਡੇ ਤੋਂ ਖੁੰਝਦਾ ਜਾ ਰਿਹਾ ਤੇ ਉਹਨਾਂ ਵੱਲ ਵੇਖੋ ਜੇਠ ਹੜ ਦਾ ਮਹੀਨਾ ਗਰਮੀ ਦੇ ਦਿਨ ਜੇਲ੍ਹਾਂ ਦੇ ਵਿੱਚ ਸਾਰਾ ਦਿਨ ਚੱਕੀ ਪੀਸਣੀ ਤੇ ਅੱਧੇ ਪਿਆਲੇ ਪਾਣੀ ਤੇ ਗੁਜ਼ਾਰਾ ਕਰਨਾ ਤੇ ਆਫਰ ਖੁੱਲੀ ਹੈ ਕਿ ਆ ਜਾਓ ਦੀਨ ਦੇ ਇਲਾਮ ਦੇ ਵਿੱਚ ਮਹਿਲਾ ਚ ਰਹਿ ਸਕਦੀਆਂ ਜੇ ਨਹੀਂ ਸਿੱਖੀ ਨਹੀਂ ਛੱਡਣੀ ਤੇ ਅੱਜ ਮੈਂ ਹੈਰਾਨ ਆ ਮੈਨੂੰ ਕੱਲ ਹੀ ਵੀਰ ਜੀ ਕਹਿ ਰਹੇ ਸੀ ਕਿ ਸਾਡੀਆਂ ਬੱਚੀਆਂ ਵਿਆਹ ਤਾਮਲਾ ਨਾ ਕਰਾ ਰਹੀਆਂ ਮੇਰਾ ਸਿਰ ਸ਼ਰਮਨਾ ਚੁੱਕ ਗਿਆ। ਵੀਰ ਸੀ ਕਿਹਦੇ ਵਾਰਸ? ਸਿਰ ਸ਼ਰਮਨਾ ਚੁੱਕ ਗਿਆ ਸੱਚੀ। ਅਸੀਂ ਵਾਰਸ ਕਿੰਨਾ ਦੇ ਸੀ? ਸਾਡੀਆਂ ਬਢੇਰੀਆਂ ਕੌਣ ਸੀ? ਉਹ ਸਾਡੀਆਂ ਸੀ ਨਾ ਕਿਸੇ ਨਾ ਕਿਸੇ ਨਾ ਉਹ ਸਾਡੀਆਂ ਦਾਦੀ ਆਪਣੜਾ ਦਾਦੀਆਂ ਲੱਗਦੀਆਂ ਸੀ ਅਸੀਂ ਉਹਨਾਂ ਦੀ ਕੁਲ ਦੇ ਵਿੱਚ ਹੋਈਆਂ। ਖੂਨ ਤਾਂ ਉਹੀ ਹੈ। ਕਿੱਥੇ ਚਲੇ ਗਿਆ ਅਸੀਂ? ਹੁਣ ਕਾਸੀ ਅਬਦੁਲ ਰਜ਼ਾਕ ਤੋਂ ਮੀਰ ਮੰਨੂ ਦੇ ਦਰਬਾਰ ਜਾਂਦਾ ਮੀਰ ਮੰਨੂ ਕਹਿੰਦਾ ਕਹਿੰਦਾ ਕਿੰਨਿਆਂ ਨੇ ਦੀਨ-ਏ-ਇਸਲਾਮ ਪਰਵਾਨ ਕੀਤਾ ਕਹਿੰਦਾ ਇੱਕ ਨੇ ਵੀ ਨਹੀਂ ਕਹਿੰਦਾ ਕਰਦੀਆਂ ਕੀ ਨੇ ਕਹਿੰਦਾ ਸਾਰਾ ਦਿਨ ਚੱਕੀ ਪੀਸਦੀਆਂ ਨੇ ਨਾਲ ਆਪਣੇ ਖੁਦਾ ਦੀ ਕਲਾਮ ਪੜ੍ਹਦੀਆਂ ਨੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਨੇ ਕਹਿੰਦਾ ਰਾਤ ਨੂੰ ਇਕੱਠੀਆਂ ਬਹਿ ਕੇ ਫਿਰ ਆਪਣੇ ਖੁਦਾ ਦੀ ਕਲਾਮ ਪੜ੍ਹਦੀਆਂ ਨੇ ਤੇ ਉੱਚੀ ਆਵਾਜ਼ ਚ ਕਹਿੰਦੀਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਕਹਿੰਦਾ ਸਵੇਰੇ ਫਿਰ ਉੱਠਦੀਆਂ ਨੇ ਫਿਰ ਨਿਤਨੇਮ ਕਰਦੀਆਂ ਨੇ ਆਪਣੇ ਖੁਦਾ ਦੀ ਕਲਾਮ ਪੜ੍ਹ ਕੇ ਫਿਰ ਕਹਿੰਦੀਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਕਹਿੰਦਾ ਫਿਰ ਹੁ ਗਰਭਤੀ ਬੀਬੀਆਂ ਵੱਖ ਕੀਤੀਆਂ ਨਖਾਸ ਚੌਂਕ ਚ ਲਟਾ ਕੇ ਉੱਪਰੋਂ ਪੱਥਰ ਮਾਰੇ ਗਏ ਗਰਭ ਘਰਾ ਦਿੱਤੇ ਗਏ ਜ਼ਮੀਨ ਖੂਨ ਦੇ ਨਾਲ ਲਾਲ ਬੀਬੀਆਂ ਵੀ ਸ਼ਹਾਦਤ ਪ੍ਰਾਪਤ ਕਰ ਗਈਆਂ ਦੀਨੇ ਇਸਲਾਮ ਫਿਰ ਵੀ ਕਬੂਲ ਨਹੀਂ ਕੀਤਾ ਅੱਜ ਵੇਖੀ ਅਸੀਂ ਕਿੱਥੇ ਆ ਉਹ ਕਹਿੰਦਾ ਗਰਭ ਵੀ ਘਰਾ ਦਿੱਤੇ ਨੇ ਪਰ ਕਿਸੇ ਨੇ ਵੀ ਦੀਨੇ ਇਸਲਾਮ ਡਰ ਕੇ ਕਬੂਲ ਨਹੀਂ ਕੀਤਾ ਕਹਿੰਦਾ ਫਿਰ ਜਿੰਨੇ ਇਹਨਾਂ ਦੇ ਬੱਚੇ ਨੇ ਉਹਨਾਂ ਦੇ ਵੀ ਟੁਕੜੇ ਟੁਕੜੇ ਕਰਕੇ ਚੋਲੀਆਂ ਚ ਪਾ ਦਿਓ ਅਗਲੇ ਦਿਨ ਦਿਨ ਚੜਿਆ ਮਾਵਾਂ ਦੀਆਂ ਗੋਦਾਂ ਦੇ ਵਿੱਚੋਂ ਬੱਚੇ ਚੁੱਕੇ ਜ਼ਲਾਦ ਟੋਕਾ ਤੇ ਲੱਕੜੀ ਲੈ ਕੇ ਆ ਗਏ ਬੱਚਾ ਮਾਂ ਦੇ ਕੋਲੋਂ ਲੈਂਦੇ ਨੇ ਰੱਖ ਕੇ ਛੋਟੇ ਛੋਟੇ ਟੁਕੜੇ ਕਰਦੇ ਨੇ ਟੁਕੜੇ ਝੋਲੀ ਚ ਪਾ ਦਿੰਦੇ ਨੇ ਇੱਕ ਇਤਿਹਾਸਕਾਰ ਨੇ ਬੜੀ ਪਿਆਰੀ ਗੱਲ ਕੀਤੀ ਕਹਿੰਦਾ ਦੋ ਮਾਵਾਂ ਦੀਆਂ ਝੋਲੀਆਂ ਚ ਬੱਚਿਆਂ ਦੇ ਟੁਕੜੇ ਪਏ ਹੋਏ ਨੇ ਝੋਲੀਆਂ ਖੂਨ ਦੇ ਨਾਲ ਲਾਲ ਨੇ ਵਾਹਿਗੁਰੂ ਵਾਹਿਗੁਰੂ ਕਰ ਰਹੀਆਂ ਨੇ ਜਲਾਦ ਕੋਲੋਂ ਦੀ ਲੰਗਿਆ ਤੇ ਉਹਨੂੰ ਕਿਹਦੀ ਵੀਰ ਮੇਰੀ ਇੱਕ ਗੱਲ ਸੁਣੇਗਾ ਕਹਿੰਦਾ ਕੀ ਕਹਿੰਦੇ ਜਿਹੜੀ ਉਸ ਬੀਬੀ ਦੀ ਝੋਲੀ ਚ ਪਏ ਨੇ ਨਾ ਉਹ ਮੇਰੇ ਬੱਚੇ ਦੇ ਟੁਕੜੇ ਨੇ ਤੇ ਜਿਹੜੇ ਮੇਰੀ ਝੋਲੀ ਚ ਨੇ ਉਹ ਦੇ ਨੇ ਵਟਾਦੇ ਸਾਨੂੰ ਇਹ ਵਿਰਸਾ ਇਹ ਸਾਡਾ ਇਤਿਹਾਸ ਇਹ ਸਾਡੀ ਵਿਲੱਖਣਤਾ ਇਹ ਸਾਡੀ ਦ੍ਰਿੜਤਾ ਫਿਰ ਬੱਚਿਆਂ ਨੂੰ ਹੱਥ ਚ ਫੜਦੇ ਨੇ ਪਛਾਲਦੇ ਨੇ ਹਵਾ ਦੇ ਵਿੱਚ ਥੱਲੇ ਨਿਜਾ ਕਰ ਦਿੰਦੇ ਨੇ ਬੱਚਾ ਨੇਜੇ ਤੇ ਚ ਪਰੋਤ ਹੁੰਦਾ ਸਾਡੇ ਇਤਿਹਾਸ ਕਰਕੇ ਨੇ ਉੱਚਾ ਸੁੱਟ ਕੇ ਬੋਚ ਦੇ ਨੇਜਿਆਂ ਤੇ ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ ਟੁਕੜੇ ਜਿਗਰ ਦੇ ਸਾਹਮਣੇ ਕੰਨ ਟੋਟੇ ਮਾਵਾਂ ਟੁਕੜੇ ਝੋਲੀ ਪਵਾਉਂਦੀਆਂ ਨੇ ਇੱਕ ਮਾਂ ਆਪਣੇ ਬੱਚੇ ਵਾਲੇ ਵੇਖ ਕੇ ਕਹਿੰਦੀ ਐ ਖੂਨ ਦਾ ਲਥਪਥ ਸੂਲੀ ਟੰਗੇ ਪੁੱਤਰ ਨੂੰ ਪੁੱਛਦੀ ਫਿਰੇ ਇੱਕ ਮਾਈ ਪੁੱਤਰ ਜੀ ਸੂਲੀ ਉੱਤੇ ਨੀਂਦ ਕਿਵੇਂ ਆਈ ਬੇਟਾ ਤੂੰ ਤੇ ਮੇਰੀ ਗੋਦ 'ਚ ਨਹੀਂ ਸੀ ਸੌਂ ਰਿਆ ਭੁੱਖਾ ਸੀ ਨੇਜੇ ਤੇ ਚੁੱਪਚਾਪ ਸੌ ਗਿਆ ਤੇ ਕਹਿੰਦਾ ਬੱਚੇ ਦੀ ਆਤਮਾ 'ਚੋਂ ਆਵਾਜ਼ ਆ ਰਹੀ ਐ ਸੁੱਤਿਆਂ ਨੂੰ ਸਾਨੂੰ ਨਾ ਜਗਾਈ ਨੀ ਅੰਮੀ ਐ ਹੱਸ ਕੇ ਛਿਖਦੀ ਐ ਸਪਾਹੀ ਇਹ ਸਾਡਾ ਵਿਰਸਾ ਸੀ ਇਹ ਸਾਡਾ ਇਤਿਹਾਸ ਸੀ ਇਹ ਸਾਡੀ ਤਾਰੀਖ ਸੀ ਖੈਰ ਇੰਨਾ ਬੀਬੀਆਂ ਨੂੰ ਅਖੀਰਕ ਸਿੰਘ ਨਾਲ ਦੇ ਜਥੇ ਨੇ ਹਮਲਾ ਕੀਤਾ ਤੇ ਬੀਬੀਆਂ ਨੂੰ ਛਡਾ ਲਿਆ ਗਿਆ ਤੇ ਮੀਰ ਮੰਨੂ ਹੁਣ ਇਸੇ ਗੁੱਸੇ ਦੇ ਗਿਆ ਸਿੰਘਾਂ ਦੇ ਪਿੱਛੇ ਕਿ ਮੈਂ ਹੁਣ ਸਿੰਘਾਂ ਨੂੰ ਖਤਮ ਕਰਨਾ ਹੈ ਇੱਕ ਪਿੰਡ ਪਿੰਡ ਦਾ ਨਾਮ ਹਾ ਮੁੱਲਾਪੁਰ ਦੇ ਕੋਲ ਇੱਕ ਪਿੰਡ ਦੇ ਵਿੱਚ ਇਹਨੂੰ ਪਤਾ ਲੱਗਾ ਕਿ ਸਿੰਘ ਜਿਹੜੇ ਨੇ ਕਮਾਤ ਦੇ ਗੰਨੇ ਦੇ ਖੇਤ ਚ ਲੁਕੇ ਹੋਏ ਨੇ ਇਹਨੇ ਘੇਰਾ ਪਾ ਲਿਆ ਸਿੰਘਾਂ ਨੇ ਅੰਦਰੋਂ ਇਕੱਠੀ ਬੰਦੂਕਾਂ ਦੀ ਵਾਰ ਝਾੜੀ ਉਹ ਕਹਿੰਦੇ ਨੇ ਇਕੱਠੀ ਫਾਇਰਿੰਗ ਕਰਨੀ ਉਹ ਕਹਿੰਦੇ ਵਾਰ ਝਾੜਨਾ ਕੱਠੀ ਫਾਇਰਿੰਗ ਕੀਤੀ ਇਹਦਾ ਘੋੜਾ ਡਰ ਗਿਆ। ਇਹਦਾ ਘੋੜਾ ਡਰ ਕੇ ਭੱਜ ਪਿਆ ਤੇ ਇਹ ਉੱਤੋਂ ਡਿੱਗ ਪਿਆ ਤੇ ਇਹਦਾ ਪੈਰ ਘੋੜੇ ਦੀ ਰਿਕਾਬ 'ਚ ਅੜ ਗਿਆ। ਘੋੜਾ ਉਦੋਂ ਤੱਕ ਭੱਜਦਾ ਰਿਹਾ ਜਦੋਂ ਤੱਕ ਇਹਦੇ ਜਿਸਮ ਦੇ ਉੱਪਰੋਂ ਮਾਸ ਨਹੀਂ ਝੜ ਗਿਆ। ਜਿਹੜਾ ਕਹਿੰਦਾ ਹੁੰਦਾ ਸੀ ਕਿ ਸਿੱਖੇ ਤਰ੍ਹਾਂ ਮਾਰਨੇ ਨੇ। ਅੱਜ ਉਹਦੀ লাশ ਉੱਥੇ ਪਈ ਹੈ। 4 ਫਰਵਰੀ ਨੂੰ ਇਹਦਾ ਅੰਤ ਹੁੰਦਾ ਤੇ 10 ਫਰਵਰੀ ਤੱਕ ਸਿਪਾਈਆਂ ਨੇ ਇਹਦੀ লাশ ਨਹੀਂ ਦਿੱਤੀ। ਕੀੜੇ ਪਾ ਗਏ। ਇਹਦੀ ਕਾਰਵਾਈ ਨੂੰ ਕਹਿੰਦੇ ਸਾਡੀ ਤਨਖਾਹ ਦੇ ਫਿਰ ਤੇਰੀ লাশ ਦਵਾਂਗੇ। ਸੋ ਜਿਹੜਾ ਕਹਿੰਦਾ ਸੀ ਕਿ ਸਿੱਖਾਂ ਨੂੰ ਮਾਰਨਾ ਹੈ। ਇਹਨਾਂ ਦੀਆਂ ਲਾਸ਼ਾਂ 'ਚ ਕੀੜੇ ਪੈਣਗੇ ਇਹਨਾਂ ਦੇ ਬੱਚਿਆਂ ਦੇ ਟੁਕੜੇ ਕਰਨੇ ਆ ਆਪਣੇ ਟੁਕੜੇ ਚਾਹੇ 6 ਦਿਨ ਜਿਹੜੇ ਸੀ ਉਹ ਕੀੜਿਆਂ ਦੇ ਵਿੱਚ ਪੈ ਰਹੇ ਮੀਰ ਮੰਨੂ ਦੀ ਮੌਤ ਹੋਈ ਅਬਦਾਲੀ ਦੇ ਹਮਲਿਆਂ ਦੀ ਸ਼ੁਰੂਆਤ ਤੋਂ ਤੱਕ ਹੋ ਚੁੱਕੀ ਸੀ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਸੀ ਵੱਡੇ ਕੱਲੂ ਕਰੇ ਦੀ ਗੱਲ ਕਰਦੇ ਆ ਸਿੱਧੇ 5 ਫਰਵਰੀ 1762 ਤੇ ਆ ਜਾਂਦੇ ਆ 1761 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਿਹੜਾ ਉਸਨੇ ਮਰਾਟਿਆਂ ਨੂੰ ਪਾਣੀਪੱਤ ਦੇ ਮਹਰਾਣ ਦੇ ਵਿੱਚ ਹਰਾਇਆ ਉਸ ਤੋਂ ਬਾਅਦ ਤਿੰਨ ਦਿਹਾੜਾ ਕਿਮਰਤ ਜਣ ਉੱਚੀ ਸਾਹ ਨਹੀਂ ਲਿਆ 5 ਫਰਵਰੀ 1762 ਨੂੰ ਵੱਡਾ ਕਲੂਕਾਰਾ ਵਾਪਰਿਆ ਉਹਦੇ ਕਾਰਨ ਜਿਹੜੇ ਨੂੰ ਤੁਸੀਂ ਸਾਰੇ ਜਾਣਦੇ ਹੋ ਸਿੰਘਾਂ ਨੇ ਸਰਬੱਤ ਖਾਲਸੇ ਦੇ ਵਿੱਚ ਫੈਸਲਾ ਲਿਆ 1761 ਦੀ ਦਸੰਬਰ ਦੇ ਵਿੱਚ ਕਿ ਮੁਖਬਰ ਸੋਧਣੇ ਨੇ ਮੁਖਬਰਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਦਿੱਤਾ ਜਿਨ੍ਹਾਂ ਦੇ ਵਿੱਚੋਂ ਅਹਿਮ ਸੀ ਹਰੀ ਭਗਤ ਨਰਿੰਦਰ ਚੰਡਿਆਲੇ ਵਾਲਾ ਅਕਲਦਾਸ ਨਰਿੰਜਣਿਆ ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਹਮਲੇ ਦਾ ਸੱਦਾ ਦਿੱਤਾ ਅਹਿਮਦ ਸ਼ਾਹ ਅਬਦਾਲੀ 3 ਫਰਵਰੀ 1762 ਨੂੰ ਲਾਹੌਰ ਪਹੁੰਚਿਆ 1 ਜਨਵਰੀ 1762 ਦੀ ਰਾਤ ਨੂੰ ਤਲਵਣ ਪਹੁੰਚਿਆ ਤੇ 4 ਫਰਵਰੀ 1762 ਨੂੰ ਉਹ ਮਲੇਰ ਕੋਟਲੇ ਦੇ ਕੋਲ ਤੇ 5 ਫਰਵਰੀ 1762 ਨੂੰ ਸੇਰਿਓ ਪਹੁੰਚ ਗਿਆ ਕੋਪਰਹੀੜੇ ਦੇ ਮੈਦਾਨ ਦੇ ਵਿੱਚ ਉਸ ਮੈਦਾਨੇ ਜੰਗ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ, ਮਰਤਜ਼ਾ ਖਾਨ ਬੜੈਚ, ਲਕਸ਼ਮੀਨਾਰਾਇਣ, ਜੈਨ ਖਾਨ, ਭੀਖਣ ਖਾਨ, ਤਹਿਮਾਸਬ ਖਾਨ, ਨੂਰਦੀਨ ਬਾਮਜਈ, ਅਮੀਨ ਖਾਨ ਇਹ ਸਾਰੇ ਜਰਨੈਲ ਸਿੱਖਾਂ ਦੇ ਖਿਲਾਫ ਨੇ ਦੂਜੇ ਪਾਸੇ ਸਿੱਖਾਂ ਦੇ ਆਗੂ ਨੇ ਸਰਦਾਰ ਚੜਸ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਹਰੀ ਸਿੰਘ ਪੰਗੀ, ਸਰਦਾਰ ਅਮਰ ਸਿੰਘ, ਸਰਦਾਰ ਜੈ ਸਿੰਘ ਕਨਈਆ, ਸਰਦਾਰ ਲਹਿਣਾ ਸਿੰਘ ਗੁੱਜਰ ਤੇ ਸਰਦਾਰ ਤਾਰਾ ਸਿੰਘ ਡੱਲੇਵਾਲੀਏ ਇਹ ਸਿੱਖਾਂ ਦੇ ਜਰਮਿਆਂ ਨੇ। ਸਵੇਰੇ ਸਿੱਖਾਂ ਦੇ ਉੱਪਰ ਹਮਲਾ ਹੋ ਗਿਆ। ਇਸ ਜੰਗ ਦੇ ਵਿੱਚ ਸਿੱਖਾਂ ਦੀਆਂ ਬਹੁਤ ਸ਼ਹਾਦਤਾਂ ਹੋਈਆਂ। ਸਰਦਾਰ ਚੜ੍ਹਤ ਸਿੰਘ ਨੇ ਉਸ ਵੇਲੇ ਇੱਕ ਨੀਤੀ ਬਣਾਈ ਕਿ ਇੰਜ ਕਰੀਏ ਕਿ ਮਿਸਲਾਂ ਦੀ ਵੰਡ ਕਰਕੇ ਹਮਲੇ ਕਰੀਏ। ਪਰ ਸਰਦਾਰ ਜੱਸਾ ਸਿੰਘ ਨੇ ਉਸੇ ਵੇਲੇ ਰੋਕ ਦਿੱਤਾ ਸਿੰਘ ਕਿੰਨੀ ਮੰਨਦੇ ਸੀ ਇੱਕ ਦੂਜੇ ਦੀ ਉਹਨੇ ਕਿਹਾ ਨਹੀਂ ਮਿਸਲ ਵੰਡ ਅਬ ਕਬੇ ਨਾ ਪਾਵੋ ਰਲ ਮਿਲ ਖੜ ਤੁਰ ਪੰਥ ਬਚਾਓ ਨਹੀਂ ਹੁਣ ਵੱਖਰੀ ਨੀਤੀ ਤਿਆਰ ਕਰੀਏ ਉਹ ਨੀਤੀ ਇਹ ਤਿਆਰ ਕੀਤੀ ਗਈ ਕਿ ਬਜ਼ੁਰਗ ਬੱਚੇ ਤੇ ਬੀਬੀਆਂ ਵਿਚਕਾਰ ਕਰ ਲੀਆਂ ਗਈਆਂ ਆਲੇ ਦੁਆਲੇ ਇੱਕ ਘੇਰਾ ਬਣਾ ਲਿਆ ਗਿਆ ਲੜਨ ਵਾਲੇ ਸਿੰਘਾਂ ਦਾ ਮਿਸਲਾਂ ਦੇ ਜਥੇਦਾਰਾਂ ਦਾ ਤੇ ਉਹ ਘੁੰਮ ਦੇ ਘੁੰਮ ਦੇ ਦੁਸ਼ਮਣ ਦਾ ਮੁਕਾਬਲਾ ਕਰਦੇ ਨਾਲ ਤੁਰੇ ਜਾ ਰਹੇ ਸੀ ਅਖੀਰ ਇੱਕ ਸਮੇਂ ਬਿਲਕੁਲ ਸਾਹਮਣੇ ਆ ਗਿਆ ਅਹਿਮਦ ਸ਼ਾਹ ਅਦਾਲੀ ਜੱਸਾ ਸਿੰਘ ਆਲੂ ਵਾਲੀ ਦੇ ਤੇ ਜੱਸਾ ਸਿੰਘ ਆਲੂ ਵਾਲੀ ਨੇ ਵੰਗਾਰ ਕੇ ਕਿਹਾ ਇਹਦਾ ਜ਼ਿਕਰ ਗਿਆਨੀ ਗਿਆਨ ਸਿੰਘ ਤਵਾਰੀ ਗੁਰੂਖਾ ਸੱਚ ਕਹਿੰਦੇ ਸਰਦਾਰ ਜੱਸਾ ਸਿੰਘ ਆਲੂ ਵਾਲੀ ਆ ਕਿੰਦਾ ਕਹਿੰਦਾ ਹੈ ਅਹਿਮਦ ਸ਼ਾਹ ਅਬਦਾਲੀ ਕਿਉਂ ਲੋਕਾਂ ਦੇ ਪੁੱਤ ਮਰੋਣਾ ਹੈ ਜੇ ਮੈਦਾਨੇ ਜੰਗ ਦੇ ਵਿੱਚ ਮਰਦਾ ਹੈ ਮੇਰੇ ਇਕੱਲੇ ਨਾ ਇਕੱਲਾ ਲੜ ਇਤਿਹਾਸ ਗਵਾਇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਮਲੇਰਕੋਟਲੇ ਜਾ ਕੇ ਬੈਠ ਗਿਆ ਇਹਦੇ ਜਰਨੈਲ ਲੜੇ ਨੇ ਆਪ ਜੰਗ ਦੇ ਵਿੱਚ ਨਹੀਂ ਆਇਆ ਇਸ ਨੂੰ ਬਾਬਾ ਅਫਗਾਨਿਸਤਾਨ ਕਿਹਾ ਜਾਂਦਾ ਹੈ ਹੁਣ ਸਿੰਘਾਂ ਦੇ ਸਾਹਮਣੇ ਨਹੀਂ ਆਇਆ ਇਹ ਮਲੇਰਕੋਟਲੇ ਬੈਠਾ ਗਿਆ ਇਹਦੇ ਜਰਨੈਲ ਲੜਦੇ ਰਹੇ ਨੇ ਅਖੀਰ ਸਰਦਾਰ ਜਸਾ ਸਿੰਘ ਆਲੂਵਾਲੀਆ ਕੌਮ ਦੇ ਆਗੂ ਕਿਵੇਂ ਸੀ ਇਸ ਕੱਲੂ ਘਾਰੇ ਦੇ ਚ 50 ਹਜ਼ਾਰ ਸਿੱਖ ਇੱਕ ਦਿਨ ਚ ਸ਼ਹੀਦ ਹੋਇਆ ਐਸੇ ਕਰਕੇ ਇਤਿਹਾਸਕਾਰ ਲਿਖਦੇ ਨੇ ਲੋਕ ਕਹੇ ਸਿੰਘ ਸਭ ਗਿਆ ਮਾਰਾ ਬੱਚਿਓ 50 ਔਰ ਖੱਪ ਗਿਓ ਸਾਰਾ ਆ 50 ਕੇ ਬੱਚੇ ਦੇ ਬਾਕੀ ਸਾਰੇ ਮਾਰੇ ਗਏ ਬੀਬੀਆਂ ਬੱਚੇ ਬਜ਼ੁਰਗ ਕਤਲ ਕਰ ਦਿੱਤੇ ਗਏ ਇੱਕ ਲੰਬਾ ਇਲਾਕਾ ਜਿਹੜੇ ਇਲਾਕੇ ਚ ਕੱਲੂ ਘਾਰਾ ਵਾਪਰਿਆ ਇਹ ਕੋਪਰ ਹੀੜੇ ਤੋਂ ਲੈ ਕੇ ਗਹਿਲ ਤੱਕ ਜਾ ਕੇ ਪਿੰਡਾਂ ਚ ਤੁਸੀਂ ਜਾ ਕੇ ਵੇਖ ਸਕਦੇ ਹੋ ਜਗਾ ਜੁਪਰ ਥਾਂ ਬਣੇ ਨਸ਼ੀਦਾਂ ਦੇ ਸਥਾਨ ਸ਼ਹੀਦਾਂ ਦੇ ਸਥਾਨ ਉਹੀ ਸਿੱਖ ਨੇ ਜਿਹੜੇ ਲੜਦੇ ਲੜਦੇ ਡਿੱਗਦੇ ਗਏ ਤੇ ਸ਼ਹੀਦ ਹੁੰਦੇ ਗਏ ਬੜੀ ਕਲੰਬੀ ਦਾਸਤਾਨ ਹੈ ਇਸ ਮੈਦਾਨੇ ਜੰਗ ਦੇ ਚ ਲੜਦੇ ਆ ਲੜਦੇ ਆ ਸਰਦਾਰ ਜੱਸਾ ਸਿੰਘ ਆਲੂ ਵਾਲੀ ਦਾ ਘੋੜਾ ਥੱਕ ਗਿਆ ਹੁਣ ਕੁਦਰਤਨ ਸਵੇਰ ਤੋਂ ਜੰਗ ਲੜ ਰਿਹਾ ਸੀ ਏਡੀ ਦੂਰੋਂ ਚੱਲ ਕੇ ਆਏ ਸੀ ਕੋਹਾਂ ਦਾ ਸਫ਼ਰ ਤੈਅ ਕੀਤਾ ਸੀ ਘੋੜਾ ਥੱਕ ਗਿਆ ਖਾਣ ਪੀਣ ਨੂੰ ਕੁਝ ਨਹੀਂ ਨਾ ਚਾਰਾ ਮਿਲਿਆ ਤੇ ਸਰਦਾਰ ਗੁਰਮੁਖ ਸਿੰਘ ਨੇ ਸੋਚਿਆ ਕਿ ਜੇਕਰ ਇਸ ਮੱਗਦੇ ਹੋਏ ਮੈਦਾਨੇ ਜੰਗ 'ਚ ਜੱਸਾ ਸਿੰਘ ਆਲੂ ਵਾਲੀ ਸ਼ਹੀਦ ਹੋ ਗਿਆ ਤੇ ਕੌਮ ਖਤਮ ਹੋ ਚੁਗੀ। ਜਰਨੈਲ ਜੇਕਰ ਕੌਮ ਦਾ ਸ਼ਹੀਦ ਹੋ ਜਾਵੇ ਕੌਮ ਦਾ ਲੜਨਾ ਬਹੁਤ ਔਖਾ ਹੈ। ਉਹਨੇ ਘੇਰੇ ਤੋਂ ਕੱਢਣ ਦੇ ਵਾਸਤੇ ਘੋੜੇ ਨੂੰ ਆਪਣੀ ਕਿਰਪਾਨ ਦਾ ਮਿਆਨ ਮਾਰਨ ਦਾ ਯਤਨ ਕੀਤਾ ਜੱਸਾ ਸਿੰਘ ਆਲੂ ਵਾਲੀ ਦੇ ਹੱਥ ਕਰਤਾ ਕਹਿੰਦਾ ਵੇਖੀ ਗੁਰਮੁਖ ਸਿੰਘ ਮੇਰੇ ਘੋੜੇ ਨੂੰ ਮੈਦਾਨੇ ਜੰਗ 'ਚੋਂ ਬਾਹਰ ਨਾ ਕੱਢੀ। ਕਹਿੰਦਾ ਕਿਉਂ? ਫਿਰ ਅਗਲਾ ਲਖਾਰੀ ਪੰਥ ਪ੍ਰਕਾਤ ਕਹਿੰਦਾ ਸਿੰਘ ਸੁਣੇ ਹਮ ਕੋ ਕਰੇ ਠੱਠਾ ਘੋੜਾ ਕੁਦਾਏ ਜੱਸਾ ਸਿੰਘ ਠੱਠਾ ਕਿਆ ਮੁਖ ਲਾਏ ਬੈਠੇ ਦੀਵਾਨ ਕਰੇ ਸਿੱਖ ਮਸ਼ਕਰੀ ਆਨ ਪੰਥ ਹਮ ਕੋ ਪਾਤਸ਼ਾਹ ਬਨਾਇਓ ਤੂੰ ਚਾਹਤ ਗੀਦੀ ਖਵਾਇਓ ਜੇਕਰ ਲਿਕਲੂਗਾ ਇਸ ਘੇਰੇ ਚੋਂ ਤੇ ਜੂਝ ਕੇ ਨਿਕਲੂਗਾ ਜੇਕਰ ਤੂੰ ਘੋੜਾ ਕੱਢ ਦਿੱਤਾ ਤੇ ਲੋਕਾਂ ਕਹਿਣਾ ਪੰਥ ਦਾ ਆਪਣੇ ਆਪ ਨੂੰ ਸ਼ੇਰ ਅਖਵਾਉਣ ਵਾਲਾ ਸੂਰਮਾ ਜਿਹੜਾ ਸੀ ਡਰਦਾ ਮੈਦਾਨੇ ਜੰਗ ਚੋਂ ਨਿਕਲਿਆ ਕਹਿੰਦਾ ਲੜ ਕੇ ਨਿਕਲੂਗਾ ਲੜ ਕੇ ਨਿਕਲਿਆ ਅਖੀਰ ਇਸ ਜੰਗ ਦੇ ਵਿੱਚ ਇੰਨੀਆਂ ਸ਼ਹਾਦਤਾਂ ਹੋਈਆਂ ਕੋਈ ਵੀ ਜਰਨਲ ਐਸਾ ਨਹੀਂ ਸੀ ਇਸ ਸ਼ਾਮ ਨੂੰ ਜਿਹਦੇ ਜਿਸਮ ਦੇ 19 ਤੋਂ ਘੱਟ ਫਟ ਹੋਣ ਸਾਰੇ ਲਹੂ ਲਹਾਨ ਨੇ ਤੀਰਾਂ ਦੇ ਜ਼ਖਮ, ਕਿਰਪਾਨਾਂ ਦੇ ਜ਼ਖਮ, ਗੋਲੀਆਂ ਦੇ ਜ਼ਖਮ। ਔਰ ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹ ਵੱਖਰਾ ਬੈਠਾ ਹੈ, ਸਿੰਘ ਵੱਖਰੇ ਇੱਕ ਪਿੰਡ ਦੇ ਵਿੱਚ ਬੈਠੇ ਨੇ। ਸਿੰਘ ਇਸ ਹਾਲਤ ਦੇ ਵਿੱਚ ਗੱਲਾਂ ਕਿਹੜੀਆਂ ਕਰ ਰਹੇ ਨੇ? ਜਦੋਂ ਸਾਰੇ ਸਿੰਘ ਸ਼ਹੀਦ ਹੋਏ, 50 ਹਜ਼ਾਰ লাশ ਪਈਏ ਰਾਤ ਨੂੰ ਰਹਿ ਰਸਤਾ ਪਾਟ ਕਰਕੇ ਅਰਦਾਸ ਕਰਕੇ ਪਤਾ ਕੀ ਕਹਿੰਦੇ ਨੇ? ਕਹਿੰਦੇ ਤਤ ਖਾਲਸਾ ਰਹਿ ਗयो, ਗयो ਸੋ ਖੋਟ ਗਵਾਏ। ਪਾਤਸ਼ਾਹ ਜਿੰਨੇ ਕਿ ਝੜਨੇ ਸੀ ਝੜ ਗਏ ਸੀ ਲੜਨ ਵਾਲੇ ਰਹਿ ਗਏ। ਕਿਵੇਂ ਦਾ ਹੌਸਲਾ ਹੈ? ਕਿਵੇਂ ਦੀ ਚੜ੍ਹਦੀ ਕਲਾ ਹੈ? ਔਰ ਸ਼ਾਮ ਨੂੰ ਜਦੋਂ ਆਪਸ ਚ ਬੈਠੇ ਨੇ ਨਾ ਤੇ ਸਰਦਾਰ ਚੜ੍ਹਤ ਸਿੰਘ ਸਰਦਾਰ ਜੱਸਾ ਸਿੰਘ ਆਲੂ ਵਾਲੀ ਨੂੰ ਪਤਾ ਕੀ ਕਹਿੰਦਾ ਕਹਿੰਦਾ ਅਹਿਮਦ ਸ਼ਾਹ ਅਬਦਾਲੀ ਨੇ ਨਾ ਹਦਵਾਨਿਆਂ ਦੇ ਭਲੇਖੇ ਪੱਥਰਾਂ ਨੂੰ ਮੂੰਹ ਮਾਰ ਲਿਆ ਕਹਿੰਦਾ ਇਹਨੇ ਸੋਚਿਆ ਸੀ ਵੀ ਅੱਗੇ ਮਰੱਟੇ ਹੋਣਿਆਂ ਨੂੰ ਇਹ ਨਹੀਂ ਪਤਾ ਅੱਗੇ ਖਾਲਸਾ ਪੰਥ ਹੈ ਸੋ ਖਾਲਸਾ ਪੰਥ ਅਜੇ ਅਹਿਮਦ ਸ਼ਾਹ ਅਬਦਾਲੀ ਅੰਮ੍ਰਿਤਸਰ ਨਹੀਂ ਪਹੁੰਚਿਆ ਇਹਨਾਂ ਨੇ ਸਰਹੰਦ ਵੀ ਫਤਿਹ ਕਰ ਲਈ ਇਹਨਾਂ ਨੇ ਹੋਰ ਇਲਾਕੇ ਵੀ ਫਤਿਹ ਕਰ ਲਏ ਸਰਹੰਦ ਵਾਲਾ ਜੈਨ ਖਾਨ ਤੇ ਸਿੱਖਾਂ ਦੇ ਥੋ ਮਾਰਿਆ ਗਿਆ ਤੇ ਮਲੇਰਕੋਲ ਵਾਲਾ ਭੀਟਨ ਭੀਖਨ ਖਾਨ ਸਿੱਖਾਂ ਦੇ ਕੋਲ ਆ ਗਿਆ ਇਹਨੇ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ ਬੜੀ ਭੂਮਿਕਾ ਨਿਭਾਈ ਸੀ ਪਰ ਸਿੱਖੇ ਨੂੰ ਮਾਰਨਾ ਨਹੀਂ ਚਾਹੁੰਦੇ ਕਿਉਂ ਕਿ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ ਦਾ ਪੁੱਤਰਾ ਸੀ ਤੇ ਉਹਨਾਂ ਦੇ ਸਿੱਖਾਂ ਦੇ ਹੱਕ ਚ ਹਾ ਦਾ ਨਾਹਰਾ ਮਾਰਿਆ ਸੀ ਹੁਣ ਇੰਨਾ ਸਿੱਖਾਂ ਦਾ ਕਤਲਿਆਮ ਕੀਤਾ ਹੈ ਸਾਹਮਣੇ ਦੋਸ਼ੀ ਬਣ ਕੇ ਖੜਾ ਕੀਤਾ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀ ਆਹ ਕਹਿੰਦੇ ਕਹਿੰਦੇ ਤੈਨੂੰ ਮਾਰ ਤੇ ਸਕਦੇ ਆ ਪਰ ਮਾਰਨਾ ਨਹੀਂ ਤੁਹਾਡੇ ਪਰਿਵਾਰ ਦਾ ਸਾਡੇ ਸਿਰ ਤੇ ਕਿਹਸਾਣ ਇਸ ਕਰਕੇ ਲੰਮਾ ਪਾ ਕੇ ਨੱਕ ਦੀਆਂ 11 ਲਕੀਰਾਂ ਖੜਕ ਕੇ ਭੱਜ ਜਾਇਆ। ਕਿਵੇਂ ਸਿੱਖਾਂ ਦਾ ਹੌਸਲਾ ਹੈ। ਕਿਵੇਂ ਦੀ ਦ੍ਰਿੜਤਾ ਹੈ। ਕਿਵੇਂ ਦੀ ਦਲੇਰੀ ਹੈ। ਸੋ 1762 ਦਾ ਇਹ ਜਿਹੜਾ ਘੱਲੂਕਰ ਹੈ ਇਹ ਤੇ ਜਿਹੜੀ ਸਿੱਖਾਂ ਦੀ ਦ੍ਰਿੜਤਾ ਹੈ ਕਿਉਂਕਿ ਇਹਦੇ ਤੋਂ ਪਹਿਲਾਂ 1757 ਦੇ ਵਿੱਚ ਅਬਦਾਲੀ ਦੇ ਜਰਨਲ ਦੇ ਨਾਲ ਲੜਦਿਆਂ ਬਾਬਾ ਦੀਪ ਸਿੰਘ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ। 1766 ਚ ਉਹਨੇ ਮਰਟਿਆਂ ਦੇ ਨਾਲ ਜੰਗ ਲੜੀ ਐ 1762 ਦੇ ਚ ਸਾਡੇ ਨਾਲ ਜੰਗ ਲੜੀ ਐ ਉਹਦੇ ਬਾਅਦ ਅਹਿਮਦ ਸ਼ਾਹ ਅਬਦਾਲੀ ਅੰਮ੍ਰਿਤਸਰ ਤਾਇਆ ਪਰ ਉਹਨੇ ਸਿੱਖਾਂ ਨਾਲ ਲੜਨ ਦਾ ਮੂੰਹ ਨਹੀਂ ਕੀਤਾ ਜਦੋਂ ਵਾਪਸ ਜਾਣ ਲੱਗਾ ਨਾ ਨੂਰਦੀਨ ਬਾਮਜਈ ਨੂੰ ਕਹਿੰਦਾ ਕਹਿੰਦਾ ਕਿ ਤੂੰ ਸਿਆਲਕੋਟ 'ਚ ਸਿੱਖਾਂ ਨੂੰ ਖਤਮ ਕਰਨਾ ਹੈ 우ਬੈਦ ਖਾਨ ਨੂੰ ਕਹਿੰਦਾ ਤੂੰ ਲਾਹੌਰ 'ਚ ਖਤਮ ਕਰਨਾ ਤੇ ਮਿਰਜ਼ਾ ਜਾਨ ਨੂੰ ਕਹਿੰਦਾ ਕਹਿੰਦਾ ਤੂੰ ਪਾਕੀ ਪੰਜਾਬ ਸਿੱਖਾਂ ਨੂੰ ਖਤਮ ਕਰਨਾ ਤੇ ਜਦੋਂ ਸਰਦਾਰ ਚੜ੍ਹ ਸਿੰਘ ਸ਼ੁਕਰਚੱਕੀ ਨੂੰ ਪਤਾ ਲੱਗਾ ਕਿ ਨੂਰਦੀਨ ਬਾਮਜਈ ਸਿਆਲਕੋਟ ਦੇ ਕਿਲੇ 'ਚ ਐ ਉਹਨੇ ਜਾ ਕੇ ਰੱਪਾਇਆ ਉਹਦੇ ਕੋਲ 16000 ਫੌਜ ਤੇ ਚੜ੍ਹ ਸਿੰਘ ਦੇ ਕੋਲ 3000 ਜਦੋਂ ਪਹਿਲੀ ਜੰਗ ਹੋਈ ਉਸ ਜੰਗ ਦੇ ਵਿੱਚ 4000 ਬੰਦਾ ਉਹਦਾ ਮਾਰਿਆ ਗਿਆ ਰਹਿ ਗਿਆ 12000 ਸਿੰਘਾਂ ਨੇ ਘੇਰਾ ਪਾਇਆ ਸੀ ਹੁਣ ਲੜਨ ਦਾ ਹੌਸਲਾ ਨਹੀਂ ਪੈ ਰਿਆ ਅੱਧੀ ਰਾਤ ਨੂੰ ਉੰਜ ਹੀ ਨਿਕਲਿਆ ਜਿਵੇਂ ਰਾਮਦੇਵ ਸਰਵਾਰ ਪਾ ਕੇ ਨਿਕਲਿਆ ਸੀ ਦਿੱਲੀ ਦੇ ਵਿੱਚੋਂ ਉਸੇ ਤਰ੍ਹਾਂ ਔਰਤਾਂ ਵਾਲਾ ਬੁਰਕਾ ਪਹਿਨੇ ਆ ਨੂਰਦੀਨ ਬਾਮਜਈ ਭੱਜ ਗਿਆ ਹੁਣ ਉਹਦੀ 12000 ਫੌਜ ਸਿੱਖਾਂ ਦੇ ਸਾਹਮਣੇ ਸਿਰ ਝੁਕਾ ਕੇ ਖੜੀ ਹੈ ਇੱਥੇ ਇੱਕ ਗੱਲ ਵੇਖਿਓ ਇਹ ਮੁਸਲਮਾਨ ਇਤਿਹਾਸਕਾਰ ਲਿਖਦਾ ਕਹਿੰਦਾ ਮੈਂ ਹੈਰਾਨ ਐ ਸਿੱਖ ਕਿਵੇਂ ਦੇ ਨੇ ਕਹਿੰਦਾ ਮੈਂ ਬੜਾ ਹੈਰਾਨ ਐ ਸਿੱਖ ਹੈ ਕਿਵੇਂ ਦੇ ਕਹਿੰਦਾ ਜੇ ਕਿਤੇ ਸਿੱਖ ਮੁਸਲਮਾਨਾਂ ਦੇ ਸਾਹਮਣੇ ਨੇ ਹੱਥੇ ਹੁੰਦੇ ਸਾਰੇ ਕਤਲ ਕਰ ਦੇਣੇ ਸੀ ਕਹਿੰਦਾ 12000 ਫੌਜ ਸਿੱਖਾਂ ਦੇ ਸਾਹਮਣੇ ਆਤਮਸਮਰਪਣ ਕਰ ਰਹੀ ਐ ਤੇ ਸਿੱਖ ਕਹਿੰਦੇ ਹਥਿਆਰ ਛੱਡ ਜੋ ਤੇ ਘੋੜੇ ਛੱਡ ਜੋ ਤੇ ਜਾਓ ਨਿਕਲ ਜੋ ਇੱਥੋਂ ਕਹਿੰਦਾ ਕੋਈ ਕਤਲ ਨਹੀਂ ਕੀਤਾ ਇੱਕ ਵੀ ਜੰਗੀ ਕੈਦੀ ਇਹ ਸਿੱਖਾਂ ਦਾ ਇਤਿਹਾਸ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਅਸੀਂ ਫੜ ਕੇ ਕਿਸੇ ਨੂੰ ਕਤਲ ਨਹੀਂ ਕੀਤਾ ਜਿਹੜਾ ਜੰਗ ਚ ਹੱਥ ਆ ਗਿਆ ਸੀ ਕਦੀ ਕਤਲ ਨਹੀਂ ਕੀਤਾ ਅਸੀਂ ਜਿਹੜੇ ਕਤਲ ਕੀਤੇ ਨੇ ਮਹਾਰਾਜ ਮaaf ਕਰਨਾ ਮਹਰ ਸਹਿਬ ਜਦਾਜੀਤ ਸਿੰਘ ਦੇ ਸਮੇਂ ਕਲਗੀਧਰ ਪਾਸ਼ਾ ਦੇ ਸਮੇਂ ਅਸੀਂ ਕਤਲ ਕੀਤਾ ਫੜ ਕੇ ਬੱਸੀ ਦਾ ਪਠਾਨ ਜ਼ਬਾਰ ਖਾਨ ਕਿਉਂਕਿ ਉਹ ਬੱਚੀਆਂ ਦੇ ਨਾਲ ਬਰਾਤਕਾਰ ਕਰਦਾ ਸੀ ਅਸੀਂ ਕਤਲ ਕੀਤਾ ਉੱਥੋਂ ਦਾ ਕਪੂਰੀ ਦਾ ਨਵਾਬ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਬੱਚੀਆਂ ਦੇ ਨਾਲ ਬਰਾਤਕਾਰ ਕਰਦਾ ਸੀ ਅਸੀਂ ਕਤਲ ਕੀਤੇ ਨੇ ਬੋਈ ਦੇ ਪਠਾਨ ਹਰੀ ਸਿੰਘ ਨਲੂਏ ਦੇ ਸਮੇਂ ਕਿਉਂਕਿ ਬੱਚੀਆਂ ਦੇ ਨਾਲ ਬਲਾਤਕਾਰ ਕਰਦੇ ਸੀ ਅਸੀਂ ਕਤਲ ਕੀਤਾ ਕਸੂਰ ਦਾ ਉਸਮਾਨ ਖਾਨ ਕਿਉਂਕਿ Hindu ਪਰਿਵਾਰ ਦੀ ਬੱਚੀ ਚੁੱਕ ਕੇ ਬਲਾਤਕਾਰ ਕੀਤਾ ਸੀ ਸਿੱਖਾਂ ਨੇ ਜਿਹੜੇ ਕਤਲ ਫੜ ਕੇ ਕੀਤੇ ਨੇ ਉਹੀ ਕੀਤੇ ਨੇ ਜਿਹੜੇ ਬਲਾਤਕਾਰੀ ਲੋਕ ਸੀ ਕਿਉਂਕਿ ਇੱਜ਼ਤ ਲੁੱਟਣ ਵਾਲੇ ਦੀ ਸਜ਼ਾ ਮੌਤ ਹੈ ਜਿਹੜਾ ਜ਼ਬਰਦਸਤੀ ਕਰਦਾ ਇਹ ਅੱਜ ਵੀ ਤੁਸੀਂ ਵੇਖ ਲਓ ਜਦੋਂ ਕਿਤੇ ਕੋਈ ਰੇਪ ਹੁੰਦਾ ਸਾਡੇ ਅਸੀਂ ਸਾਰੇ ਸੋਸ਼ਲ ਮੀਡੀਆ ਤੇ ਕਹਿੰਦੇ ਨਾ ਕਿ ਬਲਾਤਕਾਰ ਕਰਤਾ ਨੂੰ ਮੌਤ ਦੀ ਸਜ਼ਾ ਦਿਓ ਸਿੱਖਾਂ ਨੇ ਉਹ ਦੋ ਤੈਅ ਕਰ ਲਈ ਸੀ ਖੈਰ ਵੱਡੇ ਘੱਲੂ ਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਸਲਾਹ ਕਰਦਾ ਹੈ ਆਪਣੇ ਉਸ ਵੇਲੇ ਦੇ ਸਲਾਹਕਾਰਾਂ ਦੇ ਨਾਲ ਹੁਣ ਕੀ ਕਰੀਏ ਉਹ ਕਹਿੰਦੇ ਸਿੱਖਾਂ ਦੇ ਨਾਲ ਹੁਣ ਗੱਲਬਾਤ ਕਰ ਲਈਏ ਲੜਿਆ ਨਹੀਂ ਜਾਣਾ ਉਹ ਗੱਲਬਾਤ ਕਰਨ ਦੇ ਵਾਸਤੇ ਸਾਦਾ ਪਟਿਆਲੇ ਵਾਲੇ ਮਹਾਰਾਜਾ ਆਲਾ ਸਿੰਘ ਦੇ ਵਕੀਲ ਨਾਨੂ ਸਿੰਘ ਨੂੰ ਨਾਨੂ ਸਿੰਘ ਦੇ ਨਾਲ ਆਪਣੇ ਚਾਰ ਜਿਹੜੇ ਖਾਸ ਏਲਚੀ ਨੇ ਮੈਸੈਂਜਰ ਨੇ ਉਹਨਾਂ ਨੂੰ ਭੇਜਦਾ ਹੈ ਤੇ ਨਾਲ ਇੱਕ ਚਿੱਠੀ ਦਿੰਦਾ ਹੈ ਉਹ ਆ ਕੇ ਸਿੱਖਾਂ ਦੇ ਨਾਲ ਗੱਲਬਾਤ ਕਰਦੇ ਨੇ ਸਿੰਘ ਜੰਗਲ 'ਚ ਬੈਠੇ ਨੇ ਉਹ پیشکش ਕਰਦੇ ਨੇ ਕਹਿੰਦੇ ਨੇ ਕਿ ਸਿੱਖੋ ਰਾਜ ਤੁਹਾਡਾ ਤਾਜਬਦਾਲੀ ਦਾ ਤੁਸੀਂ ਉਹਨੂੰ ਆਪਣਾ ਬਾਦਸ਼ਾਹ ਪ੍ਰਵਾਨ ਕਰ ਲੋ ਤੁਸੀਂ ਪੰਜਾਬ ਦੇ ਚ ਰਾਜ ਕਰੋ ਨਾ ਤੁਹਾਡੇ ਸਿਰਾਂ ਦੇ ਮੁੱਲ ਪਹਿਣਗੇ ਨਾ ਤੁਹਾਡੇ ਬੱਚਿਆਂ ਦੇ ਟੁਕੜੇ ਹੋਣਗੇ ਨਾ ਤੁਹਾਡਾ ਕਤਲਿਆਬ ਹੋਵੇਗਾ ਨਾ ਤੁਹਾਨੂੰ ਜੰਗ ਲੜਨੀ ਪਵੇਗੀ ਨਾ ਤੁਹਾਨੂੰ ਘਰਾਂ ਚੋਂ ਭੱਜਣਾ ਪਵੇਗਾ ਬਸ ਗੱਲ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਬਾਦਸ਼ਾਹ ਮੰਨ ਲਓ ਤੁਸੀਂ ਰਾਜ ਕਰੋ ਹੁਣ ਸਿੰਘ ਆਪਸ ਚਲਾਹ ਕਰਦੇ ਨੇ ਪੰਜ ਜਥੇਦਾਰ ਜਸਾ ਸਿੰਘ ਆਲੂ ਵਾਲੀਆ ਚੜ੍ਹਤ ਸਿੰਘ ਜਸਾ ਸਿੰਘ ਰਾਮਗੜੀਆ ਹਰੀ ਸਿੰਘ ਪੰਗੀ ਤੇ ਸਰਦਾਰ ਕਰਮ ਸਿੰਘ ਆਪਸ ਤੇ ਸੁਲਾਹ ਕਰਕੇ ਕਹਿੰਦੇ ਨੇ ਕਿੰਦੇ ਗੱਲ ਰਾਜ ਕਰਨ ਦੀ ਨਹੀਂ ਗੱਲ ਆਜ਼ਾਦੀ ਤੇ ਗੁਲਾਬੀ ਦੀ ਹੈ ਤੁਸੀਂ ਸੁਨੇਹਾ ਲੈ ਕੇ ਆਏ ਹੋ ਤੁਹਾਨੂੰ ਮੁਬਾਰਕ ਜਦੋਂ ਸੁਨੇਹਾ ਲੈ ਕੇ ਆਏ ਨਾ ਉਹਨਾਂ ਤਸ਼ਤਰੀਆਂ ਦੇ ਚ ਟਰੀਆਂ ਦੇ ਚ ਬੜੇ ਡਰਾਈ ਫਰੂਟ ਰੱਖੇ ਸੀ ਜਦੋਂ ਉਹਨਾਂ ਥੱਲੇ ਰੱਖੇ ਸਿੰਘਾਂ ਨੇ ਉਹਨਾਂ ਦੇ ਡਰਾਈ ਫਰੂਟ ਨੂੰ ਹੱਥ ਨਹੀਂ ਲਾਇਆ ਆਪਣੀਆਂ ਗੰਡਾ ਖੋਲੀਆਂ ਤੇ ਭੁਜੇ ਛੋਲੇ ਖੋਲ ਕੇ ਬਹਿ ਗਏ ਕਹਿੰਦੇ ਤੁਹਾਡਾ ਖਾ ਕਰਨਖ ਨਾ ਗੱਲ ਨਹੀਂ ਕੀਤੀ ਜਾਣੀ ਆਪਣਾ ਖਾਵਾਂਗੇ ਆਪਣੀ ਗੱਲ ਕਰਾਂਗੇ ਤੁਸੀਂ ਸੁਨੇਹਾ ਲੈ ਕੇ ਆਏ ਹੋ ਸਾਡਾ ਲਿਖਤੀ ਸੁਨੇਹਾ ਪਚਾ ਦਿਓ ਸਰਦਾਰ ਸੂਨ ਸਿੰਘ ਸੀਤਲ ਨੇ ਸੁਨੇਹਾ ਲਿਆ ਕਿੰਦਾ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਲਖਾ ਕੇ ਸ਼ਰਤਾਂ ਲਿਖਾਂਗੇ ਰਾਤ ਨਾਲ ਖੈਬਰ ਕੋਲ ਜਾ ਕੇ ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਨ ਮਨਾ ਕੇ ਪਰ ਸ਼ੇਰ ਨਾਲ ਜਿੰਦੇ ਸੀਤਲਾ ਨਕ ਨੱਥ ਪਵਾ ਕੇ ਇੰਜ ਨਹੀਂ ਹੋ ਸਕਦਾ ਐਮਦ ਸ਼ਾਹ ਅਬਦਾਲੀ ਵਾਪਸ ਜਾਂਦਾ ਜਾਂਦਾ ਅੰਮ੍ਰਿਤਸਰ ਤੇ ਹਮਲਾ ਕਰਦਾ ਹੈ ਬਾਬਾ ਗੁਰਬਖਸ਼ ਸਿੰਘ ਸ਼ਹਾਦਤ ਪ੍ਰਾਪਤ ਕਰਦੇ ਨੇ ਇੱਕ ਤੋਪ ਦਾ ਗੋਲਾ ਉਹ ਦਰਬਾਰ ਸਾਹਿਬ ਵੱਲ ਚਲਾਉਂਦਾ ਹੈ ਉੱਥੇ ਇੱਕ ਇੱਟ ਨਿਕਲਦੀ ਉਹਦੇ ਨੱਕ ਤੇ ਵੱਜਦੀ ਹੈ ਜ਼ਖਮ ਹੋ ਜਾਂਦਾ ਹੈ ਇਤਿਹਾਸ ਨੂੰ ਪੜ੍ਹ ਕੇ ਵੇਖ ਲਓ ਜ਼ਖਮ ਠੀਕ ਨਹੀਂ ਹੋਇਆ ਉਹਦੇ ਵਿੱਚ ਕੀੜੇ ਪੈ ਗਏ ਉਹਨੂੰ ਨੱਕ ਬੰਦ ਕੇ ਰਹਿਣਾ ਪਿਆ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਜਾਂਦੀ ਹੈ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਉਹਦਾ ਬੇਟਾ ਨਾਸਰ ਖਾਨ ਤਮੂਰ ਖਾਨ ਮਾਫ ਕਰਨਾ ਕਾਫੀ ਕੋਸ਼ਿਸ਼ ਕਰਦਾ ਹੈ ਕਿ ਪੰਜਾਬ ਦੇ ਉੱਪਰ ਮੈਂ ਕਬਜ਼ਾ ਕਰਾਂ ਪਰ ਉਹ ਕਬਜ਼ਾ ਕਰ ਨਹੀਂ ਸਕਿਆ ਫਿਰ ਉਹਦਾ ਬੇਟਾ ਜਿਹੜਾ ਉਹ ਹੁੰਦਾ ਹੈ ਸ਼ਾਹ ਜ਼ਮਾਨ ਜਿਹੜਾ ਲਾਹੌਰ ਦੇ ਸੰਮਨ ਬੁਰਜ ਤੇ ਬਹਿ ਜਾਂਦਾ ਹੈ ਤੇ ਇੱਧਰ 16 ਸਾਲ ਦਾ ਚੜ੍ਹ ਸਿੰਘ ਦਾ ਪੁੱਤਰਾ ਰਣਜੀਤ ਸਿੰਘ ਉਦੋਂ ਜਵਾਨ ਹੋ ਗਿਆ 18 ਸਾਲ ਦਾ ਤੇ ਸਰਦਾਰ ਰਣਜੀਤ ਸਿੰਘ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਫਿਰ ਸੰਮਨ ਬੁਰਜ ਦੇ ਸਾਹਮਣੇ ਵੰਗਾਰਦਾ ਬੰਦੂਕਾਂ ਚ ਚਲਾਉਂਦਾ ਤੇ ਨਾਲ ਕਹਿੰਦਾ ਹੈ ਅਹਿਮਦ ਸ਼ਾਹ 42 ਦੇ ਪੁੱਤਰ ਆ ਬਾਹਰ ਨਿਕਲ ਤੈਨੂੰ ਚੜ੍ਹ ਸਿੰਘ ਦਾ ਪੁੱਤਰਾ ਵੰਗਾਰਦਾ ਉਸ ਤੋਂ ਬਾਅਦ ਸ਼ਾਹ ਜਮਾਨ ਨੇ ਪੰਜਾਬ ਬਲਬੂ ਨਹੀਂ ਕੀਤਾ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠੇ ਕਰਕੇ ਤੇ ਫਿਰ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਕਰ ਦਿੱਤੀ। ਵਕਤ ਮੈਨੂੰ ਦੱਸ ਦਿਓ ਜੀ। ਹਾਂਜੀ। 5 ਮਿੰਟ ਹੈਗੇ ਨੇ। ਚਲੋ। ਨਹੀਂ ਟਾਈਮ ਕਿੰਨਾ ਹੈਗਾ? ਟੈਰੀ ਭਾਈ ਕਿੱਥੇ ਨੇ? 5 ਮਿੰਟ ਬਾਕੀ ਨੇ। ਠੀਕ ਹੈ ਜੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਬਾਦਸ਼ਾਹ ਬਣਦਾ ਹੈ ਇਹਦੀ ਗੱਲ ਆਪਾਂ ਬਾਕੀ ਰਾਤ ਦੇ ਦਿਵਾਨ ਚ ਵੀ ਕਰਾਂਗੇ ਕੋਈ ਇਹੋ ਜੀ ਗੱਲ ਇਹਨੂੰ ਇਸ ਲੜੀ ਨੂੰ ਜਾਰੀ ਰੱਖਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਬਾਦਸ਼ਾਹ ਬਣਦਾ ਹੈ 13 ਸਾਲ ਦੀ ਉਮਰ ਦੇ ਵਿੱਚ ਉਹ ਰਾਮਨਗਰ ਦੇ ਕੋਲ ਹਸ਼ਮਤ ਖਾਨ ਚੱਠੇ ਦਾ ਸਿਰ ਵੱਢਦਾ ਆਪਣੇ 14 ਸਾਥੀਆਂ ਦੇ ਨਾਲ ਜੰਗਲ ਦੇ ਵਿੱਚ ਹਸ਼ਮਤ ਖਾਨ ਚੱਠਾ ਇਹਦੇ ਬਾਪ ਸਰਦਾਰ ਮਾਹ ਸਿੰਘ ਦੇ ਨਾਲ ਲੜਦਾ ਹੁੰਦਾ ਸੀ ਉਹਨੇ ਸੋਚਿਆ ਕਿ ਮਾਹ ਸਿੰਘ ਦਾ ਇੱਕੋ ਪੁੱਤਰ ਹੈ ਰਣਜੀਤ ਸਿੰਘ ਜੇ ਇਹਨੂੰ ਮਾਰ ਦਿੱਤਾ ਜਾਵੇ ਮੈਂ ਜਿੱਤ ਪ੍ਰਾਪਤ ਕਰ ਲਾਂਗਾ ਇਹ 13 ਸਾਲ ਦਾ ਨੌਜਵਾਨ ਸ਼ਿਕਾਰ ਖੇਡ ਰਿਹਾ ਜਦੋਂ ਹਸ਼ਮਤ ਖਾਨ ਨੇ ਹਮਲਾ ਕੀਤਾ ਰਣਜੀਤ ਸਿੰਘ ਨੇ ਪਹਿਲਾ ਜਿਹੜਾ ਵਾਰ ਕੀਤਾ ਉਹਦੇ ਹੱਥ ਤੇ ਕੀਤਾ ਹੱਥ ਜ਼ਖਮੀ ਹੋ ਗਿਆ ਤਲਵਾਰ ਛੁੱਟ ਗਈ ਦੂਜਾ ਵਾਰ ਸਿਰ ਤੇ ਕੀਤਾ ਜ਼ਮੀਨ ਸਿਰ ਤੇ ਛੋੜੇ ਤੇ ਤਾਂ ਨੇਜੇ ਤੇ ਟੰਗ ਦਿੱਤਾ 13 ਸਾਲ ਦੀ ਉਮਰ 'ਚ ਸਾਡੇ ਬੱਚੇ ਕੋ ਪੈਨਸਲ ਨਹੀਂ ਘੜੀ ਜਾਂਦੀ ਬਲੇਡ ਨਾਲ ਸੱਚ ਹੈ ਅਸੀਂ ਕਿਹਨੇ ਬੱਚੇ ਨਹੀਂ ਬਲੇਡ ਨਹੀਂ ਵਰਤਣਾ ਚਾਕੂ ਨਹੀਂ ਵਰਤਣਾ ਸ਼ਾਰਪਨਰ ਵਰਤਣਾ ਇਹਦੇ ਹੱਥੇ ਚਖ ਮਨਾ ਜਾਵੇ ਉਹ 13 ਸਾਲ ਦੀ ਉਮਰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਹਸ਼ਮਤ ਖਾਨ ਚੱਠੇ ਦਾ ਸਿਰ ਵੱਢ ਦਿੱਤਾ 18 ਸਾਲ ਦੀ ਉਮਰ ਦੇ ਵਿੱਚ ਉਹ ਅਹਿਮਦ ਸ਼ਾਹ ਬਦਾਲੀ ਦੇ ਪੁੱਤਰੇ ਨੂੰ ਵੰਗਾਰ ਕੇ ਵਾਪਸ ਭੇਜ ਦਿੱਤਾ ਤੇ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਥਾਪਿਤ ਕੀਤਾ ਸਿੱਖ ਰਾਜ ਜਿਸ ਰਾਜ ਦੀ ਅਸੀਂ ਗੱਲ ਕਰਦੇ ਹਾਂ ਕਿ ਜਿਸ ਰਾਜ ਵਰਗਾ ਦੁਨੀਆ ਦੇ ਵਿੱਚ ਕੋਈ ਰਾਜ ਨਹੀਂ ਸੀ ਪਰ ਇਸ ਰਾਜ ਦੇ ਪਿੱਛੇ ਸਾਡਾ 18ਵੀਂ ਸਦੀ ਦਾ ਬਹੁਤ ਵੱਡਾ ਇਤਿਹਾਸ ਖੜਾ ਹੈ ਸਾਡੀਆਂ ਸ਼ਹਾਦਤਾਂ ਖੜੀਆਂ ਨੇ ਸਾਡਾ ਵਿਰਸਾ ਖੜਿਆ ਹੈ ਉਹ ਰਾਜ ਕਿਵੇਂ ਦਾ ਸੀ ਤੇ ਖਤਮ ਕਿਵੇਂ ਹੋਇਆ ਇਹ ਗੱਲ ਸ਼ਾਮ ਦੇ ਦੀਵਾਨ ਚ ਕਰਾਂਗੇ ਹੁਣ ਇਨੀਆਂ ਇੱਕ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਆਫਲਾਈਨ ਤੁਹਾਡੇ ਕੋਲ ਗੱਲ ਪਹੁੰਚ ਜਾਵਾਂ ਮੈਂ ਇੱਥੇ ਪਹਿਲੀ ਵਾਰ ਆਇਆ ਵੈਸੇ ਮੈਂ ਬਹੁਤ ਵਾਰ ਆਇਆ ਜਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਜਾਣਾ ਹੈ ਜੇ ਟਰਾਂਜ਼ਿਟ ਮੈਂ ਬੜੀ ਬਿਰੀ ਸਟੇ ਕੀਤਾ ਲੈਕਚਰ ਕਰਨ ਪਹਿਲੀ ਵਾਰ ਆਇਆ ਤੁਸੀਂ ਇਤਿਹਾਸ ਸੁਣ ਕੇ ਬੋਰਤ ਨਹੀਂ ਹੁੰਦੇ ਮੈਨੂੰ ਦੱਸ ਦਿਓ ਨਹੀਂ ਤੇ ਮੈਂ ਸ਼ਬਦ ਦੀ ਕਥਾ ਵੀ ਕਰ ਸਕਦਾ ਕੋਈ ਔਖਾ ਨਹੀਂ ਮੇਰੇ ਵਾਸਤੇ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਜੀ ਸਤ ਸੰਗਤ ਜਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਇੱਥੇ ਪਹੁੰਚੇ ਹਨ ਸੋ ਆਪ ਜਨੇ ਸੁਣਿਆ ਹੈ ਡਾਕਟਰ ਸਾਹਿਬ ਬੋਲੋ ਜੋ ਲੈਕਚਰ ਖਾਲਸਾ ਰਾਜ ਬਾਰੇ ਲੈਕਚਰ ਦਿੱਤਾ ਹੈ ਬਹੁਤ ਖੋਜ ਭਰਪੂਰ ਲੈਕਚਰ ਉਹਨਾਂ ਨੇ ਦਿੱਤਾ ਹੈ ਸੋ ਆਉ ਇੱਕ ਜਕਾਰਾ ਇਹਨਾਂ ਵਾਸਤੇ ਬੁਲੰਦ ਕਰੀਏ ਬੋਲੇ ਸੋਨਿਹਾਲ ਸ੍ਰੀ ਅਕਾਲ ਸੋ ਬੇਨਤੀ ਹੈ ਕਾਨੂੰ ਇੱਕ ਹੋਰ ਸੈਮੀਨਾਰ ਹੋਏਗਾ ਜਿਹੜਾ ਟੌਪਿਕ ਆ ਉਹ ਸ਼ਾਇਦ ਸਾਡੇ ਨੌਜਵਾਨ ਵੱਲੋਂ ਬੇਨਤੀ ਆਈ ਕਿ ਸਹਿਰ ਨੌਜਵਾਨ ਦੇ ਨੌਜਵਾਨਾਂ ਦੇ ਵਿਸ਼ੇ ਤੇ ਲੈਕਚਰ ਹੋਵੇ ਤੇ ਇਸਲਾਹ ਕਰਕੇ ਸ਼ਾਮ ਤੱਕ ਅਸੀਂ ਪੋਸਟਰ ਕੱਢਾਂਗੇ ਤੇ ਆਪ ਵੀ ਦੇਖ ਲੈਣਾ ਤੇ ਜਿਹੜਾ ਵੈਨਿਊ ਹੈ ਉੱਪਰ ਦਰਬਾਰ ਸਾਹਿਬ थर्ड फ्लोर ਦਾ ਦਰਬਾਰ ਸਾਹਿਬ ਹੈ ਉਹ ਢੀ ਜਗ੍ਹਾ ਉੱਥੇ ਅਸੀਂ ਕਰਾਂਗੇ ਕਿਉਂਕਿ ਇੱਥੇ ਅਚਾਨਕ ਹੀ ਪਤਾ ਨਹੀਂ ਗਰਮੀ ਹੋ ਗਈ ਹੈ ਥੋੜੀ ਜਿਹੀ ਸੌਜੀ ਤੇ ਕੱਲ ਨੂੰ ਅਸੀਂ ਉੱਪਰ ਦਰਬਾਰ ਸਾਹਿਬ थर्ड फ्लोर ਵਿਖੇ ਕਰਾਂਗੇ ਤੇ ਦੂਜੀ ਗੱਲ ਹੈ ਕਿ